ਪੰਜਾਬ ਦੀ ਸਭ ਤੋਂ ਚਰਚਿਤ ਸੀਟ ਖਡੂਰ ਸਾਹਿਬ ਦੇ ਵਿੱਚ ਕੁਝ ਦਿਲਚਸਪੀਆਂ ਨੇ, ਕੁਝ ਉਲਟ ਫੇਰ ਨੇ। ਵੈਸੇ ਤਾਂ ਪੂਰੇ ਪੰਜਾਬ ਦੀ ਨਜ਼ਰ ਲੱਗੀ ਹੋਈ ਹੈ ਕਿ ਖਡੂਰ ਸਾਹਿਬ ਦੇ ਵਿੱਚ ਲੋਕ ਕਿਵੇਂ ਰਿਐਕਟ ਕਰਨਗੇ। ਪੰਜਾਬ ਦਾ ਮਜਾਜ ਦੇਖਣ ਲਈ ਲੋਕ ਕਾਲੇ ਵੀ ਨੇ, ਲੇਕਿਨ ਇੱਥੇ ਕੁਛ ਇੱਕ ਐਸੀਆਂ ਘਟਨਾਵਾਂ ਨੇ ਜਿਨ੍ਹਾਂ ਨਾਲ ਚੋਣ ਦ੍ਰਿਸ਼ ਪ੍ਰਭਾਵਿਤ ਹੁੰਦਾ, ਪ੍ਰਭਾਸ਼ਿਤ ਵੀ ਹੁੰਦਾ। ਸੋ ਇਹਨੂੰ ਸਮਝਣ ਦਾ ਯਤਨ ਕਰਾਂਗੇ। ਔਰ ਦੂਜਾ ਮਾਮਲਾ, ਕੱਲ੍ਹ ਇੱਕ ਵੱਡੀ ਮੂਵ ਤਹਿਤ ਪੰਜਾਬ ਦੇ ਵਿਜੀਲੈਂਸ ਵਿਭਾਗ ਵੱਲੋਂ, ਵਿਜੀਲੈਂਸ ਬਿਊਰੋ ਵੱਲੋਂ ਜਿਸ ਤਰੀਕੇ ਨਾਲ ਬਰਜਿੰਦਰ ਸਿੰਘ ਹਮਦਰਦ ਔਰ 25 ਹੋਰ ਲੋਕਾਂ ਦੇ ਖਿਲਾਫ FIR ਦਰਜ ਕੀਤੀ ਗਈ ਹੈ, 15 ਗ੍ਰਿਫਤਾਰੀਆਂ ਕੀਤੀਆਂ ਗਈਆਂ, ਇਹਦੇ 'ਤੇ ਕਾਫੀ ਰੌਲਾ ਪੈ ਰਿਹਾ। ਇਹਦੇ ਮਾਨੇ ਸਮਝਣ ਦਾ ਯਤਨ ਕਰਦੇ ਹਾਂ ਕਿ ਇਹ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਹੈ ਜਾਂ ਇਹ ਵਿਅਕਤੀਗਤ ਤੌਰ 'ਤੇ ਇਹਨੂੰ ਦੇਖਿਆ ਜਾਵੇ। ਸਰਕਾਰ ਇਹਦੇ ਵਿੱਚੋਂ ਕਿਹੜਾ ਬੈਨੀਫਿਟ ਲੈਣਾ ਚਾਹੁੰਦੀ ਹੈ ਜਾਂ ਉਹਨੂੰ ਬੈਨੀਫਿਟ ਮਿਲੇਗਾ ਕਿ ਨਹੀਂ ਮਿਲੇਗਾ, ਇਹਦੀਆਂ ਟੈਕਨੀਕੈਲਿਟੀਜ਼ ਵੀ ਅਹਿਮ ਨੇ। ਔਰ ਕੋਈ ਵਿਅਕਤੀ ਨਿੱਜੀ ਤੌਰ 'ਤੇ ਕਿਵੇਂ ਐਕਟ ਰਿਐਕਟ ਕਰਦਾ, ਇਹ ਵੀ ਸਾਰੇ ਪਹਿਲੂ ਨੇ, ਇਹਦੇ ਉੱਤੇ ਜਾਂਦੇ ਹਾਂ। ਤੀਜਾ ਮਾਮਲਾ ਵੀ ਸਾਡੇ ਕੋਲ ਜਿਹੜਾ ਵਿਚਾਰ ਗੋਚਰੇ ਰਹੂਗਾ, ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜਦੋਂ ਰੋਡ ਸ਼ੋਅ ਕਰ ਰਹੇ ਆ ਪ੍ਰਦੇਸ਼ ਦੇ ਬਹੁਤੇ ਹਲਕਿਆਂ ਦੇ ਵਿੱਚ ਉਹ ਜਾ ਰਹੇ ਨੇ, ਤਾਂ ਉਹਨਾਂ ਨੂੰ ਮੌੜ ਦੇ ਵਿੱਚ ਔਰ ਮਾਨਸਾ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਔਰ ਸੱਤਾ ਦਾ, ਖਾਸ ਤੌਰ 'ਤੇ ਮੁੱਖ ਮੰਤਰੀ ਦਾ ਵਿਰੋਧ ਮਾਨੇ ਰੱਖਦਾ ਹੈ, ਇਹਨੂੰ ਸਮਝਦੇ ਹਾਂ। ਅੱਜ ਪ੍ਰਧਾਨ ਮੰਤਰੀ ਦੀ ਪੰਜਾਬ ਦੇ ਵਿੱਚ ਗੇੜੀ ਆ, ਪਟਿਆਲੇ ਦੇ ਵਿੱਚ ਵੀ ਹੈ, ਜਲੰਧਰ 'ਚ ਵੀ ਹੈ, ਔਰ ਉਹਨਾਂ ਨੂੰ ਵੀ ਕਿਸਾਨੀ ਵਿਰੋਧ ਦਾ ਸਾਹਮਣਾ ਹੈ। ਕਿਸਾਨੀ ਨੂੰ ਰੋਕਿਆ ਜਾਊਗਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਇਸ ਮਾਮਲੇ ਨੂੰ ਵੀ ਸਮਝਣ ਦਾ ਯਤਨ ਕਰਦੇ ਹਾਂ। ਔਰ ਨਾਲ ਦੀ ਨਾਲ ਹੀ ਪੰਜਾਬ ਦੇ ਚੋਣ ਦ੍ਰਿਸ਼ ਵਿੱਚ NRIs ਇਸ ਵੇਲੇ ਨਦਾਰਦ ਨੇ, ਉਹਨਾਂ ਦੀ ਕੋਈ ਖਾਸ ਭੂਮਿਕਾ ਨਹੀਂ। ਇਹ ਸਾਰੇ ਵਿਸ਼ਿਆਂ 'ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਦਾ ਹਮੀਰ ਸਿੰਘ ਜੀ। ਸੋ ਸਭ ਤੋਂ ਪਹਿਲਾਂ ਸਾਹਿਬ ਹਮੀਰ ਸਿੰਘ ਜੀ, ਆਪਾਂ ਚੱਲਦੇ ਹਾਂ ਖਡੂਰ ਸਾਹਿਬ। ਖਡੂਰ ਸਾਹਿਬ ਦੇ ਵਿੱਚ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਉਹ ਹੈਗੀ ਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਸੰਬੰਧਿਤ। ਪੱਟੀ ਹਲਕੇ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਵਰਚਸਪ ਹੈ। ਇਹ ਖਾਨਦਾਨੀ ਪਰਿਵਾਰ ਹੈ, ਬਾਦਲ ਪਰਿਵਾਰ ਦੀ ਰਿਸ਼ਤੇਦਾਰੀ ਨੇੜੇ ਦੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜੀਜਾ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਔਰ ਇਹ ਮੰਨਿਆ ਜਾ ਰਿਹਾ ਕਿ ਜਦੋਂ ਪਾਰਟੀ ਨੇ ਉਹਨਾਂ ਨਾਲ ਸਲਾਹ ਕੀਤੀ, ਉਹਨਾਂ ਦੀ ਰਾਏ ਲਈ, ਤਾਂ ਉਹਨਾਂ ਨੇ ਇਹ ਸੁਝਾਇਆ ਸੀਗਾ ਕਿ ਚੰਗਾ ਹੋਵੇ ਜੇ ਤੁਸੀਂ ਇੱਥੋਂ ਪਰਮਜੀਤ ਕੌਰ ਖਾਲੜਾ ਨੂੰ ਮਨਾ ਲਓ, ਜਾਂ ਜੇ ਉਹ ਨਹੀਂ ਵੀ ਮੰਨਦੇ ਤਾਂ ਅਸੀਂ ਉਹਨਾਂ ਨੂੰ ਆਜ਼ਾਦ ਤੌਰ 'ਤੇ ਵੀ ਸਮਰਥਨ ਦੇ ਦਈਏ, ਜੇ ਫਿਰ ਵੀ ਨਹੀਂ ਹੁੰਦਾ ਤਾਂ ਆਪਾਂ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਦੇ ਪੁੱਤਰ ਦਾ ਇੱਥੋਂ ਨਾਂ ਅੱਗੇ ਵਧਾਈਏ। ਔਰ ਪਾਰਟੀ ਨੇ ਉਹਨਾਂ ਨੂੰ ਹਾਮੀ ਵੀ ਸ਼ੁਰੂ ਦੇ ਵਿੱਚ ਭਰੀ, ਇਹ ਸੋਰਸਸ ਦੱਸਦੇ ਨੇ, ਲੇਕਿਨ ਵਿਚਾਰ ਕਰਨ ਦੀ ਹਾਮੀ ਭਰੀ, ਲੇਕਿਨ ਜਦੋਂ ਵਿਰਸਾ ਸਿੰਘ ਵਟੋਆ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਉਹਨਾਂ ਦੀ ਖਾਸ ਕੋਈ ਰਾਏ ਨਹੀਂ ਲਈ ਗਈ। ਫਿਰ ਉਹ ਹਲਕੇ ਦੇ ਵਿੱਚੋਂ ਲਗਭਗ ਨਦਾਰਦ ਰਹੇ ਕਈ ਦਿਨ ਦੀ ਚੋਣ ਮੁਹਿੰਮ ਤੋਂ ਬਾਅਦ, ਹੁਣ ਕੱਲ੍ਹ ਦੇ ਆਏ ਹੋਏ ਆ। ਔਰ ਉਹ ਮਰਗਾਂ ਜਾਂ ਬਾਕੀ ਜਗ੍ਹਾ ਤੇ ਤਾਂ ਜਾ ਰਹੇ ਨੇ ਜਿੱਥੇ ਕਿਸੇ ਨਾਲ ਕੋਈ ਦੁੱਖ ਵਿਅਕਤ ਕਰਨਾ ਜਾਂ ਕੋਈ ਹੋਰ ਪ੍ਰੋਗਰਾਮ, ਲੇਕਿਨ ਉਹਨਾਂ ਨੇ ਆਪਣੇ ਵਰਕਰ ਐਕਟੀਵੇਟ ਨਹੀਂ ਕੀਤੇ। ਖਡੂਰ ਸਾਹਿਬ ਦੇ ਵਿੱਚ ਆਦੇਸ਼ ਪ੍ਰਤਾਪ ਕੈਰੋਂ ਦੀ ਚੁੱਪ ਤੇ ਉਹਦੇ ਵਰਕਰਾਂ ਦਾ ਅੰਮ੍ਰਿਤਪਾਲ ਦੀ ਫੇਵਰ ਦੇ ਵਿੱਚ ਥੋੜਾ ਥੋੜਾ ਹੁੰਗਾਰਾ। ਇਸੇ ਤਰ੍ਹਾਂ ਭਾਈ ਮਨਜੀਤ ਸਿੰਘ ਜਿਹੜੇ ਕਿ ਭੂਰਾ ਕੋਨਾ ਪਿੰਡ ਤੋਂ ਆਉਂਦੇ ਨੇ, ਸ਼ਹੀਦ ਭਾਈ ਅਮਰੀਕ ਸਿੰਘ ਦੇ ਛੋਟੇ ਭਰਾਤਾ ਨੇ, ਉਹਨਾਂ ਦੇ ਪੁੱਤਰ ਕਵਰਚਰਤ ਸਿੰਘ ਸਿੱਧੇ ਰੂਪ ਚ ਅੰਮ੍ਰਿਤਪਾਲ ਦੀ ਕੰਪੇਨ ਕਰ ਰਹੇ ਨੇ। ਖਡੂਰ ਸਾਹਿਬ ਹਲਕੇ ਦਾ ਮਿਜਾਜ ਵੈਸੇ ਵੀ ਲੋਕ ਦੇਖਣਾ ਚਾਹ ਰਹੇ ਆ, ਔਰ ਇਹ ਮਾਮਲੇ ਕਿੱਦਾਂ ਦੇ ਨੇ, ਕਿਵੇਂ ਅੱਗੇ ਵਧਾਈਏ। ਹਾਲਾਂਕਿ ਮੈਂ ਦੂਜਾ ਸਵਾਲ ਤੁਹਾਡੇ ਕੋਲ ਸਪਲੀਮੈਂਟਰੀ ਲੈ ਕੇ ਆਊਂਗਾ ਕਿ ਲੋਕ ਕਿਸ ਤਰ੍ਹਾਂ ਦੇ ਵਿਚਾਰ ਨਾਲ ਤੁਰਨਾ ਚਾਹੁੰਗੇ। ਗੱਲ ਤੋਰਿਓ, ਨਾਰਮਲੀ ਮਾਝੇ 'ਚ ਦੋ ਤਿੰਨ ਪਰਿਵਾਰ ਸੀ ਜਿਹਨਾਂ ਨੂੰ, ਮਤਲਬ ਜਿਹਨਾਂ ਦਾ ਦਬਦਬਾ ਇਤਿਹਾਸਕ ਤੌਰ ਤੇ ਕਿਹਾ ਜਾਂਦਾ ਸੀਗਾ, ਔਰ ਕੈਰੋਂ ਪਰਿਵਾਰ ਹੋਣ ਦੇ ਕਰਕੇ ਵੱਡਾ ਇੱਕ ਨਾਂ ਸੀ, ਪਰ ਹੌਲੀ ਹੌਲੀ ਕੈਰੋਂ ਪਰਿਵਾਰ ਪੱਟੀ ਦੇ ਤੱਕ ਹੀ ਸੁੰਗੜ ਗਿਆ ਕਾਫੀ ਦੇਰ ਤੱਕ। ਮਤਲਬ ਓਵਰਆਲ ਮਾਝਾ, ਖਾਸ ਤੌਰ ਤੇ ਅੰਮ੍ਰਿਤਸਰ ਜਾਂ ਵੱਡੇ ਪੱਧਰ ਦੇ ਉੱਤੇ, ਕਿਉਂਕਿ ਜਿਹੜੀ ਲੀਡਿੰਗ ਕਪੈਸਿਟੀ ਹੁੰਦੀ ਹੈ ਇੱਕ, ਕਿ ਉਹਦੇ 'ਚ ਜਾਣਾ, ਵੱਡਾ ਗਰੁੱਪ ਬਣਾ ਕੇ ਇੰਪੈਕਟ ਕਰਨਾ, ਮੈਨੂੰ ਲੱਗਦਾ ਉਹ, ਹਾਂ ਇਹ ਤਾਂ ਰਿਹਾ, ਕਿਉਂਕਿ ਜਦੋਂ ਤੋਂ ਅਕਾਲੀ ਦਲ 'ਚ ਆ ਗਏ, ਅਕਾਲੀ ਦਲ 'ਚ ਆ ਕੇ ਮਿਨਿਸਟਰ ਬਣਨਾ ਤਾਂ ਹੈ, ਉਹਨਾਂ ਦੀ ਮਿਨਿਸਟਰੀ 'ਚ ਦਖਲ ਨਹੀਂ ਸੀ ਹੁੰਦਾ, ਚੀਫ ਮਿਨਿਸਟਰ ਦਾ ਜੇ ਬਾਕੀ ਦਾ ਉਹ ਸਾਰਾ ਕੁਝ ਇੱਕ ਛੱਡਿਆ ਹੋਇਆ, ਮੇਰਾ ਖਿਆਲ ਉਹ ਛੱਡਿਆ ਸਾਰਾ ਰਿਸ਼ਤੇਦਾਰੀ ਦਾ ਚੱਕਰ ਕਰਕੇ ਜ਼ਿਆਦਾ ਛੱਡਿਆ ਜਾਂਦਾ ਹੁੰਦਾ ਬਾਕੀ ਦੇ ਮੁਕਾਬਲੇ।
ਪਰ ਆਦੇਸ਼ ਪ੍ਰਤਾਪ ਕਹਿ ਰਹੇ ਕਦੇ ਵੋਕਲ ਲੀਡਰ ਦੇ ਤੌਰ ਤੇ ਸੜਕ ਤੇ ਆ ਕੇ ਫਰੰਟ ਤੇ ਲੀਡ ਕਰਨ ਦੇ ਤੌਰ ਤੇ ਨਹੀਂ ਜਾਣੇ ਜਾਂਦੇ ਰਹੇ। ਵੈਸੇ ਉਹਨਾਂ ਕੋਲ ਫੂਡ ਸਪਲਾਈ ਡਿਪਾਰਟਮੈਂਟ ਲੰਬਾ ਸਮਾਂ ਰਿਹਾ ਤੇ ਪਰ ਹੁਣ ਜਿਹੜੀਆਂ ਚੀਜ਼ਾਂ ਸੀ ਇਹ ਵੀ ਇੱਕ ਚਰਚਾ ਚੱਲਦੀ ਰਹੀ ਜਦੋਂ ਪਹਿਲਾਂ ਜਦੋਂ ਹਜੇ ਅੰਮ੍ਰਿਤਪਾਲ ਸਿੰਘ ਦਾ ਆਇਆ ਹੀ ਨਹੀਂ ਸੀ ਕੁੱਝ ਨੋਰਮਲੀ ਕਹਿੰਦੇ ਸੀ ਉਹ ਇੰਟਰਸਟਡ ਵੀ ਸੀਗੇ ਵੀ ਸ਼ਾਇਦ ਮੈਂ ਵੀ ਲੜ ਸਕਦਾ ਤੇ ਈਵਨ ਵਿਕਰਮ ਸਿੰਘ ਮਜੀਠੀਆ ਵੀ ਇੰਟਰਸਟਡ ਸੀ ਕਈ ਲੋਕਾਂ ਦਾ ਨਾਂ ਅੱਗੇ ਥੋੜਾ ਥੋੜਾ ਵੱਧ ਰਿਹਾ ਸੀ ਪਰ ਜਦੋਂ ਇੱਕ ਨਵਾਂ ਵਰਤਾਰਾ ਆਉਂਦਾ ਤਾਂ ਸ਼ਾਇਦ ਉਹ ਡਿਫੈਂਸਿਵ ਹੋ ਗਏ ਉਹਨਾਂ ਨੇ ਕਿਹਾ ਵੀ ਹੁਣ ਆਪਾਂ ਨਾ ਇਹ ਚ ਪੰਗੇ ਚ ਪਈਏ ਤੇ ਇਹ ਪਾਰਟੀ ਨੂੰ ਰਾਏ ਹੋਰ ਤਰੀਕੇ ਦੀ ਦੇਣੀ ਜਿਹੜੀ ਸ਼ੁਰੂ ਕੀਤੀ ਔਰ ਇਹਦੇ ਚ ਮੈਨੂੰ ਇਹ ਲੱਗਦਾ ਕਿ ਪਹਿਲਾਂ ਤਾਂ ਓਵਰਆਲ ਪਾਰਟੀ ਨੇ ਸੋਚਣਾ ਹੁੰਦਾ ਸਭ ਦੀ ਰਾਏ ਸੋਚਣੀ ਹੁੰਦੀ ਹੈ ਸਾਰਿਆਂ ਦੀ ਰਾਏ ਮੰਨੀ ਕਿਹਦੀ ਮੰਨੀ ਸਭ ਦੀ ਰਾਏ ਨਾਲ ਹੀ ਹੋਇਆ ਇਹ ਫੈਸਲਾ ਕਿ ਇਕੱਲੇ ਕਿਸੇ ਇੱਕ ਬੰਦੇ ਦੇ ਪ੍ਰਧਾਨ ਨੇ ਆਪਣੇ ਆਪ ਕਰਤਾ ਮੇਰੇ ਖਿਆਲ ਆਪਣੇ ਆਪ ਤਾਂ ਨਹੀਂ ਹੋਇਆ ਲੱਗਦਾ ਇਹੋ ਜਿਹਾ ਫੈਸਲਾ ਔਰ ਅਕਾਲੀ ਦਲ ਦੀ ਜੇਕਰ ਇਹ ਰਾਏ ਹੈ ਟੋਟਲ ਅਕਾਲੀ ਦਲ ਜੇਕਰ ਹੁਣ ਇਹ ਲਾਈਨ ਲੈ ਕੇ ਚੱਲਦਾ ਹੈ ਕਿ ਅਸੀਂ ਕਰੂਸ਼ਲ ਤਰੀਕੇ ਨਾਲ ਬਿਲਕੁਲ ਵਖਰੇਵਾਂ ਕਰਕੇ ਚੱਲਣਾ ਜਦੋਂ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਕਿ ਜੀ ਆਰ ਐਸ ਐਸ ਹੈ ਏਜੰਸੀਆਂ ਨੇ ਇਹ ਇਸ ਟਾਈਪ ਦਾ ਬੰਦਾ ਇੱਕ ਤਾਂ ਇਹ ਲਾਈਨ ਹੈ ਟੋਟਲ ਔਰ ਨਾਲ ਦੀ ਨਾਲ ਉਹ ਇਹ ਕਹਿੰਦਾ ਕਿ ਅਸੀਂ ਹੋਰ ਬੱਚੇ ਨਹੀਂ ਮਰਾਉਣੇ ਆਪਣੇ ਦੂਜੇ ਪਾਸੇ ਇਹ ਲਾਈਨ ਹੈ ਇੱਕ ਤਾਂ ਗਰਮ ਖਿਆਲੀ ਪੋਲਿਟਿਕਸ ਦੇ ਮੁਕਾਬਲੇ ਅਕਾਲੀ ਦਲ ਦੀ ਓਵਰਆਲ ਲਾਈਨ ਹੈ ਤਾਂ ਫਿਰ ਦੇਸ਼ ਪ੍ਰਤਾਪ ਵਾਲੀ ਗੱਲ ਮੰਨਣੀ ਬੜਾ ਮੁਸ਼ਕਲ ਕੰਮ ਸੀ ਜੇ ਤਾਂ ਜਿੱਦਾਂ ਅਕਾਲੀ ਦਲ ਦੀ ਓਵਰਆਲ ਲਾਈਨ ਉਲਟ ਹੁੰਦੀ ਉਹਦੇ ਕਿ ਨਹੀਂ ਆਪਾਂ ਸਾਰਿਆਂ ਨੂੰ ਮਿਲਾ ਕੇ ਜੇ ਇਸ ਲੈਵਲ ਦੇ ਉੱਤੇ ਚੱਲਣਾ ਤਾਂ ਸੁਭਾਵਿਕ ਹੈ ਅੱਜ ਕੱਲ੍ਹ ਇੱਕ ਗੱਲ ਇਹ ਜ਼ਰੂਰ ਹੋ ਜਾਂਦੀ ਹੈ ਕਿ ਡੈਮੋਕ੍ਰੇਸੀ ਦਾ ਇੱਕ ਲੈਵਲ ਇੰਨਾ ਕੁ ਹੈ ਕਿ ਜੇ ਮੇਰੀ ਗੱਲ ਮੰਨਦੇ ਹੋ ਤਾਂ ਮੈਂ ਸਹਿਮਤ ਹਾਂ ਜੇ ਨਹੀਂ ਮੰਨਦੇ ਤਾਂ ਨਹੀਂ ਸਹਿਮਤ ਇਹਨੂੰ ਨੀ ਪਤਾ ਕਿ ਕੋਈ ਕੋਰ ਕਮੇਟੀ ਚ ਪ੍ਰੋਪਰ ਡਿਸਕਸ ਹੋਇਆ ਹੈ ਸਾਰਿਆਂ ਦੀ ਰਾਏ ਲੈ ਕੇ ਹੋਇਆ ਹੈ ਜਾਂ ਕੁਝ ਖਾਸ ਕਿਸਨ ਕੈਬਨਿਟ ਦੇ ਮੈਂਬਰ ਜਿਹੜੇ ਫੈਸਲਾ ਕਰਕੇ ਐਲਾਨ ਕਰ ਦਿੰਦੇ ਨੇ ਕਿ ਚਲੋ ਬਲਟੋਆ ਸਾਹਿਬ ਨੂੰ ਲੜਾ ਰਹੇ ਹਾਂ ਫਲਾਣੇ ਨੂੰ ਲੜਾ ਰਹੇ ਹਾਂ ਫਿਰ ਤਾਂ ਕਈ ਵਾਰ ਹੋ ਜਾਂਦਾ ਪਰ ਜੇ ਮੈਜੋਰਟੀ ਮਿਨੋਰਟੀ ਨਾਲ ਵੀ ਫੈਸਲਾ ਹੋ ਜੇ ਤੁਹਾਡੀ ਨਹੀਂ ਮੰਨੀ ਜਾਂਦੀ ਤਾਂ ਪਾਰਟੀ ਦਾ ਤਾਂ ਮਤਲਬ ਇਹੀ ਹੁੰਦਾ ਨਾ ਫਿਰ ਤਾਂ ਤੁਹਾਨੂੰ ਨਾਲ ਜਾਣਾ ਹੀ ਪੈਂਦਾ ਔਰ ਜੇ ਨਹੀਂ ਜਾਂਦੇ ਤਾਂ ਮਤਲਬ ਤੁਸੀਂ ਵੀ ਉਸੇ ਐਟੀਚਿਊਡ ਦੇ ਬੰਦੇ ਹੁੰਦੇ ਹੋ ਜਿਹੜੇ ਐਟੀਚਿਊਡ ਦੀ ਜਿਹੜਾ ਐਲੀਗੇਸ਼ਨ ਤੁਸੀਂ ਕਿਤੇ ਹੋਰ ਲਾ ਰਹੇ ਹੋ ਵੀ ਜੇ ਸੁਖਬੀਰ ਸਿੰਘ ਬਾਦਲ ਤੁਹਾਡੀ ਨਹੀਂ ਮੰਨਦਾ ਤੇ ਤੁਸੀਂ ਫਿਰ ਜਿੰਨੀ ਕੁ ਤੁਹਾਡੀ ਨਹੀਂ ਮੰਨੀ ਤਾਂ ਤੁਸੀਂ ਵੀ ਬਹਿ ਗਏ ਫਿਰ ਦੋਨੋਂ ਬਰਾਬਰੀ ਜੀ ਦੀ ਇੱਕ ਵਿਵਹਾਰ ਕਰ ਰਹੇ ਲੱਗਦੇ ਹੁੰਦੇ ਨੇ ਉਸ ਲੈਵਲ ਦੇ ਉੱਤੇ ਬਾਕੀ ਇਹਦਾ ਕਿੰਨਾ ਲੋਸ ਹੋਏਗਾ ਕਿੰਨਾ ਨਹੀਂ ਹੋਏਗਾ ਪਾਰਟੀ ਨਾਲ ਜਾ ਰਹੇ ਨੇ ਸ਼ਾਇਦ ਲੋਕਲ ਬੰਦੇ ਉਹਨਾਂ ਨੂੰ ਕਹਿ ਵੀ ਨਾ ਸਕਦੇ ਹੁਣ ਐਡਾ ਇੱਕ ਤਾਂ ਪਰਿਵਾਰਕ ਦਬਦਬਾ ਹੈ ਦੂਜਾ ਰਿਸ਼ਤੇਦਾਰੀ ਕਰੂਸ਼ਲ ਹੈ ਜੇ ਮਾੜਾ ਧੀੜਾ ਹੁੰਦਾ ਹੁਣ ਨੂੰ ਰੌਲਾ ਪਿਆ ਹੁੰਦਾ ਕਿ ਵੀ ਇਹ ਕੀ ਹੈ ਜੀ ਪਬਲਿਕਲੀ ਰੌਲਾ ਪਿਆ ਹੁੰਦਾ ਵੀ ਦੇਖੋ ਜੀ ਜਾਂ ਕੱਢੋ ਜਾਂ ਇਹਨਾਂ ਦਾ ਕੁਛ ਕਰੋ ਔਰ ਤੁਹਾਡੇ ਸਾਹਮਣੇ ਹੈ ਕਿ ਅਕਾਲੀ ਦਲ ਨੂੰ ਪਿਛਲੇ ਕੱਲ੍ਹ ਹੀ ਇੱਕ ਹੋਰ ਗੱਲ ਵੀ ਮਿਲੀ ਹੈ ਨਾ ਜਿਵੇਂ ਰਵੀਕਰਨ ਕੱਲ੍ਹ ਉਹ ਚਲੇ ਗਏ ਉਦੋਂ ਬਾਅਦ ਸੁੱਚਾ ਸਿੰਘ ਲਗਾ ਨੇ ਅਨਕੰਡੀਸ਼ਨਲ ਸਪੋਰਟ ਕਰਤੀ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਕਿਲੇ ਵਾਂਗ ਖੜਾ ਮੈਂ ਫਲਾਨਾ ਜੇ ਵੋ ਤਾਂ ਕਿਤੇ ਤਾਂ ਇਸ਼ਾਰਾ ਹੋ ਹੀ ਗਿਆ ਵੀ ਪਹਿਲਾਂ ਵੀ ਲਗਾ ਨੂੰ ਵੀ ਤੂੰ ਚੱਲਦਾ ਰਹਿ ਕੋਈ ਗੱਲ ਨੀ ਆਪਣਾ ਕੰਮ ਕਰ ਵਰਕਰ ਤੇਰੇ ਨਾਲ ਜਾਣਗੇ ਪਾਰਟੀਆਂ ਦੇ ਅੰਦਰ ਵੀ ਇਹ ਜਿਹੜੀ ਗੇਮ ਦਾ ਸਿਸਟਮ ਚੱਲਦਾ ਰਹਿੰਦਾ ਕਿ ਕਿੱਥੇ ਨੂੰ ਕਿਸੇ ਨੂੰ ਕਿੱਥੇ ਕੁ ਰੱਖਣਾ ਹੈ ਫੈਸਲਾ ਕਰਨ ਦੀ ਪ੍ਰਕਿਰਿਆ ਚ ਉਹਦੀ ਜਗ੍ਹਾ ਕਿੰਨੀ ਕੁ ਹੈ ਉਨੀ ਉਨੀ ਕੁ ਜਗ੍ਹਾ ਦੇ ਮੁਤਾਬਕ ਮੇਰਾ ਖਿਆਲ ਹੈ ਫੈਸਲੇ ਪਾਰਟੀ ਦੀ ਜਿਹੜੀ ਟੌਪ ਲੀਡਰਸ਼ਿਪ ਹੈ ਉਹ ਇਹਨਾਂ ਗੱਲਾਂ ਨੂੰ ਦੇਖ ਕੇ ਕਰਦੀ ਲੱਗਦੀ। ਤਲਵਿੰਦਰ ਸਿੰਘ ਬੁੱਟਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਲਾਹਕਾਰ ਨੇ ਨਾ ਮੀਡੀਆ ਸਲਾਹਕਾਰ ਤੇ ਉਹ ਸਵੇਰੇ ਇੱਕ ਪੋਸਟ ਪਾ ਰਹੇ ਸੀ ਮੈਂ ਦੇਖਿਆ ਉਹ ਕਹਿੰਦੇ ਇੱਕ ਚਰਵਾਏ ਦੀ ਘਰ ਵਾਲੀ ਰੁੱਸ ਕੇ ਚਲੇ ਗਈ ਕਹਿੰਦੀ ਹੁਣ ਤਾਂ ਪੈਰੀ ਪਏਗਾ ਮਾਫੀਆਂ ਮੰਗੇਗਾ ਫੇਰ ਹੀ ਵਾਪਸ ਮੁੜੂਗੀ ਓਦਾਂ ਨੀ ਮੁੜਦੀ ਨਹੀਂ ਤੇ ਮੈਂ ਖੂਹ ਖਾਤੇ ਚ ਪੈ ਜਾਣਾ ਸ਼ਾਮ ਪੈ ਗਈ ਚਰਵਾਏ ਨੇ ਕੋਈ ਪਿੱਛੇ ਜਾ ਕੇ ਮਨਾਇਆ ਨੀ ਸ਼ਾਮ ਪਿਆ ਜਦੋਂ ਵੱਗ ਘਰ ਨੂੰ ਆਉਂਦਾ ਸੀ ਉਹ ਪੂਛ ਬੜੀ ਤੁਰੀ ਆਵੇ ਤੇ ਨਾਲ ਹੀ ਕਹਿੰਦੀ ਆਵੇ ਵੀ ਮੈਂ ਤਾਂ ਨਹੀਂ ਸੀ ਆਉਂਦੀ ਇਹ ਤਾਂ ਮੈਨੂੰ ਭੇਡ ਖਿੱਚੀ ਲਿਆਉਂਦੀ ਹੈ ਕੋਈ ਚਰਵਾਹ ਮਿਲ ਗਿਆ ਉਹਨੇ ਕੋਈ ਫਿਰ ਤਵੱਜੋ ਨਾ ਦਿੱਤੀ ਕਹਿੰਦੀ ਨਾ
ਮੈਂ ਤੇ ਆਉਣਾ ਹੀ ਨਹੀਂ ਸੀ, ਇਹ ਤਾਂ ਮੈਨੂੰ ਭੇਟ ਖਿੱਚ ਕੇ ਲਈ ਆ। ਸੋ ਮੈਨੂੰ ਕਈ ਵਾਰੀ ਇੰਝ ਲੱਗਦਾ ਹੁੰਦਾ ਵੀ ਏਦਾਂ ਦੇ ਸਮਰਥਨ ਏਦਾਂ ਦੇ ਵੀ ਹੁੰਦੇ ਆ ਵੀ ਨਹੀਂ ਫਿਰ ਇਸੇ ਤਨਖਾਹ ਤੇ ਕੰਮ ਕਰਨ ਲਈ ਰੈਡੀ ਆ। ਤੁਸੀਂ ਇੱਕ ਗੱਲ ਬੜੀ ਖੂਬਸੂਰਤ ਕੀਤੀ ਹੈ ਕਿ ਪਾਰਟੀਆਂ ਦੇ ਵਿੱਚ ਮਾੜੇ ਧੀੜੇ ਲਈ ਤਾਂ ਫਿਰ ਡਿਸਿਪਲਿਨ ਕਾਰਵਾਈ ਹੁੰਦੀ ਹੈ। ਮਲੂਕਾ ਸਾਹਿਬ ਚਲੇ ਗਏ ਨੇ, ਕੋਈ ਕਾਰਵਾਈ ਤਾਂ ਨਹੀਂ, ਜੁਰਤੀ ਨਹੀਂ, ਸ਼ਾਇਦ ਸ਼ਾਇਦ ਕੋਈ ਉਮੀਦ ਬਾਕੀ ਹੁੰਦੀ ਹੈ ਵੀ ਇਹੋ ਜਿਹੇ ਬੰਦੇ ਵਾਪਸ ਵੀ ਆ ਜਾਣਗੇ। ਇਹਦੇ ਨਾਲ ਇੱਕ ਹੋਰ ਸਵਾਲ ਹੈ ਕਿ ਕੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਸੁਖਬੀਰ ਬਾਦਲ ਇਹਨੂੰ ਸਪਸ਼ਟ ਕਰਨਗੇ ਕਿ ਇਹ ਗੱਲਾਂ ਹੋਈਆਂ, ਨੰਬਰ ਇੱਕ। ਨੰਬਰ ਦੋ, ਕੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਦੋ ਦਿਨ ਪਹਿਲਾਂ ਇਹ ਕਿਹਾ ਗਿਆ ਕਿ ਤੁਹਾਡੀ ਗੈਰ ਹਾਜ਼ਰੀ ਪੰਗੇ 'ਚ ਪਾ ਸਕਦੀ ਹੈ, ਔਰ ਫਿਰ ਉਹ ਮੁੜ ਆਏ? ਹੁਣ ਉਹ ਆਏ ਨੇ ਲੇਕਿਨ ਕੰਪੇਨ ਨਹੀਂ ਕਰ ਰਹੇ, ਮੀਟਿੰਗਾਂ ਨਹੀਂ ਕਰਾ ਰਹੇ। ਹੋ ਸਕਦਾ ਦੋ ਦਿਨ ਤੱਕ ਉਹ ਵੀ ਸੋਚ ਸਮਝ ਕੇ ਵੀ ਚਲੋ ਮਾੜੀ ਮੋਟੀ ਕੋ ਦੋ ਚਾਰ ਮੀਟਿੰਗਾਂ ਕਰਾ ਦਿੰਦੇ ਆ, ਸੁਖਬੀਰ ਬਾਦਲ ਨੂੰ ਹੀ ਸੱਦ ਲੈਂਦੇ ਆ, ਪਰ ਜਿਹੜਾ ਮੈਸੇਜ ਇੱਕ ਥੱਲੇ ਲੈਵਲ ਤੇ ਹੁੰਦਾ ਉਹ ਮੈਸੇਜ ਹੋਰ ਤਰ੍ਹਾਂ ਦਾ ਹੁੰਦਾ। ਮੈਂ ਹੁਣ ਸਰ ਹਮੀਰ ਸਿੰਘ ਜੀ ਇਸ ਗੱਲ ਨੂੰ ਥੋੜਾ ਜਿਹਾ ਹੋਰ ਸਮਝਣਾ ਚਾਹੁੰਦਾ। ਅਕਾਲੀ ਦਲ ਨੇ ਲਾਈਨ ਕਲੀਅਰ ਕਰਤੀ ਵੀ ਇੱਕ ਤਾਂ ਗਰਮ ਖਿਆਲ ਆ, ਜਦੋਂ ਅੰਮ੍ਰਿਤਪਾਲ ਦੀ ਉਮੀਦਵਾਰੀ ਆਉਂਦੀ ਆ ਤਾਂ ਸਮਾਨੰਤਰ ਇੱਕ ਗਰਮ ਸਾਬਕਾ ਗਰਮ ਖਿਆਲੀ ਵਿਰਸਾ ਸਿੰਘ ਵਲਟੋ ਆ, ਜਿਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਸੀ ਹੁੱਬ ਕੇ ਕਿ ਹਾਂ ਮੈਂ ਹਾਂ ਨਾ, ਹੁਣ ਉਹ ਖੜੇ ਨੇ, ਲਾਈਨ ਬੜੀ ਕਲੀਅਰ ਹੈ। ਅਕਾਲੀ ਦਲ ਤੁਸੀਂ ਗੱਲ ਕਰ ਹੀ ਦਿੱਤੀ ਸਾਰੀ, ਅਕਾਲੀ ਦਲ ਆਪਣੀ ਸਥਿਤੀ ਕਲੀਅਰ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਮੈਂ ਘੱਟੋ ਘੱਟ ਅੰਮ੍ਰਿਤਪਾਲ ਵਾਲੀ ਲਾਈਨ ਦੇ ਨਾਲ ਬਿਲਕੁਲ ਨਹੀਂ ਜਾਊਂਗਾ, ਔਰ ਉਹ ਇਹ ਮੈਸੇਜ ਦੇਣ ਦੇ ਵਿੱਚ ਕਾਮਯਾਬ ਹੋਏ ਨੇ। ਪਰ ਜਦੋਂ ਇਹ ਵੋਟਿੰਗ ਪੈਟਰਨ ਆਊਗਾ ਸਾਹਮਣੇ, ਇਹਨੂੰ ਕਿਵੇਂ ਆਪਾਂ ਮੰਨ ਕੇ ਚੱਲੀਏ? ਜੇ ਅੰਮ੍ਰਿਤਪਾਲ ਦੇ ਸਮਰਥਨ 'ਚ ਜਿਹਦੇ ਕਿ ਉਹ ਜਿਹੜੀ ਕੋਈ ਕੰਪੇਨ ਖਾਸ ਤੌਰ 'ਤੇ ਉਹਨਾਂ ਦੀ ਕੋਈ ਵਿਧੀਵਤ ਕੰਪੇਨ ਹੋਵੇ ਐਸੀ ਦਿਸ ਨਹੀਂ ਰਹੀ, ਕੋਈ ਉਹਨਾਂ ਲਈ ਵੋਟਾਂ ਮੰਗਣ ਜਾ ਰਿਹਾ ਹੋਵੇ ਕੋਈ ਦਿਸ ਨਹੀਂ, ਕਿਤੇ ਕਿਤੇ ਉਹਨਾਂ ਦੇ ਫਾਦਰ ਸਾਹਿਬ ਜਾ ਰਹੇ ਨੇ, ਜੇਕਰ ਆਪ ਮੁਹਾਰੇ ਵੋਟ ਪੈਂਦੀ ਆ ਤਾਂ ਇਹ ਵੋਟਿੰਗ ਪੈਟਰਨ ਨੂੰ ਪੰਜਾਬ ਦੇ ਮਜਾਜ ਨਾਲ ਕਿਵੇਂ ਪ੍ਰਭਾਸ਼ਿਤ ਕਰੋਗੇ? ਜੇਕਰ ਅੰਮ੍ਰਿਤਪਾਲ ਨਹੀਂ ਜਿੱਤਦੇ ਤਾਂ ਫਿਰ ਪੰਜਾਬ ਦੇ ਵਿੱਚ ਕਿਹੜੀ ਧਿਰ ਨੂੰ ਇੱਥੋਂ ਬੈਨੀਫਿਟ ਹੋ ਸਕਦਾ? ਕਿਉਂਕਿ ਸੱਤਾ ਦਾ ਵੀ ਇੱਕ ਮਜਾਜ ਹੁੰਦਾ, ਜੇਕਰ ਇਹ ਬਹੁਤ ਥਾਈ ਵੋਟ ਬਣ, ਕਿਉਂਕਿ ਮੰਨਿਆ ਜਾਂਦਾ ਹੈ ਕਿ ਅੰਮ੍ਰਿਤਪਾਲ ਨੂੰ ਪੈਣ ਵਾਲੀ ਵੋਟ ਦੇ ਵਿੱਚ ਦਲਿਤ ਵੋਟ ਬਹੁਤ ਘੱਟ ਹੈ, ਜੱਟ ਸਿੱਖ ਵੋਟ ਪੈਣ ਵਾਲੀ ਬਹੁਤ ਆ। ਜੱਟ ਸਿੱਖ ਵੋਟ ਦੇ ਵਿੱਚ ਵੀ ਚਾਰ ਡਿਵੀਜ਼ਨਸ ਹੈਗੀਆਂ ਨੇ, ਚਾਰ ਬੰਦੇ ਜਿਹੜੇ ਖੜੇ ਨੇ ਉਹਨਾਂ ਦੀਆਂ ਵੋਟਾਂ ਵੀ ਆਪਸ ਵਿੱਚ ਵੰਡੀਆਂ ਜਾਣੀਆਂ ਨੇ। ਸੋ ਮੈਂ ਤੁਹਾਡੇ ਕੋਲ ਇਹ ਸਮੁੱਚੀ ਸਥਿਤੀ ਨੂੰ ਸਮਝਣਾ ਚਾਹੁੰਦਾ ਹੈ। ਲਾਲਜੀਤ ਭੁੱਲਰ ਨੇ ਵੀ ਤੁਹਾਨੂੰ ਪਤਾ ਹੈ ਕਿ ਇਸੇ ਤਰ੍ਹਾਂ ਦੀ ਵੰਡ ਸਾਹਮਣੇ ਰੱਖਤੀ ਸੀ ਕਿ ਮੈਂ ਜੱਟ ਹਾਂ ਜੀ, ਮੈਂ ਇਹ ਹੈ। ਸੋ ਇਹ ਜਿਸ ਕੈਟਾਗਰੀ ਦੇ ਵਿੱਚ ਇੰਨੀਆਂ ਵੰਡੀਆਂ ਹੋਣਗੀਆਂ, ਕੋਈ ਵੋਟ ਦੂਜੀ ਕੋਈ ਕਿਤੇ ਫੈਸਲਾ ਕੌਣ ਹੋ ਸਕਦੀ ਹੈ ਜੀ? ਖਡੂਰ ਸਾਹਿਬ ਦਾ ਦ੍ਰਿਸ਼ ਕਿਵੇਂ? ਖਡੂਰ ਸਾਹਿਬ ਦੇ ਮਾਮਲੇ ਚ ਮੈਨੂੰ ਇਹ ਲੱਗਦਾ ਕਿ ਜਦੋਂ ਅੰਮ੍ਰਿਤਪਾਲ ਹੋਣੀ ਆਏ ਨੇ ਤੇ ਉਦੋਂ ਪਤਾ ਨੀ ਕੀ ਦਿਮਾਗ ਦੇ ਵਿੱਚ ਹੋਣਾ, ਪਰ ਹੁਣ ਉਹਨਾਂ ਨੂੰ ਵੀ ਸ਼ਾਇਦ ਲੱਗਣ ਲੱਗ ਗਿਆ ਕਿ ਜੇਕਰ ਲੋਕਾਂ ਚ ਇੱਕ ਚਰਚਾ ਪਹਿਲਾਂ ਵੀ ਸੀ, ਰਾਜਦੇਵ ਸਿੰਘ ਵੀ ਇਹ ਵਾਰ ਕਈ ਵਾਰ ਕਹਿ ਚੁੱਕੇ ਕਿ ਮੈਂ ਸੋਚਦਾ ਸੀਗਾ ਕਿ 13 ਦੀਆਂ 13 ਸੀਟਾਂ ਇਸ ਢੰਗ ਨਾਲ ਖੜੀਆਂ ਕੀਤੀਆਂ ਜਾਂਦੀਆਂ, 99 ਵਾਲਾ ਮਾਹੌਲ ਬਣਾਇਆ ਜਾਂਦਾ, ਇੱਕ ਅਲਟਰਨੇਟਿਵ ਦਿੱਤਾ ਜਾਂਦਾ ਪੂਰਾ, ਬਾਕੀ ਦੀਆਂ ਗੱਲਾਂ। ਮੈਂ ਤਾਂ ਲੋਕਾਂ ਨੂੰ 89 ਦਾ ਵੀ ਪਤਾ ਕਿ 89 ਚ ਜਾ ਕੇ ਵੀ ਜਿਹੜੇ ਬੰਦੇ ਗਏ ਦੱਸ ਉਹਨਾਂ ਨੇ ਕੀ ਪਰਫਾਰਮੈਂਸ ਕੀ ਸੀਗੀ ਪਾਰਲੀਮੈਂਟ ਦੇ ਵਿੱਚ ਜਿਹੜੀ ਗੱਲ ਲਈ ਭੇਜੇ, ਪਰ ਹੁਣ ਉਹ 99 ਨਹੀਂ ਹੈ, ਹੋਰ ਤਰ੍ਹਾਂ ਦਾ ਤਰੀਕਾ। ਪਰ ਇੱਕ ਗੱਲ ਕਰਨਾ ਸ਼ੁਰੂ ਕਰਤੇ ਨੇ, ਹੁਣ ਅੰਮ੍ਰਿਤਪਾਲ ਸਿੰਘ ਦੀ ਮਾਤਾ ਜੀ ਲਗਭਗ ਸਾਰੀਆਂ ਉਹਨਾਂ ਹਲਕਿਆਂ ਤੇ ਜਾ ਰਹੇ ਨੇ, ਇੱਕ ਕੋਈ ਪ੍ਰਿੰਸੀਪਲ ਸਾਹਿਬ ਨੇ ਪਤਾ ਨੀ ਉਹ ਰਿਟਾਇਰ ਨੇ ਜਾਂ ਹੁਣ ਪ੍ਰਿੰਸੀਪਲ ਨੇ ਪਤਾ ਨੀ ਹੈ, ਉਹ ਕਹਿੰਦੇ ਕੋਈ 7 ਮੈਂਬਰੀ ਕਮੇਟੀ ਦਾ ਇੱਕ ਸੈਟਅਪ ਹੈ ਵੀ 7 ਬੰਦਿਆਂ ਦੀ ਚੋਣ ਉਹ ਹੋਈ ਹੈ ਵੀ ਅਸੀਂ 7 ਬੰਦੇ ਖੜੇ ਹਾਂ ਇੱਕੋ ਧਾਰਾ ਦੇ ਵਿੱਚੋਂ ਸਮਝ ਲਓ, ਔਰ ਉਹਨਾਂ ਨੇ ਛੱਡਤਾ। ਅੰਮ੍ਰਿਤਪਾਲ ਸਿੰਘ ਹੁਣੀ ਹੈਗੇ ਨੇ, ਉਹਨਾਂ ਦੀ ਮਾਤਾ ਜੀ ਇੱਥੇ ਵੀ ਜਾ ਕੇ ਆਏ ਨੇ, ਫਰੀਦਕੋਟ ਵੀ, ਜਿਹੜੇ ਜਿੱਦਾਂ ਬੇਅੰਤ ਸਿੰਘ ਤੇ ਬਿਮਰ ਕੌਰ ਖਾਲਸਾ ਦਾ ਬੇਟੇ ਸ਼ਾਇਦ ਸਰਬਜੀਤ ਸਿੰਘ ਖਾਲਸਾ ਖੜੇ ਨੇ, ਔਰ ਉਹ ਲੱਖੇ ਸਿਧਾਣੇ ਦੇ ਵੀ ਕਾਗਜ਼ ਭਰਾਉਣ ਜਾ ਕੇ ਆਏ ਨੇ, ਔਰ ਉਹਨਾਂ ਨੇ ਨਾਲ ਇੱਕ ਉਹ ਜਿਹੜਾ ਇਹ ਇਹਨਾਂ ਨਾਲੋਂ ਅਲੱਗ ਹੋਏ ਸਿਮਰਜੀਤ ਸਿੰਘ ਮਾਨ ਨਾਲੋਂ ਫਿਰੋਜ਼ਪੁਰ ਤੋਂ ਲੜ ਰਹੇ ਨੇ, ਕਾਨ ਸਿੰਘ ਵਾਲਾ,
ਉਹਨਾਂ ਦੀ ਵੀ ਮਦਦ ਦੀ ਗੱਲ ਕੀਤੀ ਹੈ, ਸਿਮਰਜੀਤ ਮਾਨ ਦੀ ਮਦਦ ਦੀ ਗੱਲ ਕੀਤੀ ਹੈ ਪਟਿਆਲੇ ਤੋਂ, ਸਿਮਰਜੀਤ ਮਾਨ ਉਹਨਾਂ ਦਾ ਹੀ ਇੱਕ ਬੰਦਾ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ, ਉਹਨਾਂ ਦੀ ਮਦਦ ਕਰਨ ਦੀ ਮਿੱਤਰ ਸੱਦਾ ਦਿੱਤਾ 7 ਸੀਟਾਂ ਤੇ, ਜਿਵੇਂ ਉਹਨਾਂ ਨੂੰ ਵੀ ਲੱਗਦਾ ਅਸੀਂ ਅਜੇ ਇੱਕ ਧਿਰ ਲੜ ਰਹੇ ਹਾਂ ਹੁਣ ਇਕੱਲੇ, ਇਹ ਗੱਲ ਬਹੁਤ ਉੱਠੀ ਸੀ ਪਹਿਲਾਂ ਵੀ, ਫਿਰ ਇਕੱਲਾ ਅੰਮ੍ਰਿਤਪਾਲ ਕਿਉਂ, ਬਾਕੀ ਦੇ ਬੰਦੇ ਕਿਉਂ ਨਹੀਂ, ਬਾਕੀ ਵੱਖ ਵੱਖ ਜਗ੍ਹਾ ਤੇ ਜੇ ਸ਼ਾਇਦ ਉਹਨੂੰ ਕਾਊਂਟਰ ਕਰਨ ਦੀ ਗੱਲ ਹੋਵੇ, ਇਹਦਾ ਮਤਲਬ ਸਟ੍ਰੈਟਜੀ ਤਾਂ ਉਹ ਵੀ ਰੋਜ਼ ਦੀ ਤਰ੍ਹਾਂ ਬਦਲੀ ਜਾ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਜਿਹੜੀ ਗੱਲ ਹੈਗੀ ਹੈ ਹੁਣ ਉੱਥੇ ਵੋਟ ਪੈਟਰਨ ਦੀ, ਇੱਕ ਗੱਲ ਕਲੀਅਰ ਹੋ ਚੁੱਕੀ ਹੈ ਕਿ ਹੁਣ ਮਤਲਬ ਅਕਾਲੀ ਦਲ ਜਾਂ ਓਵਰਆਲ ਉਹਨਾਂ ਕੋਲ ਦੋ ਆਪਸ਼ਨਾਂ ਨੇ ਲੋਕਾਂ ਕੋਲ, ਹੁਣ ਦੋ ਤਿੰਨ ਚਾਰ ਜਿਹੜੀਆਂ ਵੀ ਹੈਗੀਆਂ ਨੇ, ਹੁਣ ਉਹ ਲਿਪਾ ਪੋਚੀ ਕੋਈ ਨੀ ਕਿ ਉਹ ਵੀ ਸਾਡਾ ਹੀ ਬੰਦਾ ਹੈ ਜੀ, ਕੋਈ ਗੱਲ ਨੀ, ਉਹ ਵੀ ਪੰਥਕ ਹੈ, ਅਸੀਂ ਵੀ ਪੰਥਕ ਹਾਂ, ਜੇ ਉਹ ਜਦੋਂ ਲਾਈਨ ਕੱਢੀ ਗਈ ਕਿ ਪੰਥ ਨੇ ਮੇਨ ਸਟ੍ਰੀਮ ਜਾਂ ਪੀਸਫੁਲ ਜਾਂ ਉਸ ਧਾਰਾ ਦੇ ਨਾਲ ਵੋਟ ਦੇਣੀ ਹੈ ਜਾਂ ਪੰਥ ਨੇ ਦੂਸਰੀ ਧਾਰਾ ਦੇ ਨਾਲ ਵੋਟ ਦੇਣੀ, ਔਰ ਇਹ ਵੀ ਖਬਰਾਂ ਛਪ ਰਹੀਆਂ ਨੇ ਲਗਾਤਾਰ ਕਿ ਪੰਜਾਬ ਦੇ ਲੋਕ ਈਵਨ ਗਰਮ ਖਿਆਲੀ ਨਾਰਾ ਜਿਹੜਾ ਹਜੇ ਤੱਕ ਮੈਜੋਰਿਟੀ ਵੱਡੀ ਪੱਧਰ ਦੇ ਉੱਤੇ ਵੀ, ਜਿਹੜਾ ਜਿਵੇਂ ਖਾਲਿਸਤਾਨੀ ਵਿਚਾਰਧਾਰਾ ਦਾ ਜਿਹੜਾ ਇੱਕ ਕੁਐਸਚਨ ਹੈ, ਜੇ ਅਸੀਂ ਦੇਖੀਏ ਭਾਵੇਂ ਅੰਦਰੋਂ ਇੱਕ ਐਲੀਮੈਂਟ ਕੁਝ ਇੱਕ ਹਿੱਸੇ ਦਾ ਇੱਕ ਸਲੋਗਨ ਹੋ ਵੀ ਸਕਦਾ, ਇੱਕ ਹਿੱਸਾ ਹੈ ਪਰ ਉਹ ਬਹੁਤ ਬੜਾ ਹਿੱਸਾ ਨਹੀਂ ਹੈ ਜਿਹਦੇ ਨਾਲ ਲੋਕ ਐਵੇਂ ਚੱਲਦੇ ਹੋਣ ਕਿਸੇ ਨਾ ਕਿਸੇ ਰੂਪ ਚ। ਤੁਸੀਂ ਗੁਰਪਤਵੰਤ ਪੰਨੂ ਉਹਨਾਂ ਨੇ ਰੈਫਰੈਂਡਮ ਕਰਾਏ, ਬਾਕੀ ਸਾਰੇ ਕਿਤੇ ਇਨਕਲੂਡਿੰਗ ਸਿਮਰਜੀਤ ਮਾਨ, ਇਨਕਲੂਡਿੰਗ ਦਲ ਖਾਲਸਾ, ਕੋਈ ਵੀ ਉਹਨਾਂ ਦੀ ਮਦਦ ਨਹੀਂ ਉਹਦੇ ਲਈ ਉੱਥੇ ਲਈ ਤਿਆਰ ਨਹੀਂ ਹੈ ਕਿ ਇਹ ਗੱਲ ਠੀਕ ਹੈ, ਕੋਈ ਜਥੇਬੰਦੀ ਤੌਰ ਤੇ ਉਸ ਸਲੋਗਨ ਲਈ ਤਿਆਰ ਨਹੀਂ ਹੋਇਆ, ਮਤਲਬ ਇੱਥੇ ਕਿਸੇ ਵੀ ਰੂਪ ਦੇ ਵਿੱਚ, ਇਹਦਾ ਮਤਲਬ ਉੱਥੇ ਵੀ ਬਖਰੇਵੇਂ ਨੇ ਵੱਖ ਵੱਖ, ਕੋਈ ਐ ਨਹੀਂ ਹੈ ਕਿ ਇੱਕੋ ਲਾਈਨ ਹੈ ਕਿ ਆਹ ਉਹਦੀ ਲੀਡਰਸ਼ਿਪ ਹੈ ਤੇ ਇਸ ਲੀਡਰਸ਼ਿਪ ਚ ਕੌਣ ਹੈ। ਔਰ ਤੁਸੀਂ ਦੇਖੋ ਉਸੇ ਵਿਚਾਰਧਾਰਾ ਨਾਲ ਸੰਬੰਧਿਤ ਜਿਹੜੇ ਪੁਰਾਣੇ ਬੰਦੇ ਬੈਠੇ ਹੋਏ, ਜਿਹਦੇ ਚ ਭਾਈ ਦਲਜੀਤ ਸਿੰਘ ਬਿੱਟੂ ਆ, ਉਹਨਾਂ ਨੇ ਇੱਕ 8-9 ਮੈਂਬਰੀ ਕਮੇਟੀ ਲਗਾਤਾਰ ਬਣਾਈ ਹੋਈ ਹੈ ਪੰਥਕ ਸ਼ਖਸੀਅਤਾਂ ਦੇ ਨਾਂ ਤੇ, ਉਹ ਲਗਾਤਾਰ ਆਪਣਾ ਪ੍ਰੈਸ ਨੋਟ ਦਿੰਦੇ ਰਹਿੰਦੇ ਨੇ ਕਿ ਲੰਬੇ ਸਮੇਂ ਲਈ ਆਹ ਕੰਮ ਕਰਨਾ ਜਾਂ ਇਹਦੇ ਤੇ ਕੀ ਕਰਨਾ ਕੀ ਨਹੀਂ ਹੈ। ਉਹ ਉਹਨਾਂ ਨੇ ਤਾਂ ਪ੍ਰੈਕਟੀਕਲ ਲੜਾਈ ਲੜੀ ਹੈ ਨਾ, ਇਹਨਾਂ ਨੇ ਸਾਲ ਜੇਲ੍ਹ ਕੱਟੀ ਹੈ ਵੱਖ ਵੱਖ ਚੀਜ਼ਾਂ ਨੇ, ਪਰ ਉਹ ਇਸ ਪੈਟਰਨ ਚ ਹਾਸੀਅਤ ਨੇ, ਮਤਲਬ ਉਹ ਵੋਟ ਪੈਟਰਨ ਚ ਨਹੀਂ, ਉਹ ਕਹਿੰਦੇ ਅਸੀਂ ਉਸ ਪਾਸੇ ਨਹੀਂ ਆ। ਤੇ ਹੁਣ ਜਦੋਂ ਤੁਸੀਂ ਵੋਟ ਪੈਟਰਨ ਚ ਆਉਂਦੇ ਹੋ, ਜਿਵੇਂ ਬਲਟੋਏ ਹੋਣੀ ਵੀ ਆਏ, ਤੁਸੀਂ ਕਿਹਾ ਵੀ ਉਹ ਬਲਟੋਆ ਕਹਿੰਦੇ ਵਿਧਾਨ ਸਭਾ ਚ ਕਿਹਾ ਕਿ ਮੈਂ ਹੈਗਾ, ਜਦੋਂ ਤੁਸੀਂ ਧਾਰਾ ਬਦਲ ਲੈਂਦੇ ਹੋ ਨਾ, ਉਦੋਂ ਤੁਹਾਡੇ ਡੰਗ ਚ ਜਾਨ ਨਹੀਂ ਰਹਿੰਦੀ, ਫੁਕਾਰਾ ਰਹਿ ਸਕਦਾ, ਉਧਰ ਆ ਕੇ ਮੈਂ ਆ ਰਿਹਾ, ਮੈਂ ਕੀ ਰਿਹਾ, ਤੁਸੀਂ ਰਹੇ ਕੀ, ਉਹ ਅਲੱਗ ਗੱਲ ਹੈ। ਅੱਜ ਤੁਸੀਂ ਕਿਹੜੇ ਪਾਸੇ ਹੋ, ਅੱਜ ਤੁਸੀਂ ਟੋਟਲੀ ਢਲ ਚੁੱਕੇ ਹੋ ਉਸ ਪੋਲਿਟਿਕਸ ਚ, ਉਹਦੀਆਂ ਰਿਵਾਜਾਂ ਚ, ਉਹਦੀਆਂ ਕਾਰਗੁਜ਼ਾਰੀਆਂ ਚ, ਉਹਦੇ ਟੋਟਲ ਓਵਰਆਲ ਜਿਹੜਾ ਘੇਰਾ ਸਿਰਜਿਆ ਹੋਇਆ ਉਹਦੇ ਚ, ਹੁਣ ਤੁਹਾਡਾ ਵਿਵਹਾਰ, ਤੁਹਾਡੀ ਕਾਰਗੁਜ਼ਾਰੀ, ਤੁਹਾਡਾ ਸਭ ਕੁਝ ਉਹਦੇ ਆਲੇ ਦੁਆਲੇ ਹੈ, ਉਦੋਂ ਬਾਹਰ ਨਹੀਂ ਜਾ ਸਕਦਾ। ਕੀ ਅੰਮ੍ਰਿਤਪਾਲ ਸਿੰਘ ਵੀ ਫੇਰ ਜਾਂ ਉਹਨਾਂ ਦੇ ਸਾਥੀ ਜਿਹੜੇ ਇੱਧਰ ਆ ਰਹੇ ਨੇ, ਔਰ ਸਿਮਰਜੀਤ ਮਾਨ ਉਹਨਾਂ ਨੂੰ ਵੀ ਦੇਖ ਲਓ, ਜਦੋਂ ਆਉਂਦੇ ਨੇ ਸਾਰਿਆਂ ਨੂੰ ਉਵੇਂ ਹੀ ਗੱਲ ਕਰਦੇ ਚੁਣੇ ਗਏ, ਤੇ ਉਦੋਂ ਬਾਅਦ ਤਾਂ ਕੋਈ ਬਹੁਤ ਬੜੀ ਗੱਲ ਉਹਨਾਂ ਨੇ ਇਹ ਤਾਂ ਨਹੀਂ ਕੀਤੀ ਨਾ ਜਾ ਕੇ ਉੱਥੇ ਮਤਾ ਲਾਇਆ ਹੁਣ ਵੀ ਮੈਂ ਪ੍ਰਾਈਵੇਟ ਮੈਂਬਰ ਬਿੱਲ ਦੇ ਤੌਰ ਤੇ ਪੇਸ਼ ਕਰ ਰਿਹਾ ਜੀ ਪਾਰਲੀਮੈਂਟ 'ਚ, ਕੋਈ ਮੰਨੇ ਨਾ ਮੰਨੇ ਮੈਂ ਤਾਂ ਖਾਲਿਸਤਾਨੀ ਮਤਾ ਪੇਸ਼ ਕਰ ਰਿਹਾ, ਜਾਂ ਕੋਈ ਇਹ ਕਹੇ ਕਿ ਉੱਥੇ ਬਿਆਨ ਦੇ ਤੌਰ ਤੇ ਮੈਂ ਆਹ ਚੀਜ਼ ਕਰ ਰਿਹਾ, ਇਹੋ ਜਿਹਾ ਤਾਂ ਕੁਝ ਨਹੀਂ ਹੈ ਨਾ। ਤੇ ਇੱਕ ਧਾਰਾ ਦੇ ਤੌਰ ਤੇ ਫਿਰ ਤੁਸੀਂ ਉਹਦੇ ਸ਼ਾਮਲ ਲਓ, ਕਿਉਂਕਿ ਤੁਸੀਂ ਉਹ ਓਥ ਲਈ ਹੈ ਕਾਨਸਟੀਟਿਊਸ਼ਨ ਦੀ, ਦੇਸ਼ ਦੀ ਏਕਤਾ ਅਖੰਡਤਾ, ਬਾਕੀ ਚੀਜ਼ਾਂ ਲਮ ਗਲਮ ਜਿਹੜੀਆਂ ਸਾਰੀਆਂ ਚੀਜ਼ਾਂ ਨੇ। ਇਸ ਲਈ ਜਜ਼ਬਾਤ ਇੱਕ ਅਲੱਗ ਗੱਲ ਹੁੰਦੀ ਹੈ, ਠੋਸ ਵਿਚਾਰਧਾਰਾ ਇੱਕ ਅਲੱਗ ਗੱਲ ਹੁੰਦੀ ਹੈ। ਕੀ 7 ਦੇ 7 ਸੱਜਣ, ਇਹ ਜਿਹੜਾ ਇੱਕ ਅਲਟਰਨੇਟਿਵ ਪੇਸ਼ ਹੋ ਰਿਹਾ, ਉਹ ਪੰਜਾਬ ਦੇ ਵਾਸਤੇ, ਫਿਊਚਰ ਦੇ ਵਾਸਤੇ, ਉਹਨਾਂ ਕੋਲ ਵੀ ਕੋਈ ਅਲਟਰਨੇਟਿਵ ਏਜੰਡਾ ਹੈ, ਜਿਵੇਂ ਬਾਕੀ ਤਰ੍ਹਾਂ ਕੋਲ ਕੋਈ ਅਲਟਰਨੇਟਿਵ ਏਜੰਡਾ ਨਹੀਂ ਹੈ, ਔਰ ਪੰਜਾਬ ਦੇ ਬਾਰੇ ਕਿ ਆਹ ਬੇਸਿਕ ਸਮੱਸਿਆਵਾਂ ਨੇ ਸਾਡੀਆਂ, ਹੁਣ ਤੱਕ ਜਿਹੜਾ ਤਰੀਕਾ ਸੀ ਉਹ ਜਿਵੇਂ ਸੁਲਝਾਉਂਦੇ ਰਹੇ ਉਹ ਠੀਕ ਨਹੀਂ ਸੀ, ਅਸੀਂ ਆਹ ਲੈ ਕੇ ਆਵਾਂਗੇ, ਸਾਡਾ ਆਹ ਏਜੰਡਾ।
ਇੱਕ ਹੈਗਾ ਜਜ਼ਬਾਤ ਦਾ ਮਾਮਲਾ, ਸਾਡੇ ਬੰਦੇ ਜੇਲ੍ਹਾਂ 'ਚ ਬੰਦ ਨੇ, ਸਾਡੇ 'ਤੇ ਕੁੱਟ ਬਹੁਤ ਪਈ ਹੈ, ਇਸ ਕਰਕੇ ਸਾਡੇ ਨੌਜਵਾਨ ਬੱਚਿਆਂ ਨੂੰ ਹੋਰ ਬਚਾਉਣ ਦੇ ਵਾਸਤੇ ਵੋਟ ਦਿਓ, ਇਹ ਇੱਕ ਐਂਗਲ ਹੈ ਜਜ਼ਬਾਤ ਦਾ। ਪਰ ਜੇ ਤਾਂ ਫਿਰ ਉਸੇ ਵਿਚਾਰਧਾਰਾ ਦੇ ਨਾਲ ਜੇਕਰ ਕੋਈ ਅਲਟਰਨੇਟਿਵ ਤੁਹਾਡੇ ਕੋਲ ਏਜੰਡਾ ਨਹੀਂ ਤਾਂ ਕੁੱਟ ਵਾਰ ਵਾਰ ਵੀ ਤਾਂ ਪੈ ਸਕਦੀ ਹੈ, ਫਿਰ ਉਹਨੂੰ ਤੁਸੀਂ ਰੋਕੋਗੇ ਕਿਵੇਂ, ਫਿਰ ਤੁਸੀਂ ਬਾਕੀ ਗੱਲਾਂ ਕਿਵੇਂ ਕਰੋਗੇ, ਉਹ ਸਾਰੀਆਂ ਚੀਜ਼ਾਂ ਨੇ ਉਹਦੇ 'ਚ। ਹਾਂ, ਵੋਟ ਦਾ ਜਿਹੜਾ ਪੈਟਰਨ ਹੈ ਇਮੀਡੀਏਟ ਹੈ, ਸਾਡਾ ਬੰਦਾ ਜਜ਼ਬਾਤੀ ਵੀ ਹੈ, ਪੰਜਾਬੀ ਬੰਦਾ ਬੇਹੱਦ, ਜੇ ਤਾਂ ਇਹ ਬੇ ਵਿੱਚ ਬਦਲ ਗਈ, ਮਤਲਬ ਲਹਿਰ ਦਾ ਰੂਪ ਲੈ ਗਈ ਕਿ ਉਹੀ ਆਪ ਮੁਹਾਰੇ ਸੈਂਕੜਿਆਂ ਦੀ ਗਿਣਤੀ 'ਚ ਲੋਕ ਤੁਰੇ ਫਿਰਦੇ ਨੇ ਜਿਹੜੇ ਵੋਟਾਂ ਉਸ ਲੈਵਲ 'ਤੇ, ਫਿਰ ਤਾਂ ਉਹ ਢਾਂਚੇ ਨੂੰ ਸਾਈਡਲਾਈਨ ਕਰਕੇ ਵੋਟਾਂ ਲੋਕ ਆਪ ਵੀ ਪਾ ਦਿੰਦੇ ਨੇ। ਜੇ ਓਡੀ ਵੱਡੀ ਚੜ੍ਹਤ ਨਾ ਹੋਈ ਵੇਵ ਦੇ ਰੂਪ ਦੇ ਵਿੱਚ, ਫਿਰ ਸਟਰਕਚਰ ਦੇ ਵਿੱਚ ਰਹਿੰਦੇ ਹੋਏ, ਢਾਂਚੇ ਦੇ ਵਿੱਚ ਰਹਿੰਦੇ ਹੋਏ, ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿੱਤੇ ਹੀ ਪਏ ਹੋ, ਜਿਹਨੂੰ ਆਪਾਂ ਇਹ ਗੱਲ ਕਹਿੰਦੇ ਹੁੰਦੇ ਨਾ ਕਿ ਫਲਾਣਾ ਦਾ ਬੰਦਾ ਜਿੱਤਿਆ ਪਿਆ, ਇੱਕ ਲਹਿਰ ਹੁੰਦੀ ਹੈ। ਔਰ ਹੁਣ ਸਰਬਜੀਤ ਸਿੰਘ ਖਾਲਸਾ ਵੀ ਖੜੇ ਨੇ ਫਰੀਦਕੋਟ ਦੇ ਵਿੱਚ, ਉਹਨਾਂ ਨੂੰ ਤਾਂ ਕੌਮ ਨੇ ਕਹਿੰਦੇ ਨੇ ਵੀ ਕੌਮ, ਉਹਨਾਂ ਦੇ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਫਾਦਰ ਨੂੰ ਪੁੱਛਿਆ ਵੀ ਹੁਣ ਤੂੰ ਕੀ ਕਰੇਂਗਾ ਤੇਰੇ ਬੱਚਿਆਂ ਨੂੰ, ਕਹਿੰਦੇ ਕੌਮ ਸਾਂਭੂਗੀ। ਕੌਮ ਨੇ ਇੱਕ ਵਾਰ ਉਹਨਾਂ ਦੇ ਦਾਦਾ ਜੀ ਨੂੰ ਤੇ ਉਹਨਾਂ ਦੀ ਮਾਤਾ ਜੀ ਨੂੰ ਮੈਂਬਰ ਪਾਰਲੀਮੈਂਟ ਬਣਾਤਾ ਸੀਗਾ 89 ਦੇ ਵਿੱਚ। ਕਿੰਨੇ ਵਾਰ ਕਿਹੜੀ ਕਿਹੜੇ ਰਿਸ਼ਤੇ ਰਸਤੇ, ਮਤਲਬ ਅਸੀਂ ਕਿਹੜੀ ਕਿਹੜੀ ਗੱਲ ਕਰਨੀ ਹੈ ਕਿਸੇ ਵੀ ਮਾਮਲੇ 'ਚ, ਇੱਕੋ ਮਾਮਲੇ ਦੇ ਵਿੱਚ ਜਾ ਕੇ, ਔਰ ਉਹਨਾਂ ਗੱਲਾਂ ਨੂੰ ਵੀ ਤਾਂ ਅੱਗੇ ਵਿਚਾਰਨ ਦੀ ਲੋੜ ਪੈਂਦੀ ਹੈ। ਰੌਲਾ ਪੰਜਾਬ ਦੇ ਓਵਰਆਲ ਮਤਲਬ ਵਿਕਾਸ ਦੇ ਨਾਲ, ਉਹਨਾਂ ਦੇ ਬੱਚਿਆਂ ਦੇ ਨਾਲ, ਬਾਕੀ ਦੇ ਲੋਕਾਂ ਦੇ ਨਾਲ, ਜੇ ਇੰਨਾ ਮਾਈਗ੍ਰੇਸ਼ਨ ਹੋ ਰਹੀ ਹੈ ਪੰਜਾਬ 'ਚੋਂ, ਇੱਥੇ ਜੀ ਨਹੀਂ ਲੱਗਦਾ, ਪੰਜਾਬ ਦਾ ਪਾਣੀ ਮੁੱਕ ਗਿਆ, ਪੰਜਾਬ ਦੀ ਖੇਤੀ ਕ੍ਰਾਈਸਿਸ 'ਚ ਹੈ, ਜੇ ਬੋ, ਇਹਨਾਂ ਗੱਲਾਂ 'ਤੇ ਤੁਹਾਡੇ ਕੋਲ ਕੀ ਹੈ, ਇਹ ਵੀ ਤਾਂ ਨਾਲ ਲੈ ਕੇ ਆਉਣਾ ਚਾਹੀਦਾ ਨਾ। ਔਰ ਜੇ ਇਹ ਨਹੀਂ ਨਾਲ ਲਿਆਉਂਦੇ ਫਿਰ ਸ਼ਾਇਦ ਇਹ ਗੱਲ ਮੇਰੇ ਖਿਆਲ ਠੀਕ ਹੈ, ਵੋਟਾਂ ਪੈ ਜਾਣਗੀਆਂ, ਕੋਈ ਜਿੱਤ ਵੀ ਸਕਦਾ ਇੱਕ ਅੱਧਾ, ਇੱਕ ਬਾਕੀ ਦੇ ਨਹੀਂ ਵੀ ਜਿੱਤ ਸਕਦੇ, ਪਰ ਮਾਮਲਾ ਉੱਥੇ ਕਰਾਊਗਾ, ਪੰਜਾਬ ਦਾ ਬਹੁਤਾ ਸੌਰਨ ਵਾਲੀ ਗੱਲ ਨਹੀਂ। ਇੱਕ ਸਵਾਲ ਜਿਹੜਾ ਤੁਸੀਂ ਦੋ ਤਿੰਨ ਪਰਤਾਂ 'ਚ ਐਡਰੈਸ ਕਰਤਾ ਹੁਣੇ ਹੀ, ਲੇਕਿਨ ਮੈਂ ਸਿੱਧਾ ਸਵਾਲ, ਸਟ੍ਰੀਕ ਸਵਾਲ ਕਰਨਾ ਚਾਹ ਰਿਹਾ, ਜਿਨ੍ਹਾਂ ਲੋਕਾਂ ਨੇ ਕੁੱਟ ਖਾਧੀ ਆ ਇਸ ਖਿੱਤੇ 'ਚ, ਖਾਸ ਤੌਰ 'ਤੇ 4-5 ਅਸੈਂਬਲੀ ਹਲਕੇ ਨੇ ਤਰਨ ਤਾਰਨ ਦੇ, ਪੰਥਕਤਾ ਇੱਥੇ ਕੀ ਖੜੀ ਹੈ, ਪੰਥਕਤਾ ਨੂੰ ਕਿਵੇਂ ਪ੍ਰਭਾਸ਼ਿਤ ਕਰੀਏ, ਅਜੇ ਤੱਕ ਸਾਡੇ ਕੋਲ ਸਿੱਖ ਸ਼ਬਦ ਕੋਈ ਆਏ ਨਹੀਂ, ਲੇਕਿਨ ਜੇ ਮੋਟੇ ਤੌਰ 'ਤੇ ਇੱਕ ਭਾਵੁਕਤਾ ਦੀ ਗੱਲ ਕਰੀਏ, ਤਾਂ ਮੈਂ ਕਾਫੀ ਲੋਕਾਂ ਨਾਲ ਗੱਲ ਕਰਨ ਦਾ ਯਤਨ ਕੀਤਾ ਹੈ, ਜਿਨ੍ਹਾਂ ਦੇ ਵਿੱਚ ਕਾਫੀ ਐਸੇ ਨੇ ਜਿਹੜੇ ਭਾਵੁਕਤਾ ਦੇ ਵਹਿਣ ਵਿੱਚ ਨਾਲ ਹੀ ਨੇ, ਉਹ ਕਹਿੰਦੇ ਨੇ ਕਿ ਸਾਡੇ ਇਸ ਖਿੱਤੇ ਵਿੱਚ ਦੋ ਵਿਚਾਰ ਨੇ, ਇੱਕ ਯੂਥ ਦਾ ਵਿਚਾਰ ਹੈ ਬਿਲਕੁਲ ਨਵੇਂ ਮੁੰਡਿਆਂ ਦਾ, ਜਿਹੜਾ ਬਿਲਕੁਲ ਲਹਿਰ ਵਾਂਗ ਹੈ, ਲੇਕਿਨ ਜਿਨ੍ਹਾਂ ਨੇ ਮਾਰ ਖਾਧੀ ਆ ਉਹ ਬਹੁਤ ਪਰਿਵਾਰ ਨੇ, ਕਿਸੇ ਵੀ ਰੂਪ ਦੇ ਵਿੱਚ ਕਿਸੇ ਨੂੰ ਸੇਕ ਲੱਗਿਆ ਉਹ ਬਹੁਤ ਪਰਿਵਾਰ ਨੇ, ਕੋਈ ਵੀ ਹਿੰਸਾ ਦਾ ਸਮਰਥਨ ਕਰਨ ਦੀ ਜ਼ਰੂਰਤ ਹੀ ਨਹੀਂ ਕਰ ਪਾ ਰਿਹਾ, ਇੰਨੀ ਕੁ ਹੁਣ ਤੱਕ ਕੁੱਟ ਪੈ ਗਈ, ਇੰਨੇ ਕੁ ਨੁਕਸਾਨ ਹੋ ਚੁੱਕਿਆ ਕਿ ਕੋਈ ਖੁੱਲੇ ਰੂਪ ਵਿੱਚ ਜੇ ਅੰਮ੍ਰਿਤਪਾਲ ਕਵੇ ਕਿ ਅਸੀਂ ਤਾਂ ਆਹ ਲੜਾਈਆਂ ਲੜਨੀਆਂ ਨੇ, ਉੱਧਰ ਜਾਣ ਲਈ ਕੋਈ ਰੈਡੀ ਨਹੀਂ ਹੈ। ਅੰਮ੍ਰਿਤਪਾਲ ਨੇ ਪਹਿਲਾ ਸਟੈਪ ਲੈ ਲਿਆ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਆਪਣਾ ਹਲਫਨਾਮਾ ਦੇ ਕੇ ਕਿ ਮੈਂ ਪੂਰੀ ਤਰ੍ਹਾਂ ਭਾਰਤ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖੂੰਗਾ, ਇਹ ਗੱਲ ਲੋਕ ਕਰਦੇ ਨੇ ਕਿ ਉਹਨੇ ਤਾਂ ਸੰਵਿਧਾਨ ਨੂੰ ਮੰਨ ਲਿਆ, ਹੁਣ ਕੀ ਅੰਮ੍ਰਿਤਪਾਲ ਨੂੰ ਅਜੇ ਹੋਰ ਸਥਿਤੀ ਕਲੀਅਰ ਕਰਨੀ ਪਊਗੀ ਕਿ ਉਹ ਹੁਣ ਜਿਹੜਾ ਇੱਕ ਪੰਥਕ ਮੁਹਾਵਰਾ ਹੈ, ਜਿਹੜੀ ਇੱਕ ਅਕਾਲੀਅਤ ਵਾਲੀ ਗੱਲ ਹੁੰਦੀ ਸੀ, ਜਿਹੜੀ ਇੱਕ ਸਿੱਖ ਮਸਲਿਆਂ ਦੀ ਗੱਲ ਸੀਗੀ, ਕੀ ਉਹਦੇ ਉੱਤੇ ਤੁਰੇਗਾ ਤੇ ਤੁਰੇਗਾ ਵੋਟ ਪ੍ਰਣਾਲੀ ਦੇ ਵਿੱਚ ਯਕੀਨ ਰੱਖ ਕੇ ਉਹ ਲੋਕਤੰਤਰੀ ਤਰੀਕੇ ਨਾਲ ਲੜੂਗਾ, ਜਾਂ ਉਹ ਇਸ ਵੈਕਿਊਮ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਪ੍ਰਵੇਲ ਕਰਦਾ ਉਹਨੂੰ ਭਰਨ ਦਾ ਯਤਨ ਕਰੂਗਾ, ਉਹਨੇ ਅਜੇ ਜਾਂ ਆਪਣੇ ਕਿਸੇ ਬੰਦੇ ਰਾਹੀਂ ਇਹ ਕਲੀਅਰ ਕਰਨਾ ਹੈ ਕਿ ਉਹਨੇ ਕਿਹੜੀ ਧਾਰਾਧਰ, ਹੁਣ ਤੱਕ ਤੇ ਇਹੀ ਮੰਨਿਆ ਜਾਂਦਾ ਉਹ ਗਰਮ ਖਿਆਲੀ, ਕੀ ਇਹ ਵੋਟ ਪੈਟਰਨ ਉਹਦੇ ਨਾਲ ਪ੍ਰਭਾਵਿਤ ਹੋਊਗਾ, ਜੇ ਉਹ ਕਲੈਰਿਟੀ ਦੇ ਦਿੰਦਾ ਕਿ ਮੇਰਾ ਕਿਸੇ ਵੀ ਐਸੀ ਮੂਵਮੈਂਟ ਨਾਲ ਕੋਈ ਸੰਬੰਧ ਨਹੀਂ ਜਿਹੜੀ ਅੱਗੇ ਜਾ ਕੇ ਹਥਿਆਰ ਦੀ ਗੱਲ ਕਰਦੀ ਹੋਵੇ,
ਮੈਂ ਪੂਰੀ ਤਰ੍ਹਾਂ ਦੇਸ਼ ਦੇ ਸੰਵਿਧਾਨ ਦੇ ਅੰਤਰਗਤ ਇੱਥੋਂ ਦੇ ਸਿਆਸੀ ਦ੍ਰਿਸ਼ ਦੇ ਵਿੱਚ ਲੜੂੰਗਾ ਤੇ ਪੰਜਾਬ ਨੂੰ ਬਦਲ ਦੇਊਂਗਾ। ਤੁਹਾਨੂੰ ਲੱਗਦਾ ਕਿ ਇਹਦੇ ਨਾਲ ਵੋਟ ਪ੍ਰਤੀਸ਼ਤ ਤੇ ਵੋਟ ਦਾ ਤਰੀਕਾ ਬਦਲ ਜਾਊਗਾ, ਅੰਮ੍ਰਿਤਪਾਲ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ ਕਿਉਂਕਿ ਵੈਕਿਊਮ ਇੱਕ ਖੂਬ ਸੰਘਣਾ ਹੈ? ਨਹੀਂ, ਮੈਨੂੰ ਲੱਗਦਾ ਵੀ ਇਕੱਲੇ ਨਾਰੇ ਨਾਲ ਇਹ ਗੱਲਾਂ ਹੁੰਦੀਆਂ ਨੇ, ਉਹਦੀ ਪ੍ਰੈਕਟਿਸ ਵੀ ਹੈ ਪਿਛਲੀ ਲੋਕਾਂ ਦੇ ਜਦੋਂ ਆਏ ਪ੍ਰੈਕਟਿਸ ਤਾਂ ਇੰਨੇ ਬਾਡੀਗਾਰਡਾਂ ਚ ਘਿਰਿਆ ਹੈ ਤੇ ਜਿੰਨੀਆਂ ਸਪੀਚਜ਼ ਨੇ ਉਹ ਸਪੀਚਜ਼ ਦੇ ਵਿੱਚ ਕੰਟੀਨਿਊਟੀ ਨਹੀਂ ਹੈ, ਉਹਦੇ ਚ ਬਦਲਾਅ ਨੇ ਵੱਖ ਵੱਖ ਕਿਸਮ ਦੇ, ਜਦੋਂ ਕਦੇ ਕੁਛ ਕਦੇ ਕੁਛ ਕਦੇ ਕੁਛ ਕਦੇ ਕੁਛ, ਇੱਕ ਕਲੈਰਿਟੀ ਆਫ ਥਾਟ ਨਹੀਂ ਹੈ। ਹਾਂ, ਜਿਹੜੇ ਲੋਕ ਹੁੰਦੇ ਨੇ ਨਾ ਗਰਮ ਖਿਆਲ ਦਾ, ਇੱਕ ਗਰਮ ਖਿਆਲੀ ਆ ਮੈਂ ਨਰਮ ਖਿਆਲੀ ਆ, ਇਹ ਨਹੀਂ, ਇਹ ਹਾਲਾਤ ਤੇ ਡਿਪੈਂਡ ਕਰਦਾ ਹੁੰਦਾ। ਔਰ ਹਿਸਟਰੀ ਦੇ ਵਿੱਚ ਜਿਹੜੇ ਬੰਦੇ ਨੇ ਪੰਜਾਬ 'ਚ ਨੋਰਮਲੀ ਇੱਕ ਨਾ ਸਲੋਗਨ ਜਿਹਾ ਤੁਰਿਆ ਹੋਇਆ ਵੀ ਜਿਹੜਾ ਬੰਦਾ ਕਹਿੰਦਾ ਵੀ ਪੀਸਫੁਲ ਰਹੋ, ਉਹ ਕਹਿੰਦੇ ਤਾਂ ਗਾਂਧੀਵਾਦੀ ਹੋ ਗਿਆ ਜੀ। ਜਿਵੇਂ ਗਾਲ ਜੀ ਹੁੰਦੀ ਆ ਨਾ, ਪਤਾ ਨਹੀਂ ਇਹ ਡਰਦਾ, ਇਹ ਡਰਪੋਕ ਹੈ। ਤੁਸੀਂ ਆਪਣੀ ਮੂਵਮੈਂਟ ਨਾਲ ਮਤਲਬ ਅੰਗੇਜ ਨਹੀਂ ਕਰ ਰਹੇ, ਸਾਰੇ ਅਕਾਲੀ ਮੋਰਚੇ ਨਾਮਧਾਰੀ ਮੂਵਮੈਂਟ ਤੋਂ ਲੈ ਕੇ ਜਿੱਥੇ ਉਹ ਬੰਦੇ ਕਹਿੰਦੇ ਨੇ ਕਿ ਛੋਟਾ ਬੰਦਾ ਤੋਪ ਦੇ ਉੱਪਰ ਦੀ ਲੰਘ ਜਾਂਦੀ ਹੈ ਤੋਪ ਤੇ, ਤੁਸੀਂ ਹੇਠਾਂ ਮਤਲਬ ਟੇਬਲ ਰੱਖ ਕੇ ਇੱਟਾਂ ਚਿੜ ਕੇ ਉੱਪਰ ਖੜਦੇ ਹੋ ਕਿ ਮੈਨੂੰ ਕਿਉਂ ਨੀ ਮਾਰਿਆ ਜਾ ਰਿਹਾ, ਉਹ ਸਾਰੀਆਂ ਪੀਸਫੁਲ ਮੂਵਮੈਂਟਾਂ ਨੇ। ਪੀਸਫੁਲ ਮੂਵਮੈਂਟਾਂ ਦੀਆਂ ਜਿੱਡੀਆਂ ਵੱਡੀਆਂ ਕੁਰਬਾਨੀਆਂ ਨੇ ਉਹ ਬੇਹੱਦ ਵੱਡੀਆਂ ਨੇ ਸਿੱਖ ਇਤਿਹਾਸ ਦੇ ਵਿੱਚ, ਔਰ ਗੁਰੂਆਂ ਤੋਂ ਲੈ ਕੇ ਉਦੋਂ ਬਾਅਦ ਜਿਹੜੀਆਂ ਜਾਂਦੀਆਂ ਨੇ। ਜਿਹੜਾ ਇਹ ਬੈਨਰੀ ਸਰਜਰੀ ਆਹ ਕਰਪਟ ਮਤਲਬ ਡਰਦਾ ਬੰਦਾ ਹੈ, ਆਹ ਨਹੀਂ ਹੈ, ਆਹ ਫਲਾਨਾ ਹੈ, ਆਹ ਫਲਾਨਾ ਹੈ, ਦੂਜਾ ਸਟੇਟ ਦਾ ਕਰੈਕਟਰ ਜਿੰਨਾ ਬਦਲ ਗਿਆ ਉਦੋਂ ਤੋਂ ਲੈ ਕੇ ਅੱਜ ਤੱਕ, ਤੁਹਾਡੀ ਜੇਬ 'ਚ ਤੁਹਾਡੇ ਨਾਲ ਨਾਲ ਫਿਰਦੀ ਹੈ, ਜਿਹਨੂੰ ਲੋਕ ਏਜੰਸੀਆਂ ਵੀ ਇਹਦੀ ਓਪਰੇਸ਼ਨ ਕਹਿੰਦੇ ਨੇ। ਔਰ ਇਹਨਾਂ ਗੱਲਾਂ ਦਾ ਜਵਾਬ ਤਾਂ ਦੇਣਾ ਹੀ ਪਏਗਾ। ਦੇਖੋ, ਸੁਖਬੀਰ ਬਾਦਲ ਨੇ ਐਲੀਗੇਸ਼ਨ ਲਾਇਆ, ਮੰਨ ਲਓ ਬਲਟੋਏ ਨੇ ਲਾਇਆ, ਨਾ ਦਿਓ ਤੁਸੀਂ, ਉਹ ਇੱਕ ਅਲੱਗ ਗੱਲ ਹੈ ਕਿ ਜੀ ਕਿਉਂਕਿ ਭਰੋਸੇਯੋਗਤਾ ਦਾ ਸਵਾਲ ਹੈ, ਲੋਕ ਕਹਿੰਦੇ ਨੇ ਤਾਂ ਜਾਣ ਬੁੱਝ ਕੇ ਲਾਉਂਦੇ ਨੇ ਜੀ, ਪਰ ਇਹ ਸਵਾਲ ਤਾਂ ਲੋਕਾਂ ਲਈ ਵੀ ਜ਼ਰੂਰੀ ਹੈ ਨਾ, ਜਿਹੜੇ ਤੁਹਾਨੂੰ ਵੋਟ ਪਾਉਣਗੇ, ਕਿ ਕੀ ਭਾਈ ਸਾਹਿਬ ਜਿਹੜੇ ਇਹ ਚੀਜ਼ਾਂ ਲਾ ਰਹੇ ਨੇ ਐਲੀਗੇਸ਼ਨ, ਰਾਜਦੇਵ ਸਿੰਘ ਤੋਂ ਲੈ ਕੇ, ਕਿ ਉਹਦੀ ਵਿਚਾਰ ਕੀ ਹੈ, ਕਿੱਥੋਂ ਆ ਕੇ ਲੜਾਇਆ ਜਾ ਰਿਹਾ, ਕੀ ਇਹ ਸਿਲੰਡਰ ਦੇ ਸਵਾਲ ਸੀ, ਕੀ ਇਹ ਡਿਜ਼ਾਇਨ ਸੀ ਜਾਂ ਨਹੀਂ ਸੀ, ਜਿੰਨਾ ਕਲੀਅਰ ਕਰ ਦੋਗੇ ਉਨਾ ਕੁ ਲੋਕ ਜ਼ਿਆਦਾ ਕੋਨਫੀਡੈਂਟ ਹੋਣਗੇ, ਸਗੋਂ ਕਿ ਹਾਂਜੀ ਗੱਲ ਠੀਕ ਹੈ, ਸਾਨੂੰ ਸਮਝ ਆ ਗਈ, ਆਪਾਂ ਇਹਨੂੰ ਇਸ ਲੈਵਲ ਤੇ ਗੱਲ ਕਰਦੇ ਹਾਂ। ਜੇ ਉਹਨੂੰ ਹਵਾ 'ਚ ਉਡਾ ਦੋਗੇ, ਫਾਰ ਦੀ ਟਾਈਮਿੰਗ ਹੋ ਸਕਦਾ ਜਜ਼ਬਾਤ ਕੰਮ ਕਰ ਜੂਗਾ। ਨੋਰਮਲੀ 15 ਸਾਲ ਬਾਅਦ ਇੱਕ ਜਨਰੇਸ਼ਨ ਬਦਲ ਜਾਂਦੀ ਹੈ, ਹੁਣ 20 ਸਾਲ ਹੋ ਗਏ ਪੰਜਾਬ ਦੇ ਉਹ ਸਾਰੇ ਵਰਤਾਰੇ ਨੂੰ ਪੂਰੀ ਤਰ੍ਹਾਂ ਡਿਲਟ ਹੋਏ, ਤਾਂ ਨਵੀਂ ਜਨਰੇਸ਼ਨ ਨੂੰ ਉਨਾ ਸੇਕ ਕਈ ਵਾਰ ਨਹੀਂ ਲੱਗਦਾ ਹੁੰਦਾ, ਔਰ ਯੂਥ ਨੂੰ ਉਨਾ ਪਿਛੋਕੜ 'ਚ ਪੜ੍ਹਾਈ ਲਿਖਾਈ ਜਾਂ ਉਹਦੇ ਨਾਲ ਜੋੜ ਕੇ, ਅਸੀਂ ਰਿਵਿਊ ਕੀਤਾ ਵੀ ਨਹੀਂ, ਖੈਰ ਪ੍ਰੋਪਰਲੀ ਨਿੱਠ ਕੇ ਕਿਉਂ ਰਿਵਿਊ ਵੀ ਨਹੀਂ ਕੀਤਾ ਉਹ ਸਾਰੇ ਸੈਟਅਪ ਦਾ, ਇਹ ਪੁਰਾਣੀ ਪੀੜ੍ਹੀ ਦਾ ਵੀ ਸਵਾਲ ਹੈ। ਔਰ ਈਵਨ ਅਕਾਲੀ ਦਲ ਵੀ ਇਹੀ ਕਹਿੰਦਾ ਰਿਹਾ ਕਿ ਪਰਦਾ ਪਾ ਕੇ ਅੱਗੇ ਚੱਲੋ, ਸਾਡੀਆਂ ਸਿਆਸੀ ਧਿਰਾਂ ਕਹਿੰਦੇ ਰਹੀਆਂ ਮਿੱਟੀ ਪਾ ਕੇ ਅੱਗੇ ਚੱਲੋ ਜੀ, ਹੁਣ ਜ਼ਖਮ ਨੱਕ ਦੇ ਰਹੋ। ਜੇ ਕਿਤੇ ਸਿੱਖ ਸੰਗ ਨਾਲ ਰਿਵਿਊ ਕੀਤਾ ਹੁੰਦਾ ਤਾਂ ਸ਼ਾਇਦ ਇਹ ਵਾਰ ਵਾਰ ਸਮੱਸਿਆਵਾਂ ਪੈਦਾ ਨਹੀਂ ਸੀ ਹੋਣੀਆਂ ਉਸ ਪੱਧਰ ਦੇ ਉੱਤੇ। ਹੁਣ ਜੇਕਰ ਅੰਮ੍ਰਿਤਪਾਲ ਸਿੰਘ ਆਉਣਗੇ ਇਸ ਧਾਰਾ ਦੇ ਵਿੱਚ ਆਉਣਗੇ ਤਾਂ ਇਹ ਧਾਰਾ ਹੀ ਅਡੋਪਟ ਕਰਨੀ ਪਏਗੀ, ਨਹੀਂ ਫਿਰ ਇੱਕ ਵਾਰ ਛੱਡ ਕੇ ਦੂਜੀ ਤੋਂ ਦੂਜੀ ਜਾਣਾ ਬੜਾ ਮੁਸ਼ਕਲ ਕੰਮ ਹੈ ਮੇਰੇ ਖਿਆਲ ਹੈ। ਇਹੋ ਜਿਹਾ ਕੋਈ ਤਜਰਬਾ ਦੱਸੇ ਕਿ ਫਲਾਨੇ ਬੰਦੇ ਨੇ ਆਹ ਕੀਤਾ ਸੀ, ਉਦੋਂ ਬਾਅਦ ਉਹਦੀ ਪ੍ਰੈਕਟਿਸ ਆਏ, ਉਹ ਫਲਾਨੇ ਪਾਸੇ ਚਲਾ ਗਿਆ ਜੀ, ਦੇਖ ਲਓ ਤੁਹਾਡਾ ਕੀ ਹੈ। ਉਹ ਕਹੇ ਜਾਂ ਨਾ ਕਹੇ, ਜਦ ਤੁਸੀਂ ਇੱਕ ਲਾਈਨ ਅਡੋਪਟ ਕਰ ਲਈ, ਤੁਸੀਂ ਉਸ ਪਾਸੇ ਵੱਲ ਹੀ ਤੁਹਾਡਾ ਰੁੱਖ ਹੋ ਗਿਆ, ਤੁਹਾਡੀਆਂ ਸਹੁੰਆਂ ਨੇ, ਤੁਹਾਡੀਆਂ ਬਾਕੀ ਚੀਜ਼ਾਂ ਨੇ, ਇਹ ਸਾਰੀਆਂ ਚੀਜ਼ਾਂ ਦੱਸਦੀਆਂ ਨੇ ਕਿ ਮੋੜ ਹੈ। ਮੋੜੇ ਨੂੰ ਕੁਝ ਟਾਈਮ ਦੇਣਾ ਚਾਹੀਦਾ ਮੇਰੇ ਖਿਆਲ ਹੈ, ਇੱਕੋ ਦਮ ਬੰਦਾ ਸਾਰਾ ਕੁਝ ਕਹਿ ਵੀ ਨਹੀਂ ਸਕਦਾ, ਇੱਕ ਪ੍ਰੋਸੈਸ ਦੇ ਵਿੱਚੋਂ ਹੀ ਸ਼ਾਇਦ ਵਿਚਰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇਕਰ ਉਧਰ ਨੂੰ ਜਾਂਦਾ ਤਾਂ। ਪਰ ਇਹ ਜ਼ਰੂਰ ਹੈ, ਅੰਮ੍ਰਿਤਪਾਲ ਦੀ ਰਾਏ ਨਾਲ ਇਹ ਸਾਰੀ ਕੰਪੇਨ ਚੱਲ ਰਹੀ ਹੈ, ਉਹ ਉਲੀਕਦੇ ਨੇ ਕੰਪੇਨ, ਜਾਂ ਜਿਹੜੇ ਇੱਥੋਂ ਵਾਲੇ ਸੱਜਣ ਨੇ ਜਿਹੜੇ ਕੰਪੇਨ ਉਲੀਕ ਰਹੇ ਨੇ ਉਹ ਕਿੰਨੇ ਕੁ ਮੈਚਿਓਰ ਨੇ ਆਪਣੇ ਦਮ ਤੇ, ਉਹਨਾਂ ਕੋਲ ਕਿੰਨੀ ਕੁ ਪੋਲੀਟੀਕਲ ਵਿਜ਼ਡਮ ਹੈ, ਕਿੰਨੀ ਕੁ ਪੋਲੀਟੀਕਲ ਸਿਆਣਪ ਹੈ,
ਹੁਣ ਰੋਜ਼ ਉੱਥੇ ਬੈਠ ਕੇ ਤਾਂ ਗੱਲ ਨਹੀਂ ਹੋ ਰਹੀ ਹੋਣੀ ਅੰਮ੍ਰਿਤਪਾਲ ਨਾਲ, ਤਾਂ ਵੀ ਕੀ ਕਰਨਾ ਕੀ ਨਹੀਂ ਕਰਨਾ, ਇਹਨਾਂ ਦਾ ਵੀ ਤੁਹਾਡੀ ਟੀਮ ਕਿਹੜੀ ਹੈ, ਮਤਲਬ ਉਹ ਵੀ ਤਾਂ ਇੱਕ ਬੜੀ ਵੱਡੀ ਗੱਲ ਹੈ ਨਾ ਕਿਸ ਤਰ੍ਹਾਂ ਕਿਸੇ ਰੂਪ ਦੇ ਵਿੱਚ। ਔਰ ਤੁਸੀਂ ਇਹਦਾ ਮਤਲਬ ਕਿ ਅੱਗੇ ਨੂੰ ਫਿਰ ਜਿਵੇਂ ਇੱਕ ਮੌਕਾ ਆਇਆ ਸੀ ਜਦੋਂ ਦਲਜੀਤ ਬਿੱਟੂ ਉਹਨਾਂ ਦਾ ਗਰੁੱਪ ਵੀ ਡੈਮੋਕਰੇਟਿਕ ਪੋਲਿਟਿਕਸ ਚ ਆਉਣ ਲੱਗਿਆ ਸੀ, ਫਿਰ ਇਹ ਅਕਾਲੀ ਦਲ ਅੰਮ੍ਰਿਤਸਰ ਨਾਲ ਮਰਜਰ ਹੋ ਗਿਆ ਸੀਗਾ ਬਾਅਦ ਦੇ ਵਿੱਚ ਆ ਕੇ, ਔਰ ਉਦੋਂ ਬਾਅਦ ਜਾ ਕੇ ਫਿਰ ਬਿੱਟੂ ਤਾਂ ਸਾਈਡ ਲਾਈਨ ਹੋ ਗਏ ਸੀ, ਜਿਹੜੇ ਇਹਨਾਂ ਦੇ ਸੈਕਿੰਡ ਤੋਂ ਬਾਕੀ ਬੰਦੇ ਸੀ ਹਰਪਾਲ ਸਿੰਘ ਚੀਮੇ ਉਹ ਵੱਖ ਵੱਖ ਬੰਦੇ, ਉਹ ਕਿੱਥੇ ਗਏ, ਉਹ ਮਰਜਰ ਅਤੇ ਮਰਜਰ ਅਤੇ ਉੱਥੇ ਚਲੇ ਗਏ, ਉਹ ਤੁਸੀਂ ਬਾਕੀ ਕੀ ਰਹਿ ਗਿਆ ਫਿਰ, ਹੋਰ ਤਾਂ ਬਾਕੀ ਤਾਂ ਨਹੀਂ ਹੈ ਨਾ, ਜਦੋਂ ਉਹਨਾਂ ਦਿਨਾਂ ਚ ਚੋਣ ਨਹੀਂ ਸੀ ਆਈ, ਕੋਈ ਇਹੋ ਜਿਹਾ ਚੋਣ ਨਹੀਂ ਸੀ ਲੜੀ, ਪਰ ਜਿਹੜੀ ਜਮਹੂਰੀ ਪੋਲਿਟਿਕਸ ਹੈ ਉਹਦਾ ਮਜਾਜ ਹੋਰ ਹੈ, ਦੂਜੀ ਦਾ ਹੋਰ ਹੈ, ਇਹ ਬਿਲਕੁਲ ਹੀ ਅਸਲੋਂ ਅਲੱਗ ਧਰਾਵਾਂ। ਬਿਲਕੁਲ, ਅੰਮ੍ਰਿਤਪਾਲ ਮੌਜੂਦ ਵੀ ਨਹੀਂ ਹੈ ਜਵਾਬ ਦੇਣ ਲਈ, ਤੇ ਉਹਨਾਂ ਨੇ ਕੋਈ ਅਧਿਕਾਰਤ ਤੌਰ ਤੇ ਨੁਮਾਇੰਦਾ ਘੋਸ਼ਿਤ ਵੀ ਨਹੀਂ ਕੀਤਾ ਕਿ ਇਹ ਬੰਦਾ ਮੇਰੀ ਗੈਰ ਹਾਜ਼ਰੀ ਵਿੱਚ ਜਵਾਬ ਦੇਊਗਾ, ਇਸ ਕਰਕੇ ਇਸ ਮੌਕੇ ਤੇ ਕਿੱਥੋਂ ਕੋਈ ਜਵਾਬ ਆਵੇ, ਕਿੰਨਾ ਸਵਾਲਾਂ ਨੂੰ ਕੋਈ ਐਡਰੈਸ ਕਰੇ, ਜਿੱਦਾਂ ਰੋਲ ਕਚੋਲੇ ਦੇ ਵਿੱਚ ਇਲੈਕਸ਼ਨ ਲੰਘ ਜੇ ਤੇ ਜੇ ਵੇਗ ਕੰਮ ਕਰ ਗਿਆ, ਭਾਵੁਕਤਾ ਕੰਮ ਕਰ ਗਈ, ਤਾਂ ਬੰਦਾ ਪਾਰਲੀਮੈਂਟ ਚ, ਤੇ ਪਾਰਲੀਮੈਂਟ ਦੇ ਵਿੱਚ ਜਾਣ ਦਾ ਤੇ ਤੁਹਾਨੂੰ ਪਤਾ ਹੀ ਆ, ਪਾਰਲੀਮੈਂਟ ਚ ਤੇ ਇਸ ਵਾਰੀ ਹੋ ਸਕਦਾ ਲੋਡ ਵੀ ਬੜੇ ਬੰਦਿਆਂ ਦੀ ਪੈ ਜੇ, ਹੁਣ ਤੁਸੀਂ ਕਿਹੜੀ ਧਾਰਾ ਨਾਲ ਚਲੇ ਜਾਓਗੇ ਇਹ ਵੀ ਕੋਈ ਪਤਾ ਨਹੀਂ, ਕਿਉਂਕਿ ਤੁਸੀਂ ਤਾਂ ਕਿਹਾ ਹੀ ਨਹੀਂ ਪਹਿਲਾਂ ਕਿ ਮੈਂ ਇਹਦੇ ਨਾਲ ਜਾਊਂਗਾ ਇਹਦੇ ਨਾਲ ਨਹੀਂ ਜਾਊਂਗਾ, ਇਸ ਕਰਕੇ ਚੀਜ਼ਾਂ ਤਾਂ ਖੁੱਲੇ ਚ ਛੱਡ ਦੇਣੀਆਂ ਚਾਹੀਦੀਆਂ, ਮੁਕੱਦਰ ਦੇ ਵੀ ਫੈਸਲੇ ਹੁੰਦੇ ਆ, ਇੱਕ ਵਿਅਕਤੀ ਥੋੜੇ ਸਮੇਂ ਦੇ ਵਿੱਚ ਆਪਣੇ ਕਈ ਸਰੂਪਾਂ ਦੇ ਵਿੱਚ ਪੇਸ਼ ਹੁੰਦਾ ਹੈ, ਔਰ ਉਸ ਤੋਂ ਬਾਅਦ ਉਹਦੇ ਨਾਲ ਇਹ ਸਭ ਕੁਝ ਵਾਪਰਦਾ ਜਿਹਨੂੰ ਕੌਮ ਬਹੁਤਾ ਚੰਗਾ ਨਹੀਂ ਮੰਨਦੀ, ਉਹਨੇ ਅਜੇ ਕਈ ਸਵਾਲਾਂ ਦੇ ਜਵਾਬ ਦੇਣੇ ਆ ਜਿਹੜੇ ਅੰਦਰ ਦੀਆਂ ਜਾਣਨ ਵਾਲੇ ਨੇ ਉਹ ਸਵਾਲ ਕਰੀ ਜਾਂਦੇ ਨੇ, ਅਜੇ ਕਈ ਤਾਂ ਇਹ ਵੀ ਕਹਿੰਦੇ ਨੇ ਕਿ ਸਵਾਲ ਹੋਰ ਵੀ ਆ ਜਿਹੜੇ ਹੋਣੇ ਨੇ ਜਾਂ ਹੋ ਵੀ ਸਕਦੇ ਆ, ਪਰ ਇਲੈਕਸ਼ਨ ਤਾਂ ਹੁਣ ਚਰਮ ਸੀਮਾ ਤੇ ਆ, ਆਉਂਦੇ ਕੋਈ ਦਿਨਾਂ 'ਚ ਫੈਸਲੇ ਹੋ ਜਾਣੇ। ਮੈਂ ਅੱਗੇ ਚੱਲਦਾ, ਸਾਹਮੀਰ ਸਿੰਘ ਜੀ ਇੱਕ ਸਵਾਲ ਕੱਲ ਦਾ ਨਾ ਬ੍ਰੇਨ 'ਚ ਆਈ ਜਾਂਦਾ, ਬਹੁਤ ਸਾਰੇ ਲੋਕਾਂ ਨੇ ਸਵਾਲ ਪੁੱਛੇ ਕਿ ਪੰਜਾਬ ਦੇ ਵਿੱਚ ਕੀ ਮੀਡੀਆ ਦਾ ਪੂਰੀ ਤਰ੍ਹਾਂ ਹੀ ਦਮ ਘੁੱਟ ਗਿਆ, ਦੋ ਤਰ੍ਹਾਂ ਦੀਆਂ ਗੱਲਾਂ ਨੇ, ਤੁਸੀਂ ਆਪਣਾ ਅਨੁਭਵ ਜ਼ਰੂਰ ਸ਼ੇਅਰ ਕਰਿਓ, ਮੈਂ ਤਾਂ ਜ਼ਰੂਰ ਕਰੂੰਗਾ। ਕਈ ਵਾਰੀ ਤਾਂ ਇਹ ਮੰਨਿਆ ਜਾਂਦਾ ਹੈ ਕਿ ਅਸੀਂ ਸਰੈਂਡਰ ਕਰਦੇ ਹਾਂ, ਅਸੀਂ ਲੋਕ ਬੋਲਣ ਵਾਲੇ ਲਿਖਣ ਵਾਲੇ ਅਸੀਂ ਸਰੈਂਡਰ ਕਰਦੇ ਹਾਂ, ਫਿਰ ਸਾਡੀ ਕੀਮਤ ਵੀ ਤੈਅ ਹੋ ਜਾਂਦੀ ਹੈ, ਔਰ ਹੁੰਦੀ ਵੀ ਇਹ 'ਚ ਕੋਈ ਦੋ ਰਾਵਾਂ ਨਹੀਂ। ਮੈਨੂੰ ਇੱਕ ਸਾਲਾਂ ਦੇ ਅਨੁਭਵ ਵਿੱਚ ਇਹ ਮਹਿਸੂਸ ਕਦੇ ਨਹੀਂ ਹੋਇਆ ਕਿ ਮੈਨੂੰ ਕਿਸੇ ਨੇ ਵਿਅਕਤੀਗਤ ਤੌਰ ਤੇ ਕਾਲ ਕਰਕੇ ਥ੍ਰੈਟ ਕੀਤਾ ਹੋਵੇ ਜਾਂ ਆਪਣੀ ਰਾਏ ਬਦਲਣ ਲਈ ਕਿਹਾ ਹੋਵੇ। ਕਿਸੇ ਨਾਲ ਅਸੀਂ ਗੱਲ ਕਰਦੇ ਹਾਂ ਤੇ ਉਹਦਾ ਅਸਰ ਲੈ ਲੈਂਦੇ ਹਾਂ, ਉਹ ਗੱਲ ਵੱਖਰੀ ਆ, ਉਹ ਅਸਰ ਕਿਤੇ ਇੱਕ ਦਿਨ ਲਈ ਹੋ ਸਕਦਾ ਹੈ। ਸਾਹਮੀਰ ਸਿੰਘ ਜੀ, ਮੈਂ ਤੁਹਾਡੇ ਤੋਂ ਵੀ ਸਮਝਣਾ ਚਾਹੁੰਦਾ ਕਿ ਤੁਹਾਨੂੰ ਕਦੇ ਥ੍ਰੈਟ ਆਇਆ ਹੋਵੇ, ਕਿਉਂਕਿ ਤੁਸੀਂ ਕਦੇ ਕਿਸੇ ਨੂੰ ਲੌਜਿਕ ਦੇ ਉੱਤੇ ਕਦੇ ਨਹੀਂ ਰਿਆਇਤ ਕੀਤੀ, ਤੁਹਾਨੂੰ ਕਦੇ ਥ੍ਰੈਟ ਆਇਆ ਹੋਵੇ, ਪੰਜਾਬ ਦੇ ਵਿੱਚ ਪੱਤਰਕਾਰਤਾ ਨੂੰ ਲੈ ਕੇ ਪੂਰੀ ਤਰ੍ਹਾਂ ਗਲਾ ਘੁੱਟ ਦਿੱਤਾ ਗਿਆ ਹੋਵੇ ਵੀ ਕੋਈ ਬੋਲਣ ਹੀ ਨਹੀਂ ਦੇਣਾ ਤੇ ਪਰਚੇ ਦਰਜ ਕਰੀ ਜਾਣੇ, ਐਸੀ ਸਥਿਤੀ ਮੈਂ ਇੱਕ ਤਾਂ ਤੁਹਾਡੇ ਕੋਲ ਸਮਝਣਾ ਚਾਹੁੰਦਾ, ਤੇ ਸੰਦਰਭ ਮੇਰਾ ਬਰਜਿੰਦਰ ਸਿੰਘ ਹਮਦਰਦ ਮੀਡੀਆ ਤੇ ਹਮਲਾ, ਉਹਨਾਂ ਦੇ ਖਿਲਾਫ ਪਰਚਾ ਹੋਣਾ, ਬੰਦੇ 15 ਦਾ ਫੜੇ ਜਾਣਾ, ਜੰਗੇ ਆਜ਼ਾਦੀ ਦੇ ਵਿੱਚ 27 ਕਰੋੜ ਤੋਂ ਵੱਧ ਦੀ ਜਿਹੜੀ ਬੇਨਿਜਮੀਆਂ ਦਾ ਵਿਜੀਲੈਂਸ ਗੱਲ ਕਰਕੇ ਤੇ ਅਗਲੀ ਜਾਂਚ ਤੋਰ ਦੇਣ ਦੀ ਬੰਦੇ ਫੜਨ ਲਈ, ਸੋ ਮੈਂ ਇਹਨੂੰ ਸਮੁੱਚਤਾ 'ਚ ਦੇਖਣਾ ਚਾਹੁੰਦਾ ਹੈ। ਮੈਨੂੰ ਇਹ ਕਿਉਂ ਲੱਗ ਰਿਹਾ ਕਿ ਇਹ ਮਾਮਲੇ ਦੋਹਰੇ ਨੇ, ਸਰਕਾਰ ਦਾ ਏਜੰਡਾ ਵੀ ਹੋ ਸਕਦਾ ਕਿ ਇਲੈਕਸ਼ਨ ਦੇ ਵਿੱਚ ਆਪਣੀ ਜਿਹੜੀ ਕੰਪੇਨ ਕਰਪਸ਼ਨ ਦੇ ਖਿਲਾਫ ਉਹਨੂੰ ਦਿਖਾਈਏ, ਤੇ ਦੂਜੇ ਬੰਨੇ ਇਹ ਵੀ ਮੈਂ ਸਮਝਣਾ ਚਾਹੁੰਦਾ ਹੈ ਕਿ ਇਹਨੂੰ ਪੂਰੀ ਤਰ੍ਹਾਂ ਵੰਡੈਟਾ ਪੋਲਿਟਿਕਸ ਜਾਂ ਇਹ ਬਦਲਾਖੋਰੀ ਵੀ ਸਮਝ ਲਈਏ ਜਾਂ ਇਹਦੇ ਦੋ ਹੋਰ ਵੀ ਪਹਿਲੂ ਆ। ਬਿਲਕੁਲ, ਇਹਦੇ ਦੋ ਅਲੱਗ ਅਲੱਗ ਪਹਿਲੂ ਨੇ ਮੀਡੀਆ ਦੇ ਵੀ, ਥ੍ਰੈਟ ਦੇ ਵੀ ਤੇ ਲਾਲਚ ਦੇ ਵੀ ਤੇ ਸਾਰਾ ਸੂਝ। ਇੱਕ ਹੈ ਐਨੈਕਡੋਟ ਇੰਡੀਵਿਜੁਅਲ ਬੰਦਿਆਂ ਦਾ ਕੰਮ ਕਿ ਕਿਸੇ ਇੰਡੀਵਿਜੁਅਲ ਦਾ ਕੀ ਕਹਿਣਾ, ਇੱਕ ਹੈ ਇੰਸਟੀਟਿਊਸ਼ਨਲ ਦਾ ਜਿਹੜੇ ਸੈਟਅਪ ਨੇ ਜ਼ਿਆਦਾ। ਦੇਖੋ ਇੰਸਟੀਟਿਊਸ਼ਨ ਦੇ ਨਾਲ ਤਾਂ ਨੋਰਮਲੀ ਇਹ ਹੁੰਦਾ, ਔਰ ਇਹ ਗੱਲ ਇਹ ਹੁਣ ਪ੍ਰਗਟ ਗੱਲ ਹੈ, ਮਤਲਬ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈ ਕਿ ਨਹੀਂ ਹੈ, ਨੈਸ਼ਨਲ ਲੈਵਲ ਤੇ ਵੀ ਤੇ ਸਟੇਟ ਲੈਵਲ ਦੇ ਉੱਤੇ ਵੀ।
ਕਿਉਂਕਿ ਗੌਰਮੈਂਟਾਂ ਕੋਲ ਬੇਹੱਦ ਸਾਧਨ ਹੁੰਦੇ ਨੇ ਐਡਵਰਟਾਈਜ਼ਮੈਂਟ ਦੇ ਰੂਪ ਚ, ਪੈਸਿਆਂ ਦੇ ਰੂਪ ਚ, ਵੱਖ ਵੱਖ ਮਾਮਲਿਆਂ ਦੇ ਰੂਪ ਦੇ ਵਿੱਚ, ਔਰ ਜਿਹੜੇ ਨਹੀਂ ਨਾਲ ਲੈ ਚੱਲਦੇ ਤਾਂ ਉਹਨਾਂ ਦੀਆਂ ਐਡਵਰਟਾਈਜ਼ਮੈਂਟਾਂ ਬੰਦ ਕਰਨੀਆਂ, ਉਹਨਾਂ ਦਾ ਰੋਕ ਦੇਣਾ ਕੰਮ, ਜਾਂ ਵੱਖ ਵੱਖ ਤਰੀਕਿਆਂ ਦੇ ਨਾਲ ਉਹਨਾਂ ਨੂੰ ਪਰੇਸ਼ਾਨ ਕਰਨਾ, ਇਹ ਨੋਰਮਲ ਗੱਲ। ਹੁਣ ਵੱਧਦਾ ਜਾ ਰਿਹਾ ਕੰਮ ਪਹਿਲਾਂ ਨਾਲੋਂ, ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਜਿਵੇਂ ਗੋਦੀ ਮੀਡੀਆ ਦਿੱਲੀ ਦੇ ਵਿੱਚ ਇੱਕ ਨਾਮ ਚੱਲ ਪਿਆ, ਉਦੋਂ ਕੇਜੀ ਮੀਡੀਆ ਇੱਥੇ ਵੀ ਇੱਕ ਨਾਮ ਚੱਲ ਪਿਆ। ਜਿਵੇਂ ਦਿੱਲੀ ਵਾਲੇ ਬੰਦੇ ਆਏ, ਜਿਸ ਢੰਗ ਨਾਲ ਚੈਨਲਾਂ ਤੇ ਅਖਬਾਰਾਂ ਦੇ ਨਾਲ ਉਹਨਾਂ ਦਾ ਸੰਪਰਕ ਦਿਖਾਈ ਦਿੱਤਾ, ਔਰ ਉਹ ਗੱਲ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਮੀਡੀਆ ਦੇ ਵਿੱਚ ਦਖਲ ਜਿਹੜਾ ਸੱਤਾ ਜਿਵੇਂ ਲੈ ਕੇ ਜਾ ਰਹੀ ਹੈ। ਹਾਂ, ਉਹਦੇ ਦੋਨੋਂ ਗੱਲਾਂ ਨੇ। ਇੱਕ ਪਾਸੇ ਤਾਂ ਹੁੰਦਾ ਇਹ ਚੀਜ਼ ਕਿ ਆਹ ਤੁਹਾਡੇ ਸਾਹਮਣੇ ਇੰਨਾ ਪੈਸਾ ਵੀ ਪਿਆ, ਇੰਨੀ ਐਡਵਰਟਾਈਜ਼ਮੈਂਟ ਪਈ ਹੈ, ਇੰਨਾ ਫਲਾਨਾ ਪਿਆ, ਦੂਜੇ ਪਾਸੇ ਨਹੀਂ ਸਖਤੀ ਆ, ਥੋੜੀ ਬਹੁਤ ਜਿਹੋ ਜਿਹੀ ਵੀ ਹੋਏਗੀ, ਤਾਂ ਬਹੁਤੇ ਲੋਕ, ਬਹੁਤਾ ਹਿੱਸਾ ਜਿਹੜਾ ਹੈ ਉਹ ਸ਼ਾਇਦ ਇੱਥੇ ਸਰੈਂਡਰ ਕਰ ਜਾਂਦਾ ਕਿ ਆਪਾਂ ਦੂਜਾ ਰਾਹ ਚੁਣ ਲੈਂਦੇ ਹਾਂ, ਯਾਰ ਪੈਸੇ ਵੀ ਆਉਣਗੇ, ਇੰਸਟੀਟਿਊਸ਼ਨ ਵੀ ਚਲਾਉਣੀ ਆ, ਤਨਖਾਹਾਂ ਦੇਣੀਆਂ ਨੇ, ਬਾਕੀ ਦੀਆਂ ਚੀਜ਼ਾਂ ਹੋ ਰਹੀਆਂ ਨੇ, ਉਹ ਉੱਧਰ ਨੂੰ ਵੀ ਟਿਲਟ ਹੋ ਜਾਂਦੀਆਂ ਨੇ ਚੀਜ਼ਾਂ ਜਿਹੜੀਆਂ ਕਾਫੀ ਜ਼ਿਆਦਾ ਮੇਰੇ ਖਿਆਲ। ਔਰ ਉਦੋਂ ਬਾਅਦ ਇੱਕ ਮਜਬੂਰੀਆਂ ਵੀ ਸ਼ਾਇਦ ਲੋਕ ਕਹਿੰਦੇ ਨੇ ਕਿ ਕੋਰੋਨਾ ਤੋਂ ਬਾਅਦ, ਨੋਟਬੰਦੀ ਤੋਂ ਬਾਅਦ, ਫਿਰ ਕੋਰੋਨਾ ਤੋਂ ਬਾਅਦ ਖਾਸ ਤੌਰ ਤੇ ਪ੍ਰਿੰਟ ਮੀਡੀਆ ਤੇ ਜਿੰਨਾ ਪ੍ਰੈਸ਼ਰ ਪਿਆ ਉਹ ਬੇਹੱਦ ਜ਼ਿਆਦਾ, ਤੇ ਅਖਬਾਰਾਂ ਦਾ ਮਿਜ਼ਾਜ ਆਪਾਂ ਬਦਲਦਾ ਦੇਖਿਆ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ, ਉਹ ਇੱਕ ਅਲੱਗ ਗੱਲ ਹੈ। ਜਿਹੜਾ ਹੈਗਾ ਇੰਡੀਵਿਜੁਅਲ ਲੈਵਲ ਦੀਆਂ ਗੱਲਾਂ ਮੇਰੇ ਖਿਆਲ। ਮੈਂ ਤਾਂ ਜਿੰਨਾ ਚਿਰ ਤੋਂ ਹਾਂ, ਮੈਨੂੰ ਥਰੈਟ ਥਰੁੱਟ ਤਾਂ ਕਿਸੇ ਨੇ ਖੈਰ ਅੱਜ ਤੱਕ ਬਿਲਕੁਲ ਹੀ ਨਹੀਂ ਹੋਇਆ, ਮੈਨੂੰ ਤਾਂ ਨਾ ਥਰੈਟ ਤੇ ਨਾ ਲਾਲਚ। ਮੈਂ ਕਈ ਵਾਰ ਆਸਦਾ ਉਹਨਾਂ ਵੀ ਲੋਕਾਂ ਨੂੰ ਪੇਕੇ ਨਵੇਂ ਦਿੰਦੇ ਨੇ, ਪੈਸੇ ਪੂਸੇ ਕਹਿੰਦੇ ਨੇ ਇੰਨੇ ਕਮਾ ਲਏ ਫਲਾਨਾ, ਕੋਈ ਕਹਿ ਕੇ ਤਾਂ ਦੇਖਦਾ ਜਦੋਂ ਐਂ ਤਾਂ ਕਹਿ ਦਿੰਦੇ ਘੱਟੋ ਘੱਟ ਵੀ ਭਾਈ ਮੈਂ ਮੋੜ ਤੇ ਨੇ, ਮੈਨੂੰ ਤਾਂ ਆਇਆ ਤਾਂ ਸੀਗਾ ਕੰਮ। ਅੱਛਾ ਦੋਸਤੋ, ਮੈਂ ਸਵਾਮੀਰ ਸਿੰਘ ਹੋਰ ਨੂੰ ਟੋਕ ਕੇ ਕਹਿਣਾ, ਇਹ ਕਹਿੰਦੇ ਯਾਰ ਕੋਈ ਹੁਣ ਸ਼ਬਦ ਨਹੀਂ ਪੰਜਾਬੀ ਦਾ ਵਰਤਣਾ ਚਾਹੀਦਾ, ਕੋਈ ਕਦੇ ਮਠਿਆਈ ਦਾ ਡੱਬਾ ਲੈ ਕੇ ਆਇਆ ਹੋਵੇ, ਕਦੇ ਕਹਿੰਦੇ ਮੈਂ ਮੇਰਾ ਵੀ ਕਦੇ ਜੀ ਕਰਦਾ ਹੋਵੇ ਕਿ ਚੱਲ ਮਠਿਆਈ ਛਕ ਲੈਂਦੇ ਹਾਂ, ਕੋਈ ਮਠਿਆਈ ਵੀ ਨਹੀਂ ਦੇਣ ਆਇਆ, ਇੱਕ ਇਮੇਜ ਵੀ ਬਣ ਜਾਂਦੀ, ਕੋਈ ਜ਼ਰੂਰਤ ਹੀ ਨਹੀਂ ਕਰਦਾ, ਕੀ ਕਹਿੰਦੇ? ਨਹੀਂ ਬਿਲਕੁਲ, ਮੈਨੂੰ ਲੱਗਦਾ ਤੁਹਾਡੇ ਤੇ ਆਪ ਵੀ ਹੁੰਦਾ, ਪਰ ਸਾਰਿਆਂ ਤੇ ਇੱਕੋ ਅਸੂਲ ਲਾਗੂ ਨਹੀਂ ਕੀਤਾ ਜਾ ਸਕਦਾ। ਹਰ ਬੰਦੇ ਦਾ ਆਪਣਾ ਸੁਭਾਅ, ਹਰ ਬੰਦੇ ਦਾ ਆਪਣਾ ਸਿਸਟਮ ਹੁੰਦਾ ਹੈ ਇੱਕ ਕੰਮ ਕਰਨ ਦਾ ਤੇ ਬਾਕੀ ਦੀਆਂ ਚੀਜ਼ਾਂ ਦੇ ਵਿੱਚ, ਔਰ ਉਹਦੇ 'ਚ ਬਹੁਤੀ ਸੈਕਸ਼ਨ ਜਿਹੜਾ ਸੁਸਾਇਟੀ ਦਾ ਉਹ ਨਾਲ ਹੀ ਰਲ ਕੇ ਚੱਲਣਾ ਚਾਹੁੰਦਾ, ਨਾਲ ਨਾਲ ਜਾਣਾ ਚਾਹੁੰਦਾ, ਆਪਣਾ ਕੰਮ ਵੀ ਕਰਨਾ ਚਾਹੁੰਦਾ। ਐਂ ਨਹੀਂ ਕਿ ਬਾਕੀ ਬੰਦੇ ਨਹੀਂ, ਇੱਥੇ ਬਹੁਤ ਪੱਤਰਕਾਰ ਨੇ ਚੰਡੀਗੜ੍ਹ ਦੇ ਵਿੱਚ, ਹਜੇ ਵੀ ਇੰਡੀਵਿਜੁਅਲ ਪੱਤਰਕਾਰ ਤਾਂ ਜਿਹਨਾਂ ਦਾ ਮੈਂ ਨਾਮ ਵੀ ਗਿਣਾ ਸਕਦਾ, ਜਿਹਨਾਂ ਨੇ ਕਦੇ ਕਿਸੇ ਤੋਂ ਨਹੀਂ ਲਿਆ ਕੋਈ ਗਿਫਟ ਜਾਂ ਡੱਬਾ ਜਾਂ ਬਾਕੀ, ਤੇ ਥਰੈਟ ਵੀ ਮੈਨੂੰ ਲੱਗਦਾ ਉਹਨਾਂ ਚੋਂ ਕਈ ਨੇ ਜਿਹਨਾਂ ਨੂੰ ਨਹੀਂ ਕੀਤਾ ਹਜੇ ਤੱਕ ਕਿਸੇ ਨੇ ਕੀਤਾ ਹੋਵੇ। ਔਰ ਹਾਂ, ਸੰਸਥਾਵਾਂ ਨੂੰ ਜਦੋਂ ਤੁਸੀਂ ਕਰ ਦਿੰਦੇ ਹੋ ਤੇ ਪੱਤਰਕਾਰ ਆਪਦਾ ਕੰਮ ਕਰਦਾ ਰਹਿੰਦਾ, ਜਿਵੇਂ ਪੀ ਸਾਈ ਨਾਥ ਕਹਿੰਦੇ ਨਾ ਮੀਡੀਆ ਤੇ ਪੱਤਰਕਾਰ ਦੋ ਅਲੱਗ ਅਲੱਗ ਚੀਜ਼ਾਂ ਨੇ, ਤੇ ਮੀਡੀਆ ਜੇ ਹਾਊਸ ਨੂੰ ਹੀ ਤੁਸੀਂ ਨਾਲ ਕੈਰੀ ਕਰ ਲਿਆ ਤਾਂ ਪੱਤਰਕਾਰ ਦੀ ਖ਼ਬਰ ਘੱਟ ਸਪਣੀ ਸ਼ੁਰੂ ਹੋ ਜਾਊਗੀ, ਘੱਟ ਉਹਨੂੰ ਪ੍ਰਾਈਮ ਟਾਈਮ ਦਾ ਐਂਕਰ ਘੱਟ ਬਣਾ ਦੇਣਗੇ, ਕਿਸੇ ਦੂਜੇ ਨੂੰ ਇੱਧਰ ਲਾ ਦੇਣਗੇ ਤੀਜੇ ਨੂੰ, ਇਹੋ ਜਿਹੀਆਂ ਚੀਜ਼ਾਂ ਤਾਂ ਵਰਤਦੀਆਂ ਰਹਿੰਦੀਆਂ, ਨੋਰਮਲੀ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਸ ਕਰਕੇ ਇਹ ਚੀਜ਼ਾਂ ਚੱਲਦੀਆਂ ਨੇ, ਮਤਲਬ ਜਿਹਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਹੁਣ ਜਿਹੜੇ ਦੂਜਾ ਸਵਾਲ ਹੈ, ਜਿਹੜਾ ਅਜੀਤ ਨਾਲ ਸੰਬੰਧਿਤ ਮਾਮਲੇ ਦੀ ਗੱਲ ਹੈ, ਉਹ ਸਵਾਲ ਇਸ ਲੈਵਲ ਦੇ ਉੱਤੇ ਹੈ ਕਿ ਅਜੀਤ ਐਜ ਏ ਨਿਊਜ਼ ਪੇਪਰ, ਵੱਡਾ ਨਿਊਜ਼ ਪੇਪਰ ਹੈ ਤੇ ਠੀਕ ਹੈ, ਇਹਦੂ ਪਹਿਲਾਂ ਵੀ ਆਹ ਜਿਹੜਾ ਐਡਵਰਟਾਈਜ਼ਮੈਂਟਾਂ ਦਾ ਮਾਮਲਾ, ਇਹ ਪਹਿਲਾਂ ਵੀ ਬੜੀ ਵਾਰ ਆਇਆ ਅਖਬਾਰਾਂ ਨਾਲ, ਈਵਨ ਟ੍ਰਿਬਿਊਨ ਦਾ ਆਇਆ, ਹਰਿਆਣੇ ਵਾਲਿਆਂ ਨਾਲ ਆਇਆ, ਇਹਨਾਂ ਨਾਲ ਆਇਆ ਕਾਫੀ ਪਹਿਲਾਂ, ਉਦੋਂ ਐਡੀਟਰ ਐਡੀਟੋਰੀਅਲ ਲਿਖ ਦਿੰਦੇ ਹੁੰਦੇ ਸੀ ਕਿ ਅਖਬਾਰ, ਮੇਰੇ ਯਾਦ ਹੈ ਕਿ ਜਦੋਂ ਇੱਕ ਐਡੀਟੋਰੀਅਲ ਲਿਖਿਆ ਕਿ ਹਰੀ ਆਪਣੇ ਖਰੇ ਸਾਹਿਬ ਹੁੰਦੇ ਸੀ, ਉਹਨਾਂ ਨੇ ਹਰਿਆਣੇ ਦੇ ਚੀਫ ਮਿਨਿਸਟਰ ਨੂੰ ਐਡਰੈਸ ਕਰਕੇ ਕਿ 100 ਇੰਨੇ ਸਾਲ ਮਤਲਬ ਪੁਰਾਣਾ ਪੇਪਰ ਹੈ, ਬਹੁਤ ਸਾਰੇ ਚੀਫ ਮਿਨਿਸਟਰ ਆਏ ਗਏ ਤੇ ਇਹਦੇ ਨਾਲ ਕੋਈ ਇੰਪੈਕਟ ਨਹੀਂ ਪੈਣਾ, ਤੁਸੀਂ ਖਾਮ ਖਿਆਲੀ ਚ ਨਾ ਰਹੋ,
ਤੁਸੀਂ ਜੋ ਜੋਰ ਲਾਉਣਾ ਤੁਸੀਂ ਆਪਣਾ ਕਰੋ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਕੋਲ ਮੰਗਣ ਨਹੀਂ ਆਉਂਦੇ ਐਡਵਰਟਾਈਜ਼ਮੈਂਟ। ਇੱਕ ਲੈਵਲ ਉਹ ਵੀ ਸੀ ਅਜੀਤ ਨਾਲ ਵੀ ਪਹਿਲਾਂ, ਬੇਅੰਤ ਸਿੰਘ ਦੀ ਸਰਕਾਰ ਵੇਲੇ ਵੀ ਵੱਖ ਵੱਖ ਥਾਵਾਂ ਤੇ ਵੀ ਇਹ ਆਉਂਦਾ ਰਹਿੰਦਾ ਜਦੋਂ ਤੁਸੀਂ ਇੱਧਰ ਨਹੀਂ ਉਹ ਹੁੰਦੇ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਇਹ ਦਿੱਲੀ ਚੰਡੀਗੜ੍ਹ ਦੀ ਜਲੰਧਰ ਵਾਲੀ ਪ੍ਰੈਸ ਹੈ, ਇਹਦਾ ਪੋਲਿਟਿਕਸ 'ਚ ਦਖਲ ਬਹੁਤ ਰਹਿੰਦਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਈਵਨ ਅਪੁਆਇੰਟਮੈਂਟਾਂ ਤੋਂ ਲੈ ਕੇ ਪੋਲਿਸੀਜ਼ ਤੋਂ ਲੈ ਕੇ ਡਿਫਰੈਂਟ ਟਾਈਪ ਦੇ ਚੀਜ਼ਾਂ ਦੇ ਨਾਲ ਇੱਕ ਸੁਮੇਲ ਜਿਹੜਾ ਹੁੰਦਾ ਨਾ, ਤਾਲਮੇਲ ਦਾ ਜਿਹੜਾ ਗੱਲ ਹੈ ਉਹ ਵੀ ਰਹਿ ਜੇ, ਮੈਨੂੰ ਕੋਈ ਇਤਰਾਜ਼ ਨਹੀਂ ਤੁਹਾਡਾ ਜੀ, ਬਹੁਤ ਜ਼ਿਆਦਾ ਠੀਕ ਹੈ, ਤੁਸੀਂ ਪੱਤਰਕਾਰਤਾ ਦੇ ਐਂਗਲ ਤੋਂ ਕੋਈ ਤੁਹਾਨੂੰ ਰਾਏ ਵੀ ਮੰਗਦਾ, ਬਾਕੀ ਚੀਜ਼ਾਂ ਨੇ। ਪਰ ਜਦੋਂ ਸਰਕਾਰੀ ਅਦਾਰੇ ਜਿਹੜੇ ਬਣਦੇ ਹੁੰਦੇ ਨੇ, ਸਰਕਾਰੀ ਪ੍ਰੋਜੈਕਟ ਜਿਹੜੇ ਬਣਦੇ ਹੁੰਦੇ ਨੇ ਜਾਂ ਵੱਖ ਵੱਖ ਚੀਜ਼ਾਂ ਬਣਦੀਆਂ ਹੁੰਦੀਆਂ ਨੇ, ਜਦੋਂ ਤੁਸੀਂ ਉਹਦਾ ਹਿੱਸਾ ਬਣਨ ਲੱਗਦੇ ਹੋ, ਤਾਂ ਉਦੋਂ ਫਿਰ ਉਹ ਮੀਡੀਆ ਦਾ ਦਾਇਰਾ ਨਹੀਂ ਰਹਿੰਦਾ, ਉਹ ਮੀਡੀਆ ਦਾ ਦਾਇਰਾ ਇੱਕ ਲੈਵਲ ਦਾ ਕ੍ਰਾਸ ਹੋ ਜਾਂਦਾ, ਤੇ ਜਦੋਂ ਉਹਦੇ 'ਚ ਕ੍ਰਾਸ ਹੋ ਜਾਂਦਾ ਤਾਂ ਉਹਦੀ ਜਵਾਬਦੇਹੀ ਤਾਂ ਤੁਹਾਨੂੰ ਤੁਹਾਡੇ ਤੇ ਵੀ ਆਏਗੀ। ਉਹ ਜਿਹਾ ਜਿਹਾ ਵੀ ਮਾਮਲਾ ਹੈ, ਕੋਈ ਹੋ ਸਕਦਾ ਜੇ ਜਾਣ ਬੁੱਝ ਕੇ, ਮਤਲਬ ਤੁਹਾਨੂੰ ਮੌਕਾ ਕਿਵੇਂ ਮਿਲਿਆ, ਮੌਕਾ ਤਾਂ ਹੀ ਮਿਲਿਆ ਨਾ ਜੇ ਉਧਰ ਜਾ ਕੇ ਤੁਸੀਂ ਗਏ ਤਾਂ ਤੁਹਾਨੂੰ ਦੂਜੀ ਧਿਰ ਨੂੰ ਮੌਕਾ ਮਿਲ ਗਿਆ। ਕਈ ਚੀਫ ਮਿਨਿਸਟਰਾਂ ਨੇ ਤੁਹਾਡੇ ਨਾਲ ਮਿਲ ਕੇ ਕੰਮ ਕੀਤਾ, ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਜਿਵੇਂ ਤੁਸੀਂ ਕਰ ਰਹੇ ਹੋ। ਔਰ ਇਹਦਾ ਮਤਲਬ ਇਹ ਨਹੀਂ ਹੈ ਇਕੱਲਾ ਕਿ ਪੈਸੇ ਖਾਣੇ ਨੇ ਜਾਂ ਬਾਕੀ ਚੀਜ਼ਾਂ ਹੋ ਗਈਆਂ ਜਾਂ ਜ਼ਰੂਰ ਖਾ ਜਾਣਗੇ ਪੈਸੇ, ਇਹ ਕੋਈ ਮਾਮਲਾ ਨਹੀਂ। ਉਹ ਤੁਹਾਡਾ ਸਰਕਾਰ ਨਾਲ ਇਕੁਏਸ਼ਨ ਦਾ ਸਵਾਲ ਹੈ, ਜਿਹੜੀ ਸਰਕਾਰ ਨਾਲ ਨਹੀਂ ਬੈਠੀ। ਤੁਸੀਂ ਕਿਸੇ ਵੀ ਪ੍ਰੋਜੈਕਟ ਨੂੰ ਚੱਕ ਕੇ ਦੇਖ ਲਓ, ਕਿਸੇ ਨੂੰ ਵੀ ਜਿਹਦੇ ਚੋਂ ਮਰਜ਼ੀ ਤੁਸੀਂ ਚੀਜ਼ਾਂ ਕੱਢ ਸਕਦੇ ਹੋ, ਕਿਸੇ ਪੰਚਾਇਤ ਨੂੰ ਚੱਕ ਕੇ ਦੇਖ ਲਓ, ਜਿਹੜੇ ਮਰਜ਼ੀ ਸਰਪੰਚ ਨੂੰ, ਕਿਉਂਕਿ ਸਾਡੇ ਰੂਲ ਰੈਗੂਲੇਸ਼ਨ ਜਿਹੋ ਜਿਹੇ ਨੇ, ਉਹ ਰੂਲ ਰੈਗੂਲੇਸ਼ਨ 'ਚ ਜਦੋਂ ਉਹਨੂੰ ਭਨਾਉਣਾ ਸ਼ੁਰੂ ਕਰਦੇ ਹੋ, ਜਦੋਂ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹੋ, ਤਾਂ ਟੈਕਨੀਕੈਲਿਟੀਜ਼ ਦੇ ਵਿੱਚ ਬੰਦੇ ਫਸ ਜਾਂਦੇ ਨੇ ਬਹੁਤ ਸਾਰੇ। ਔਰ ਉਹ ਜਿਹੜਾ ਫਸਣ ਦਾ ਜਿਹੜਾ ਇੱਕ ਤਰੀਕਾ ਹੈ, ਜਿਵੇਂ ਸਾਡੇ ਇਹ ਕਹਿੰਦੇ ਨੇ ਨਾ ਕਿ ਪੋਲੀਟੀਕਲ ਧਿਰਾਂ ਨੂੰ, ਕਿ ਉਹਦਾ ਬਾਕੀ ਬਿਜ਼ਨਸ 'ਚ ਤਾਲਮੇਲ ਨਹੀਂ ਹੋਣਾ ਚਾਹੀਦਾ, ਇਹ ਕਨਫਲਿਕਟ ਆਫ ਇੰਟਰਸਟ ਹੈ। ਮੈਨੂੰ ਲੱਗਦਾ ਕਿ ਮੇਰਾ ਆਪਣਾ ਨਿੱਜੀ ਸੋਚਣੀ ਹੈ ਕਿ ਇਹ ਵੀ ਕਨਫਲਿਕਟ ਆਫ ਇੰਟਰਸਟ ਹੋ ਜਾਂਦਾ ਕਿ ਤੁਸੀਂ ਜਰਨਲਿਸਟ ਵੀ ਹੋ ਤਾਂ ਸਰਕਾਰੀ ਕਿਸੇ ਅਦਾਰੇ ਦੇ ਨਾਲ ਤਾਲਮੇਲ ਦੇ ਵਿੱਚ, ਤਾਲਮੇਲ ਨਹੀਂ ਮਤਲਬ ਉਹਦੀ ਜ਼ਿੰਮੇਵਾਰੀ ਲੈ ਕੇ ਵੀ ਤੁਸੀਂ ਕਿਤੇ ਕੋਈ ਕੰਮ ਕਰ ਰਹੇ ਹੋ ਹੋਰ, ਜਿਹੜਾ ਕਿ ਸਰਕਾਰ ਦਾ ਕੰਮ ਹੈ ਔਰ ਸਰਕਾਰ ਨੂੰ ਕਰਨਾ ਚਾਹੀਦਾ। ਅਨਅਫੀਸ਼ਲੀ ਤੁਸੀਂ ਕੀ ਕਰਦੇ ਹੋ ਇੱਕ ਅਲੱਗ ਗੱਲ ਹੈ, ਅਨਅਫੀਸ਼ਲੀ ਤੁਹਾਡੀ ਰਾਏ ਹੁੰਦੀ ਹੈ, ਬਾਕੀ ਚੀਜ਼ਾਂ ਨੇ, ਇਹ ਦੂਜੀਆਂ ਗੱਲਾਂ ਨੇ। ਪਰ ਇਹ ਗੱਲਾਂ ਦੋ ਅਲੱਗ ਅਲੱਗ ਨੇ। ਹੁਣ ਆਮ ਆਦਮੀ ਪਾਰਟੀ ਨੇ ਮੇਰੇ ਖਿਆਲ ਆਪਣੀਆਂ ਚੋਣਾਂ ਦੇ ਵਿੱਚ ਜਿਹੜੇ ਸਵਾਲ ਉਹਨਾਂ ਨੂੰ ਵੀ ਹੋ ਰਹੇ ਨੇ, ਇੱਧਰ ਉੱਧਰ ਲੈ ਜਾਂਦੇ, ਜਿਵੇਂ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸਾਰੇ ਇੱਕ ਐਂਟੀ ਕਰਪਸ਼ਨ ਦੀ ਪਾਰਟੀ ਖੜੀ ਸੀ ਤੇ ਕਰਪਸ਼ਨ ਦੇ ਕੇਸ ਭੁਗਤ ਰਹੇ ਨੇ ਵੱਖ ਵੱਖ ਮਾਮਲਿਆਂ ਦੇ ਵਿੱਚ, ਤਾਂ ਸ਼ਾਇਦ ਇਹ ਮੌਕਾ ਜਿਹੜਾ ਦੇਖਿਆ ਗਿਆ ਕਿ ਹੁਣ ਕੋਈ ਨਾ ਕੋਈ ਇਹੋ ਜਿਹੀ ਚੀਜ਼ ਕਰੋ, ਕਿਉਂਕਿ ਹਰ ਸਮੇਂ ਦੇ ਵਿੱਚ ਇਹਨਾਂ ਨੇ ਇੱਕ ਇੱਕ ਕੰਮ ਇਹੋ ਜਿਹਾ ਕੀਤਾ। ਉੱਥੇ 22 ਇਲੈਕਸ਼ਨ ਆਈ ਸੀ ਸੰਗਰੂਰ ਦੀ, ਚੱਕ ਕੇ ਮਾਨਸਾ ਵਾਲਾ ਜਿਹੜਾ ਮਤਲਬ ਸਿੰਘ ਦਾ ਚੀਫ ਮਿਨਿਸਟਰ ਨੇ ਆਪ ਵਿਜੇ ਸਿੰਘ, ਹਾਂਜੀ ਵਿਜੇ ਸਿੰਗਲਾ ਨੂੰ ਆਪ ਅਰੈਸਟ ਕਰਾਤਾ, ਤੇ ਵੱਖ ਵੱਖ ਮਾਮਲਿਆਂ ਤੇ ਉਹ ਕੇਸ ਵੀ ਐਂ ਤੁਰੇ ਫਿਰਦੇ ਨੇ। ਹੁਣ ਇਹਦਾ ਕਿੰਨਾ ਫਾਇਦਾ ਹੋਊ ਕਿੰਨਾ ਨੁਕਸਾਨ ਇਹ ਅਲੱਗ ਗੱਲ ਹੈ, ਪਰ ਇਨਡਾਇਰੈਕਟਲੀ ਇਹ ਲੋਕ ਕਹਿ ਵੀ ਸਕਦੇ ਨੇ ਕਿ ਇਹ ਮੀਡੀਆ ਤੇ ਵੀ ਇੱਕ ਲੈਵਲ ਦਾ, ਕਿਉਂਕਿ ਵਰਜਿੰਦਰ ਸਿੰਘ ਦੀ ਤਾਕਤ ਕਾਹਦੇ 'ਚ ਹੈ, ਤਾਕਤ ਤਾਂ ਮੀਡੀਆ ਕਰਕੇ ਹੀ ਹੈ ਨਾ, ਕਿਉਂਕਿ ਮੀਡੀਆ ਬਿਜ਼ਨਸ 'ਚ ਨੇ ਤੇ ਮੀਡੀਆ ਦੇ ਵਿੱਚ ਕੰਮ ਕਰ ਰਹੇ ਨੇ, ਤੇ ਹੋਰ ਤਾਂ ਹੋਰ ਬਹੁਤ ਬੰਦੇ ਨੇ ਵੱਖ ਵੱਖ ਬਿਜ਼ਨਸਾਂ ਦੇ ਵਿੱਚ, ਨਹੀਂ ਤਾਂ ਉਹਨਾਂ ਨੂੰ ਲੈ ਆਉਂਦੇ ਇਹ ਕੰਮ ਦੇ ਵਿੱਚ, ਤਾਂ ਮੀਡੀਆ ਵੀ ਸਫ਼ਰ ਤਾਂ ਕਰੂੰਗਾ ਹੀ, ਉਹ ਵੀ ਕਹਿ ਰਹੇ ਨੇ ਕਿ ਸਾਨੂੰ ਐਡਵਰਟਾਈਜ਼ ਤਾਂ ਮਿਲ ਹੀ ਰਹੀ ਹੈ ਇੰਨੇ ਲੰਬੇ ਸਮੇਂ ਤੋਂ। ਜੇ ਸਰਕਾਰ ਇਹ ਕਰਦੀ ਕਿ ਉਹਨਾਂ ਦੇ ਹਿੱਸੇ ਦੀ ਜਿਵੇਂ ਇੱਕ ਪਾਲਿਸੀ ਬਣੀ ਹੈ, ਐਡਵਰਟਾਈਜ਼ਮੈਂਟ ਅਜੀਤ ਨੂੰ ਜਾਂਦੀ ਰਹਿੰਦੀ, ਦੂਜੇ ਮਾਮਲੇ ਦੀ ਜਾਂਚ ਆਪਣੇ ਤਰੀਕੇ ਨਾਲ ਕਰਦੀ, ਤਾਂ ਕਿਤੇ ਨਾ ਕਿਤੇ ਇਹ ਜਿਹੜੀ ਈਗੋ ਵੀ ਤਾਂ ਘਰ ਕਰ ਜਾਂਦੀ ਹੈ ਨਾ, ਫਿਰ ਕਹਿੰਦੇ ਵੀ ਤੁਹਾਨੂੰ ਐਡਵਰਟਾਈਜ਼ਮੈਂਟ ਵੀ ਬਰਾਬਰ ਮਿਲ ਰਹੀ ਹੈ, ਮੀਡੀਆ ਦਾ ਤਾਂ ਕੋਈ ਮਾਮਲਾ ਨਹੀਂ, ਸਾਡਾ ਤਾਂ ਮਾਮਲਾ ਤੁਹਾਡੇ ਉਸ ਮਾਮਲੇ ਦੇ ਨਾਲ, ਜਿਵੇਂ ਬਰਜਿੰਦਰ ਸਿੰਘ ਹੋਣਾ ਦਾ ਵੀ ਜੇ ਉਹਦੇ ਮੈਂਬਰ ਨਾ ਹੁੰਦੇ ਜੋ ਮਰਜ਼ੀ ਸਰਕਾਰ ਦੇ ਖਿਲਾਫ਼ ਲਿਖਦੇ, ਸਰਕਾਰ ਫਿਰ ਸਖਤੀ ਕਰਦੀ, ਫਿਰ ਤੁਹਾਡਾ ਮੀਡੀਆ ਦਾ ਟੋਟਲੀ ਕੇਸ ਬਣਦਾ ਸੀ। ਔਰ ਹੋਰ ਵੀ ਫਿਰ ਵੀ
ਮੈਨੂੰ ਲੱਗਦਾ ਕਿ ਅਮਰਿੰਦਰ ਸਿੰਘ ਹੋਣੀ ਜੇ ਇਹ ਕਰਦੇ ਸਾਰੇ ਐਡੀਟਰਾਂ ਜਾਂ ਮੇਨ ਬੰਦਿਆਂ ਨੂੰ ਬੁਲਾ ਕੇ ਆਪਣਾ ਕੇਸ ਉਹਨਾਂ ਨਾਲ ਡਿਸਕਸ ਕਰਕੇ ਇੱਕ ਇੰਟਰਨਲ ਮੀਟਿੰਗ ਦੇ ਵਿੱਚ ਕਿ ਕਿਵੇਂ ਮੀਡੀਆ ਤੇ ਹਮਲਾ ਜਾਂ ਨਹੀਂ ਹੈ, ਜੇ ਉਹ ਕਲੈਕਟਿਵਲੀ ਜੇ ਇਸ਼ੂ ਨੂੰ ਉਠਾਉਂਦੇ ਹੋਰ ਲੈਵਲ ਦਾ, ਫਿਰ ਹੋਰ ਤਰ੍ਹਾਂ ਦੀ ਗੱਲ ਬਣਨੀ ਸੀ। ਹੁਣ ਪੋਲੀਟੀਸ਼ੀਅਨ ਉਠਾ ਰਿਹਾ ਉਹ ਇਸ਼ੂ, ਜਿਹੜੀਆਂ ਵਿਰੋਧੀ ਧਿਰਾਂ ਨੇ, ਮੀਡੀਆ ਨਹੀਂ ਉਸ ਲੈਵਲ ਤੇ ਉਠਾ ਰਿਹਾ। ਬਰਜਿੰਦਰ ਸਿੰਘ ਹਮਦਰਦ ਪੋਲੀਟੀਸ਼ੀਅਨ ਵੱਲ ਗਏ, ਉਹ ਕਿਉਂ ਨਹੀਂ ਵੱਡੀਆਂ ਅਖਬਾਰਾਂ ਦੇ ਸੰਪਾਦਕਾਂ ਕੋਲੇ ਗਏ? ਤੁਹਾਡਾ ਸਵਾਲ ਇਹ ਹੈ, ਉਹਨਾਂ ਨੂੰ ਜਾਣਾ ਚਾਹੀਦਾ ਸੀ। ਉਹਨਾਂ ਨੇ ਇੱਕ ਸਿਆਸਤਦਾਨ ਵਾਂਗ ਵਿਹਾਰ ਕੀਤਾ। ਮੇਰੇ ਕੋਲੇ ਅਪੁਸ਼ਟ ਖਬਰੇ ਵੀ ਹੈਗੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੇ ਆਪਣੇ ਕਈ ਕਈ ਜ਼ਿਲ੍ਹਿਆਂ ਦੇ ਬੰਦੇ ਇੱਕ ਜਗ੍ਹਾ ਇਕੱਠੇ ਕਰਕੇ ਉਹਨਾਂ ਨੂੰ ਜ਼ੋਰਦਾਰ ਤਰੀਕੇ ਨਾਲ ਰਿਪੋਰਟਿੰਗ ਕਰਨ ਲਈ ਵੀ ਕਿਹਾ ਸੀਗਾ। ਔਰ ਇੱਕ ਸਵਾਲ ਹੋਰ ਵੀ ਹੈ, ਕਈ ਵਾਰੀ ਜਿਵੇਂ ਪ੍ਰੋਫੈਸਰ ਜਗਰੂਪ ਸਿੱਖੋਂ ਅਕਸਰ ਸ਼ਬਦ ਵਰਤਦੇ ਹੁੰਦੇ ਆ ਲਾਰਜਰ ਦੈਨ ਸਾਈਜ਼, ਬੰਦੇ ਬਹੁਤ ਵੱਡੇ ਹੋ ਜਾਂਦੇ ਆ, ਫਿਰ ਉਹਨਾਂ ਦੀ ਈਗੋ, ਉਹਨਾਂ ਦਾ ਆਪਣਾ ਸਖੀਅਤ, ਉਹਨੂੰ ਵੀ ਥੋੜੀ ਜਿਹੀ ਪੰਗੇਬਾਜ਼ੀ ਹੁੰਦੀ ਹੈ ਕਿ ਮੈਨੂੰ ਪੁੱਛਿਆ ਨਹੀਂ ਜਾ ਰਿਹਾ, ਦੱਸਿਆ ਨਹੀਂ ਜਾ ਰਿਹਾ। ਤਾਕਤ ਜਦੋਂ ਲਗਾਤਾਰ ਰਹਿੰਦੀ ਆ, ਜੇ ਤਾਕਤ ਘਟਦੀ ਹੈ ਤੁਸੀਂ ਉੱਥੇ ਹੀ ਖੜੇ ਹੋਵੋ, ਤੁਸੀਂ ਕਿਹੜੇ ਪੋਲੀਟੀਸ਼ੀਅਨ ਹੋ, ਤੇ ਤੁਹਾਨੂੰ ਲੱਗਦਾ ਕਿ ਯਾਰ ਇਹ ਮੈਨੂੰ ਮੱਥਾ ਟੇਕਣ ਵੀ ਨਹੀਂ ਆਏ, ਮੈਨੂੰ ਪੁੱਛਣ ਵੀ ਨਹੀਂ ਆਏ। ਮੈਂ ਸਵਾਲ ਇੱਥੇ ਸਹਿਮੀਤ ਸਿੰਘ ਜੀ ਰੱਖਣਾ ਚਾਹੁੰਦਾ, ਇਹ ਸਵਾਲ ਕਾਫੀ ਅਹਿਮ ਇਸ ਕਰਕੇ ਆ ਕਿ ਕੀ ਅਖਬਾਰਾਂ ਦਾ ਰਾਈਟ ਹੈ ਇਸ਼ਤਿਹਾਰ, ਅਖਬਾਰਾਂ ਦੀ ਜਿਹੜੀ ਜਿਹੜਾ ਪੈਮਾਨਾ ਹੈਗਾ ਉਹ ਕੀ ਹੈ ਇਸ਼ਤਿਹਾਰਬਾਜ਼ੀ ਦੇ ਮਾਮਲੇ 'ਚ? ਜਦੋਂ ਤੁਸੀਂ ਸਰਕਾਰ ਕੋਲੋਂ ਇਸ਼ਤਿਹਾਰ ਲੈਂਦੇ ਹੋ ਤਾਂ ਕੁਦਰਤੀ ਤੌਰ 'ਤੇ ਸਰਕਾਰ ਉਮੀਦ ਕਰਦੀ ਹੈ ਕਿ ਸਾਡੀਆਂ ਸਾਰੀਆਂ ਖਬਰਾਂ ਲਾਓ ਜੋ ਅਸੀਂ ਤੁਹਾਨੂੰ ਦਿੰਦੇ ਹਾਂ, ਕਿਉਂਕਿ ਜਦੋਂ ਸਾਡੇ ਇੱਥੇ ਆਮ ਹੈ ਨਾ ਵੀ ਤੁਸੀਂ ਇੱਕ ਇਸ਼ਤਿਹਾਰ ਦੇ ਦਿਓ ਨਾਲ ਖਬਰ ਦੇ ਦਿਓ, ਔਰ ਖਬਰ ਜਿਸ ਦਿਨ ਤੁਸੀਂ 10,000 ਦੀ ਕਿਸੇ ਅਖਬਾਰ ਨੂੰ ਇਸ਼ਤਿਹਾਰ ਦਿੰਦੇ ਹੋ ਤਾਂ ਉਹ ਖਬਰ ਤੁਹਾਡੀ ਨਾਲ ਹੀ ਪੰਜਾਬ ਪੇਜ ਤੇ, ਖਾਸ ਤੌਰ ਤੇ ਹੁਣ ਤਾਂ ਲੋਕਲ ਐਡੀਸ਼ਨ ਸਾਰੀਆਂ ਅਖਬਾਰਾਂ ਦੇ ਵੱਡਾ ਲਾ ਦਿੰਦੇ। ਸੋ ਇਹ ਇੱਕ ਤਾਂ ਇਹ ਪਹਿਲੂ ਆ ਕਿ ਕੀ ਕਿਸੇ ਵੀ ਖਿੱਤੇ ਵਿੱਚ ਮੀਡੀਆ ਦੇ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ ਲਈ ਇੱਕ ਖਾਸ ਨੀਤੀ ਕਿ ਇਹਦੀ ਕਿੰਨੀ ਸਰਕੂਲੇਸ਼ਨ ਹੈ ਔਰ ਉਹਨੂੰ ਕਿੰਨੇ ਦਾ ਇਸ਼ਤਿਹਾਰ ਜਾਣਾ। ਸਰਕੂਲੇਸ਼ਨ ਦੇ ਆਧਾਰ ਦੇ ਉੱਤੇ ਉਹ ਭਾਵੇਂ ਟੀਵੀ ਚੈਨਲ ਹੋਣ, ਭਾਵੇਂ ਸੋਸ਼ਲ ਮੀਡੀਆ ਚੈਨਲ ਹੋਣ ਤੇ ਭਾਵੇਂ ਅਖਬਾਰਾਂ ਹੋਣ, ਉਹਨਾਂ ਨੂੰ ਉਸ ਮਿਕਦਾਰ ਦੇ ਵਿੱਚ ਉਨਾ ਇਸ਼ਤਿਹਾਰ ਮਿਲਣਾ ਚਾਹੀਦਾ, ਨੀਤੀ ਤੈਅ ਹੋਣੀ ਚਾਹੀਦੀ। ਇਸ ਲਿਹਾਜ਼ ਨਾਲ ਤਾਂ ਫਿਰ ਪਿਛਲੇ ਲਗਭਗ 20 ਸਾਲਾਂ ਦੇ ਵਿੱਚ ਕਿਹਨੂੰ ਕਿੰਨੇ ਪੈਸੇ ਸਰਕਾਰੀ ਖਾਤਿਆਂ 'ਚੋਂ ਗਏ ਇਹ ਵੀ ਦੇਖਣਾ ਬਣਦਾ। ਇਹਦੇ ਦੋ ਤਰ੍ਹਾਂ ਦੇ ਹੋਰ ਵੀ ਪਹਿਲੂ ਆ, ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ ਕੀ ਕੋਈ ਅਖਬਾਰ ਜਾਂ ਕੋਈ ਅਦਾਰਾ ਵਿਅਕਤੀਗਤ ਤੌਰ ਤੇ ਚੱਲ ਰਿਹਾ, ਕੋਈ ਟਰੱਸਟ ਦੇ ਤਹਿਤ ਚੱਲ ਰਿਹਾ, ਕਿਸੇ ਦੀ ਨਿੱਜੀ ਜਗੀਰ ਵਾਂਗ ਆਪਰੇਟ ਹੋ ਰਿਹਾ, ਜਾਂ ਕੋਈ ਬਹੁਤ ਵੱਡੀ ਆਰਗੇਨਾਈਜੇਸ਼ਨ ਚਲਾ ਰਹੀ ਹੋਵੇ? ਜਿਹੜਾ ਓਵਰਆਲ ਸਵਾਲ ਹੈ, ਗਵਰਨਮੈਂਟਾਂ ਨੇ ਜਿਹੜੀਆਂ, ਗਵਰਨਮੈਂਟਾਂ ਨੇ ਵੀ ਆਪਣੀਆਂ ਪਾਲਿਸੀਜ਼, ਆਪਣੀਆਂ ਚੀਜ਼ਾਂ ਮਤਲਬ ਉਹ ਲੋਕਾਂ ਤੱਕ ਲਿਜਾਣੀਆਂ ਨੇ। ਇੱਕ ਲੋਕਾਂ ਤੱਕ ਕੋਈ ਚੀਜ਼ ਮੈਸੇਜ ਕਿਵੇਂ ਜਾਂਦਾ, ਕਿਹੜੇ ਕਿਹੜੇ ਪਲੇਟਫਾਰਮਾਂ ਨੂੰ ਗਵਰਨਮੈਂਟ ਯੂਜ ਕਰਦੀ ਆ, ਉਹਦੇ ਲਈ ਇੱਕ ਪਾਲਿਸੀ, ਬਿਲਕੁਲ ਪਾਲਿਸੀ ਤੋਂ ਬਿਨਾਂ ਨਹੀਂ। ਗਵਰਨਮੈਂਟ ਕਿਸੇ ਵੀ ਫੰਡ ਦੀ ਕਸਟੋਡੀਅਨ ਹੈ, ਮਾਲਕ ਨਹੀਂ ਹੈ। ਇੱਕ ਤਾਂ ਇਹ ਬੜੀ ਕਲੈਰਿਟੀ ਹੋਣੀ ਚਾਹੀਦੀ ਹੈ, ਪਰ ਸਾਡੇ ਜਿਹੜਾ ਬੰਦਾ ਬਣ ਜਾਂਦਾ ਉਹ ਦਿੱਲੀ 'ਚ ਬਣੇ ਜਾਂ ਪੰਜਾਬ 'ਚ ਬਣੇ, ਉਹ ਉਹਦੇ ਮਾਲਕ ਦੀ ਤਰ੍ਹਾਂ ਬਿਹੇਵ ਕਰਦਾ, ਉਹ ਬਾਦਸ਼ਾਹ ਦੀ ਤਰ੍ਹਾਂ ਬਿਹੇਵ ਕਰਦਾ, ਉਹਦੇ ਕਸਟੋਡੀਅਨ ਦੀ ਤਰ੍ਹਾਂ ਨਹੀਂ। ਔਰ ਜੇ ਤੁਸੀਂ ਕਸਟੋਡੀਅਨ ਹੋ, ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਇੱਕ ਇੱਕ ਪੈਸਾ ਇਸ ਸਲੀਕੇ ਨਾਲ ਖਰਚਿਆ ਹੋਣਾ ਚਾਹੀਦਾ ਤਾਂ ਕਿ ਉਹਦਾ ਟਾਰਗੇਟ ਅਚੀਵ ਹੋਵੇ ਕਿ ਜਿਹੜੇ ਕੰਮ ਲਈ ਖਰਚਿਆ ਜਾ ਰਿਹਾ। ਹੁਣ ਐਡਵਰਟਾਈਜਮੈਂਟਾਂ ਕਿਸੇ ਸਰਕਾਰ ਨੇ ਕਿੰਨੀਆਂ ਦੇਣੀਆਂ ਨੇ, ਕਿੰਨੀਆਂ ਨਹੀਂ, ਆਪਣੀਆਂ ਫੋਟੋਆਂ ਚਿਹਰੇ ਦਿਖਾਉਣ ਦੇ ਲਈ ਐਡਵਰਟਾਈਜਮੈਂਟ ਨਹੀਂ ਹੁੰਦੀ। ਆ ਜਿੰਨੀਆਂ ਐਡਵਰਟਾਈਜਮੈਂਟ ਅੱਜ ਕੱਲ੍ਹ ਦਿੱਤੀਆਂ ਜਾ ਰਹੀਆਂ ਨੇ, ਤੁਸੀਂ ਦਿਖਾ ਦਿਓ ਉੱਤੇ ਕਿੰਨੀਆਂ ਯੋਜਨਾਵਾਂ ਦਾ ਨਾਲ ਲੋਕਾਂ ਨੂੰ ਫਾਇਦਾ ਹੋ ਰਿਹਾ, ਕਿੰਨੀਆਂ ਦਾ ਨਹੀਂ ਹੈ, ਔਰ ਕਿਹੜੀਆਂ ਗੱਲਾਂ ਕੇਵਲ ਤੁਹਾਡੇ ਪ੍ਰਚਾਰ ਲਈ ਵਰਤੀਆਂ ਜਾਂਦੀਆਂ ਨੇ, ਪੋਲੀਟੀਕਲ ਪ੍ਰਚਾਰ ਲਈ। ਔਰ ਸਰਕਾਰਾਂ ਆਪਣੀ ਪਾਰਟੀ ਦੇ ਪ੍ਰਚਾਰ ਦੇ ਵਾਸਤੇ, ਆਪਣੇ ਚਿਹਰਿਆਂ ਦੇ ਪ੍ਰਚਾਰ ਦੇ ਵਾਸਤੇ, ਮੈਨੂੰ ਤਾਂ ਲੱਗਦਾ ਪਾਲਿਸੀ ਦੇ ਵਿੱਚ ਇੱਕ ਗੱਲ ਬਿਲਕੁਲ ਬੰਦ ਹੋ ਜਾਣੀ ਚਾਹੀਦੀ ਹੈ, ਜੇ ਥੋੜ੍ਹਾ ਜਿਹਾ ਫਾਇਦਾ ਲੈਣਾ ਕਿਸੇ ਬੰਦੇ ਦੀ, ਚਾਹੇ ਉਹ ਚੀਫ ਮਿਨਿਸਟਰ ਹੋਵੇ ਚਾਹੇ ਉਹ ਮਿਨਿਸਟਰ ਹੋਵੇ, ਫੋਟੋ ਨਹੀਂ ਹੋਣੀ ਚਾਹੀਦੀ ਐਡਵਰਟਾਈਜਮੈਂਟ ਤੇ। ਉਹ ਮਾਲਕ ਨਹੀਂ ਹੈ ਕਿ ਉਹ ਆਪਣੇ ਪ੍ਰਚਾਰ, ਆਪਣਾ ਚਿਹਰਾ ਦਿਖਾਈ ਜਾਏਗਾ ਲੋਕਾਂ ਨੂੰ, ਤੈਨੂੰ ਵੋਟ ਦੇ ਤੀ, ਜਾਣਦੇ ਨੇ ਲੋਕ ਸਾਰੇ,
ਤੁਸੀਂ ਕੌਣ ਹੋ ਕੌਣ ਨਹੀਂ ਹੈ। ਚੀਫ ਮਿਨਿਸਟਰ ਲਿਖਿਆ ਹੋਏਗਾ, ਲੋਕਾਂ ਨੂੰ ਇਹ ਵੀ ਪਤਾ ਹੋਏਗਾ ਕਿ ਸਰਕਾਰ ਨੇ ਦਿੱਤੀ ਹੈ ਤੇ ਮਿਨਿਸਟਰ ਨੇ ਦਿੱਤੀ ਹੈ। ਤੁਸੀਂ ਲੋਕਾਂ ਦੀ ਖੂਨ ਪਸੀਨੇ ਦੀ ਟੈਕਸਾਂ ਦੀ ਕਮਾਈ ਤੇ ਆਪਣੇ ਚਿਹਰੇ ਰੋਜ਼ ਕਿਉਂ ਲੋਕਾਂ ਦੇ ਸਾਹਮਣੇ ਪੇਸ਼ ਕਰੀ ਜਾਂਦੇ ਹੋ, ਇਰੀਟੇਟ ਕਰਦੇ ਹੋ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ, ਤਾਂ ਉਹ ਅੱਧੀਆਂ ਚੀਜ਼ਾਂ ਹਟ ਜਾਣਗੀਆਂ ਮੇਰੇ ਖਿਆਲ ਜਦੋਂ ਇਹ ਸਾਰੀਆਂ ਫੋਟੋ ਕਲਚਰ ਬੰਦ ਕਰ ਦਿਓ ਟੋਟਲੀ ਹੈ। ਡੈਮੋਕ੍ਰੇਸੀ 'ਚ ਬਾਦਸ਼ਾਹਾਂ ਦੀ ਤਰ੍ਹਾਂ ਨਹੀਂ, ਡੈਮੋਕ੍ਰੇਸੀ 'ਚ ਸੇਵਕ ਦੀ ਤਰ੍ਹਾਂ ਲੈ ਕੇ ਆਓ ਤੇ ਸੇਵਕ ਦੇ ਚਿਹਰੇ ਨਹੀਂ ਹੁੰਦੇ, ਸੇਵਕ ਕੰਮ ਕਰਦਾ ਹੁੰਦਾ ਜਿਹੜੀਆਂ ਚੀਜ਼ਾਂ ਨੇ। ਔਰ ਦੂਜੀ ਗੱਲ, ਬਿਲਕੁਲ ਇੱਕ ਪਾਲਿਸੀ ਕਲੀਅਰ ਕੱਟ ਹੋਣੀ ਚਾਹੀਦੀ ਹੈ। ਪਹਿਲਾਂ ਤਾਂ ਪਾਲਿਸੀ ਇਹ ਹੋਣੀ ਚਾਹੀਦੀ ਹੈ ਕਿ ਆਹ ਚੀਜ਼ਾਂ ਦੀ ਐਡਵਰਟਾਈਜਮੈਂਟ ਦਿੱਤੀ ਜਾ ਸਕਦੀ ਹੈ ਜਿਹੜੀਆਂ ਪਾਲਿਸੀ 'ਚ ਲੋਕਾਂ ਨੂੰ ਪਤਾ ਹੋਵੇ ਤਾਂ ਕਿ ਉਹ ਇਹਦੇ ਲੈ ਸਕਣ ਮੰਗ ਕੇ, ਜੇ ਉਹਨਾਂ ਤੱਕ ਨਹੀਂ ਉਹਨਾਂ ਦੀ ਜਾਗਰੂਕਤਾ ਦੇ ਲੈਵਲ ਦੀ ਹੋਣੀ ਚਾਹੀਦੀ ਹੈ, ਦੂਜੀਆਂ ਨਹੀਂ ਉਹਦੇ 'ਚ ਐਡਵਰਟਾਈਜਮੈਂਟ ਦਾ ਹਿੱਸਾ ਹੋਣਾ ਚਾਹੀਦਾ। ਔਰ ਦੂਜੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਜਿਹੜਾ ਵੀ ਮੀਡੀਆ ਤੁਹਾਡੇ ਸਾਹਮਣੇ ਇਸ ਲੈਵਲ 'ਤੇ ਅਵੇਲੇਬਲ ਹੈ, ਜੇ ਤਾਂ ਪ੍ਰਿੰਟ ਮੀਡੀਆ ਉਹਦੀ ਸਰਕੂਲੇਸ਼ਨ ਦਾ ਸਵਾਲ ਹੈ, ਬਾਕੀ ਦਾ ਮੀਡੀਆ ਕਿਉਂਕਿ ਚਾਹੇ ਮੀਡੀਆ ਪ੍ਰਿੰਟ ਮਤਲਬ ਟਰੱਸਟ ਦਾ ਹੋਵੇ ਚਾਹੇ ਨਿੱਜੀ ਵੀ ਹੋਵੇ, ਉਹਨੂੰ ਇੱਕ ਲਾ ਦੇ ਪੈਟਰਨ 'ਤੇ ਤਾਂ ਚੱਲਣਾ ਹੀ ਪਊਗਾ ਔਰ ਚੱਲਣਾ ਪੈਂਦਾ। ਤੁਹਾਡੇ ਐਥਿਕਸ ਨੇ, ਤੁਹਾਡੀਆਂ ਬਾਕੀ ਚੀਜ਼ਾਂ ਨੇ, ਨਹੀਂ ਤਾਂ ਤੁਹਾਡੇ ਖਿਲਾਫ਼ ਕਾਰਵਾਈ ਹੋ ਸਕਦੀ ਹੈ। ਅਸੀਂ ਕੋਈ ਗੱਲ ਨਹੀਂ, ਜੇ ਖ਼ਬਰਾਂ ਮਤਲਬ ਤੱਥ ਵਿਹੀਣਾ ਲਾਉਂਦੇ ਹੋ ਤੁਸੀਂ ਹਾਰ, ਤੁਹਾਡੇ 'ਤੇ ਮਾਨਹਾਨੀ ਦਾ ਮੁਕੱਦਮਾ ਵੀ ਕਰ ਸਕਦਾ ਕੋਈ, ਤੁਸੀਂ ਦਾਇਰੇ 'ਚ ਆਉਂਦੇ ਹੋ, ਇੱਕ ਐਂ ਨਹੀਂ ਹੈ ਕਿ ਤੁਸੀਂ ਬਿਨਾਂ ਦਾਇਰੇ ਤੋਂ ਬਾਹਰ ਚਲੇ ਜਾਂਦੇ ਹੋ, ਤੁਹਾਡੀ ਰਜਿਸਟ੍ਰੇਸ਼ਨ ਹੈ, ਸਭ ਚੀਜ਼ਾਂ ਨੇ। ਤਾਂ ਉਸ ਲਿਹਾਜ਼ ਦੇ ਨਾਲ ਹੀ ਐਡਵਰਟਾਈਜਮੈਂਟ ਦੀ ਹਿੱਸਾ ਜਿਹੜਾ ਜਾਣਾ ਚਾਹੀਦਾ। ਔਰ ਤੁਸੀਂ ਤੁਹਾਡਾ ਉਹ ਵਿਰੋਧੀ ਹੋਵੇ, ਤੁਹਾਡੇ ਖਿਲਾਫ਼ ਹੋਵੇ, ਤੁਹਾਡਾ ਹਮਾਇਤੀ ਹੋਵੇ, ਜਾਂ ਤੁਸੀਂ ਪਿੱਕ ਐਂਡ ਚੂਜ਼ ਕਰਦੇ ਹੋ, ਇਹਦਾ ਮਤਲਬ ਤੁਸੀਂ ਗੌਰਮੈਂਟ ਪਾਲਿਸੀ 'ਤੇ ਨਹੀਂ ਚੱਲ ਰਹੇ, ਤੁਸੀਂ ਨਿੱਜੀ ਤੌਰ 'ਤੇ ਆਪਣੀ ਗੱਲ ਕਰ ਰਹੇ ਹੋ ਕਿ ਮੈਂ ਪਾਵਰਫੁੱਲ ਆਦਮੀ ਹਾਂ, ਮੈਂ ਤੇਰਾ ਗਲ ਘੁੱਟ ਤਾਂ ਸਮਝ ਲਓ, ਮੈਂ ਘੁੱਟ ਸਕਦਾ, ਮੇਰੇ ਕੋਲ ਤਾਕਤ ਹੈ, ਉਹ ਗੱਲ ਬੰਦ ਹੋਣੀ ਚਾਹੀਦੀ ਹੈ। ਜੇ ਉਹ ਗੱਲ ਉਵੇਂ ਚੱਲੂਗੀ ਤਾਂ ਅੱਧੀਆਂ ਚੀਜ਼ਾਂ ਨਹੀਂ ਉਸ ਲੈਵਲ 'ਤੇ, ਪਰ ਤੁਸੀਂ ਸਿਲੰਡਰ ਕਰਾਉਣਾ ਚਾਹੁੰਦੇ ਹੋ ਲੋਕਾਂ ਨੂੰ, ਤੈਨੂੰ ਮੈਂ 4 ਕਰੋੜ ਦਿੰਦਾ, ਇਹਨੂੰ ਮੈਂ 10 ਲੱਖ ਵੀ ਨਹੀਂ ਦਿੰਦਾ, ਤੈਨੂੰ ਮੈਂ ਆਹ ਦਿੰਦਾ, ਇਹਦਾ ਮਤਲਬ ਉਹ ਤੁਸੀਂ ਨਿੱਜੀ ਤਰ੍ਹਾਂ ਬਿਹੇਵ ਕਰਦੇ ਹੋ, ਉਹ ਨਹੀਂ ਹੋਣਾ ਚਾਹੀਦਾ। ਔਰ ਅਖਬਾਰਾਂ ਦੇ ਵੀ ਦਾਇਰੇ ਦੇ ਵਿੱਚ ਫਿਰ ਇਹ ਹੋ ਜਾਂਦਾ, ਜਿਹੜੀਆਂ ਪਾਵਰਫੁੱਲ ਅਖਬਾਰਾਂ ਨੇ ਉਹ ਜਿਹਦੇ ਫੇਵਰ 'ਚ ਜ਼ਿਆਦਾ ਲਿਖਦੀਆਂ ਨੇ, ਉਹ ਹਿੱਸਾ ਜ਼ਿਆਦਾ ਲੈ ਜਾਂਦੀਆਂ ਨੇ, ਉਹਨਾਂ ਨੂੰ ਵੀ ਔਲਾਰ ਘੱਟੋ ਘੱਟ ਹੋ ਕੇ ਉਸ ਸਮੇਂ ਜਦੋਂ ਤੁਹਾਡੀ ਚੱਲਦੀ ਹੁੰਦੀ ਹੈ ਕਿਸੇ ਨਾਲ, ਜਦੋਂ ਤੁਸੀਂ ਜ਼ਿਆਦਾ ਲੈ ਜਾਂਦੇ ਹੋ ਦੂਜਿਆਂ ਦਾ ਹਿੱਸਾ ਮਾਰ ਕੇ, ਇਹ ਤਾਂ ਜਸਟਿਸ ਦੀ ਕਸਵੱਟੀ ਦੇ ਸਵਾਲ ਨੇ। ਮਤਲਬ ਵੈਸੇ ਤਾਂ ਨਿੱਜੀ ਤੌਰ ਦੇ ਉੱਤੇ ਫਿਰ ਜਿਹੜਾ ਮੁਨਾਫ਼ਾ ਕਮਾਉਣ ਦਾ ਕੰਮ ਹੈ, ਮੁਨਾਫ਼ਾ ਬਖਸ਼ ਧੰਦੇ ਦਾ ਸਵਾਲ ਹੈ, ਉਹ ਤਾਂ ਫਿਰ ਇਕੱਲਾ ਨਿਰੋਲ ਬਿਜ਼ਨਸ ਦਾ ਸਵਾਲ ਹੈ, ਉਹਦੇ 'ਚ ਵੈਲਿਊ ਸਿਸਟਮ ਨਹੀਂ, ਉਹਦੇ 'ਚ ਐਥਿਕਸ ਨਹੀਂ ਰਹਿੰਦੇ। ਸਰਕਾਰਾਂ ਨੂੰ ਇਸ ਪਾਸੇ ਵੱਲ ਜੇਕਰ ਜਾਣ, ਪਰ ਇਹ ਉਮੀਦ ਕਿੱਥੋਂ ਕਰ ਰਿਹਾ ਅਸੀਂ, ਕੀ ਤਾਂ ਉਮੀਦ ਕਰ ਰਿਹਾ, ਮੈਂ ਤਾਂ ਉਹਦੇ ਤੋਂ ਉਮੀਦ ਕਰ ਰਿਹਾ ਜਿਹਦੀ ਐਥਿਕਸ ਨਾਂ ਦੀ ਕੋਈ ਚੀਜ਼ ਨਹੀਂ, ਜਿੱਥੇ ਜਦ ਮਰਜ਼ੀ ਕਰਪਟ ਬੰਦਾ, ਤੁਹਾਡਾ ਬੰਦਾ ਕਰਪਟ ਆ, ਉਹਨੂੰ ਤੁਸੀਂ ਕਹਿੰਦੇ ਹੋ ਵੀ ਇਹ ਤਾਂ ਅਜੇ ਸਾਬਤ ਨਹੀਂ ਹੋਇਆ, ਦੂਜੇ ਦੇ ਜਿਹੜੇ ਮਰਜ਼ੀ ਚੱਕ ਕੇ ਸਜ਼ਾ ਦੇ ਦਿਓ, ਇਹ ਚੀਜ਼ਾਂ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਪਾਰਟੀ 'ਚ ਚਲਾ ਜਾਏ, ਇਹ ਠੀਕ ਹੈ, ਸਾਨੂੰ ਇੱਕ ਸਦਾਚਾਰਕ ਇੱਕ ਕੋਈ ਮਾਪਦੰਡ ਜੇ ਬਣਾ ਲੈਣੇ ਚਾਹੀਦੇ ਨੇ, ਜ਼ਰੂਰੀ ਨਹੀਂ ਉਹਦੇ 'ਚ ਅੱਜ ਹੀ ਲਾਗੂ ਹੋਣ, ਪਰ ਉੱਧਰ ਵੱਲ ਨੂੰ ਉਹਦੇ ਆਧਾਰ 'ਤੇ ਕੋਈ ਨਾ ਕੋਈ ਡਿਬੇਟ ਤਾਂ ਹੋ ਜਾਂਦੀ ਹੈ ਨਾ, ਫਿਰ ਤੁਸੀਂ ਇਹਦੀ ਵਾਇਲੇਸ਼ਨ ਕਰ ਰਹੇ ਹੋ, ਇਹਦੀ ਵਾਇਲੇਸ਼ਨ ਕਰ ਰਹੇ ਹੋ, ਇਹਦੀ ਵਾਇਲੇਸ਼ਨ ਕਰ ਰਹੇ ਹੋ, ਜੇ ਕਾਨੂੰਨ ਹੋਵੇ ਹੀ ਨਾ ਤਾਂ ਇਹ ਕੌਣ ਕਹੂਗਾ ਵੀ ਭਾਈ ਇਹਦੀ ਵਾਇਲੇਸ਼ਨ ਕਰ ਰਹੇ ਹੋ, ਇਸ ਲਈ ਪਾਲਿਸੀ ਬਣਨੀ ਬੇਹੱਦ ਜ਼ਰੂਰੀ ਹੈ। ਹਾਂ, ਇੱਕ ਕਈ ਵਾਰੀ ਇੱਕ ਸਟੋਰੀ ਹੀ ਜਿਹੜੀ ਹੈ ਉਹ ਸਰਕਾਰਾਂ ਨੂੰ ਗੋਡਿਆਂ ਭਰ ਕਰ ਦਿੰਦੀ ਹੈ ਤੇ ਫਿਰ ਉਹ ਸੰਪਾਦਕਾਂ ਨਾਲ ਨੈਗੋਸੀਏਸ਼ਨ 'ਚ ਆ ਜਾਂਦੇ ਆ। ਦੇਰ ਤੱਕ ਇੱਦਾਂ ਦੀ ਹੀ ਰਾਜਨੀਤੀ ਤੇ ਇੱਦਾਂ ਦੀ ਹੀ ਪੱਤਰਕਾਰਤਾ ਆਪਾਂ ਦੇਖਦੇ ਰਹੇ ਹਾਂ। ਜਦੋਂ ਚੀਜ਼ਾਂ ਮੋਨੋਪਲਾਈਜ਼ ਹੋ ਜਾਂਦੀਆਂ ਨੇ ਤਾਂ ਫਿਰ ਕਈ ਚੀਜ਼ਾਂ ਉਦਾਂ ਵੀ ਚੱਲਦੀਆਂ ਨੇ ਜਿੱਦਾਂ ਚੱਲਦੀਆਂ ਹੁੰਦੀਆਂ ਨੇ ਤੇ ਚੱਲਦੀਆਂ ਨੇ। ਸਰ ਹਰਮੀਤ ਸਿੰਘ ਜੀ, ਲਾਸਟ ਵਿੱਚ ਕੱਲ ਭਗਵੰਤ ਮਾਨ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਮਾਨਸਾ ਤੇ ਮੌੜ 'ਚ, ਔਰ ਵਿਰੋਧ ਵੀ ਬੜਾ ਤੀਬਰ ਸੀਗਾ। ਮੌੜ ਦੇ ਵਿੱਚ ਤਾਂ ਸ਼ਹਿਰ ਦੇ ਵਿੱਚ ਲੋਕ ਖੜੇ ਸੀਗੇ
ਕਿ ਸਾਡਾ ਜਿਹੜਾ ਲੋਕਲ ਐਮ ਐਲ ਏ ਆ ਸਾਡੀਆਂ ਮੰਗਾਂ ਵੱਲ ਕੰਨ ਨਹੀਂ ਧਰਦਾ, ਮੁੱਖ ਮੰਤਰੀ ਇੱਥੇ ਆਉਣ ਸਾਨੂੰ ਪ੍ਰੋਮਿਸ ਕਰਨ ਪਰ ਉਹ ਆਏ ਨਹੀਂ, ਬਾਰ ਬਾਰ ਨਿਕਲ ਗਏ, ਇਹੋ ਜਿਹੇ ਵਿਰੋਧ ਉਹਨਾਂ ਨੂੰ ਤਾਂ ਸਾਹਮਣਾ ਕਰਨਾ ਪੈ ਰਿਹਾ। ਲੋਕ ਮੁਸ਼ਕਲ ਵੀ ਸਹਿ ਰਹੇ ਨੇ, ਜਿੱਥੋਂ ਜਿੱਥੋਂ ਉਹਨਾਂ ਦਾ ਨਿਕਲਣਾ ਹੁੰਦਾ ਰੋਡ ਸ਼ੋਅ, ਕਹਿੰਦੇ ਨੁਕਸਾਨ ਹੋ ਰਿਹਾ ਕਾਰੋਬਾਰ ਦੇ, ਕੀ ਕਹਿੰਦੇ? ਹਾਂ ਬਿਲਕੁਲ, ਇਹ ਗੱਲ ਤੋਂ ਤਾਂ ਲੋਕ ਤੰਗ ਨੇ। ਦੇਖੋ ਜਿਹੜਾ ਸਿਕਿਉਰਿਟੀ ਦੀ ਗੱਲ ਹੈ ਨਾ, ਕਿ ਜਿੱਥੇ ਚੀਫ ਮਿਨਿਸਟਰ ਜਾਣਾ ਹੁੰਦਾ ਤੇ ਉੱਥੇ ਲੋਕਾਂ ਨੂੰ ਆਪਣੀਆਂ ਹੀ ਦੁਕਾਨਾਂ ਜਾਂ ਆਪਣੇ ਉਹਦੇ ਵੱਲ ਹੀ ਨਹੀਂ ਜਾਣ ਦਿੰਦੇ, ਨਾਕੇ ਲਾ ਕੇ ਰੁਕ ਜਾਂਦਾ ਜਿੱਧਰ ਉਹਨੇ ਕਾਰੋਬਾਰ ਕਰਨਾ ਜਾਂ ਕਿਸੇ ਦੇ ਹੋਰ ਕੰਮ ਤੇ ਜਾਣਾ, ਤਾਂ ਇਹ ਤੰਗੀ ਤਾਂ ਹੈ। ਦੂਜੇ ਪਾਸੇ ਤੁਸੀਂ ਕਿਸਾਨਾਂ ਨੂੰ ਕਹਿੰਦੇ ਹੋ ਨਾ, ਜੋ ਧਾਰਾ ਦੋ ਅਪਰੋਚ ਕਿਸਾਨਾਂ ਤੇ ਲਾਗੂ ਕਰ ਦਿਓ ਕਿ ਲੋਕ ਪਰੇਸ਼ਾਨ ਹੁੰਦੇ ਨੇ ਜਾਂ ਤੁਸੀਂ ਸੜਕ ਰੋਕਦੇ ਹੋ, ਭਾਈ ਸਾਹਿਬ ਜਦੋਂ ਤੁਸੀਂ ਜਾਂਦੇ ਹੋ ਜੇ ਤੁਹਾਡੇ ਨਾਲ ਵੀ ਉਹੀ ਕੰਮ ਹੋ ਰਿਹਾ, ਉਹ ਲੋਕਾਂ ਦੇ ਘਰ ਮੂਹਰੇ ਤਾਂ ਨਹੀਂ ਆ ਕੇ ਲਾਉਂਦੇ, ਘੱਟੋ ਘੱਟ ਕਿਤੇ ਹੋਰ ਲਾਉਂਦੇ ਨੇ, ਤੁਸੀਂ ਤਾਂ ਲੋਕਾਂ ਦੇ ਐਨ ਬਾਜ਼ਾਰ 'ਚ ਜਾ ਕੇ ਰੋਕ ਦਿੰਦੇ ਨੇ ਤੁਹਾਡੇ ਸਿਕਿਉਰਿਟੀ ਵਾਲੇ। ਔਰ ਜਦੋਂ ਇੰਨੀ ਸਿਕਿਉਰਿਟੀ ਹੁੰਦੀ ਹੈ ਤੇ ਅੱਛਾ, ਨਾਲ ਇਹ ਵੀ ਅੱਜ ਕੱਲ੍ਹ ਚੋਣਾਂ ਦਾ ਸਵਾਲ ਹੈ ਤੇ ਉਹ ਸਵੇਰ ਤੋਂ ਹੀ ਲਾ ਦਿੰਦੇ ਨੇ, ਮੁੱਖ ਮੰਤਰੀ ਆਉਂਦੇ 3-4 ਵਜੇ ਤੱਕ, ਜਦ ਤਾਂ ਬੰਦੇ ਦਾ ਧੰਦਾ ਹੀ ਚੌਪਟ ਹੋ ਜਾਂਦਾ ਉਦੋਂ ਤੱਕ ਬੈਠ ਕੇ ਬਹੁਤ ਔਖੇ ਨੇ। ਮਾਨਸਾ ਦੇ ਵਿੱਚ ਇਹ ਵੱਡਾ ਮੁੱਦਾ ਰਿਹਾ ਕਿ ਇਹ ਗੱਲ ਗਲਤ ਹੈ ਤੇ ਤੁਸੀਂ ਸਾਡੇ ਰਸਤੇ 'ਚ ਰੋੜਾ ਕਿਉਂ ਟਕਾਉਂਦੇ ਹੋ, ਵੋਟਾਂ ਮੰਗਣ ਆਏ ਹੋ, ਵੋਟਾਂ ਦਾ ਸਲੀਕਾ ਹੁੰਦਾ, ਕੋਈ ਹੋਰ ਤਰੀਕੇ ਨਾਲ ਮੰਗ ਲਓ, ਕਿਤੇ ਰੈਲੀ ਕਰ ਲਓ। ਇਹ ਜਿਹੜਾ ਰੋਡ ਸ਼ੋਅ ਤਾਂ ਫਿਰ ਬਾਜ਼ਾਰਾਂ 'ਚ ਵੀ ਜਾਂਦਾ ਨਾ, ਬਾਜ਼ਾਰਾਂ 'ਚ ਵੀ ਜਾਂਦਾ, ਤੁਸੀਂ ਅੰਦਰੋਂ ਬਾਹਰ ਨਹੀਂ ਨਿਕਲ ਦਿੰਦੇ ਉਹਨਾਂ ਬੰਦਿਆਂ ਨੂੰ, ਇਹ ਇੱਕ ਗੱਲ ਹੈ। ਮੌੜ ਦੇ ਵਿੱਚ ਤਾਂ ਜਿਹੜਾ ਉਹ ਰੋਕ ਕੇ MLA ਬਿਠਾ ਰੱਖਿਆ ਸੀ ਵਿਚਾਲੇ, ਵਿਚਾਲੇ ਬਿਠਾ ਕੇ ਉਹ ਕੁਝ ਨਹੀਂ ਬੋਲ ਰਿਹਾ ਵਿਚਾਰਾ, ਮਤਲਬ ਕੋਈ ਗੱਲ ਵੀ ਨਹੀਂ ਕਰ ਰਿਹਾ ਕਿਸੇ ਤਰੀਕੇ ਦੇ ਨਾਲ। ਔਰ ਉਹ ਕਹਿ ਰਹੇ ਨੇ ਵੀ ਆਹ ਪਾਣੀ ਹੈ, ਮਾੜਾ ਜਿਹਾ ਘਰਾਂ ਦੇ ਅੰਦਰ ਵੜ ਕੇ ਦੇਖ ਤੂੰ ਕਿੰਨਾ ਸਮੈਲ ਆਉਂਦੀ ਹੈ, ਤੂੰ ਰਹਿ ਸਕਦਾ ਇੱਥੇ? ਘੱਟੋ ਘੱਟ ਤੂੰ ਘੰਟਾ ਤੈਨੂੰ ਬਿਠਾ ਕੇ ਰੱਖਦੇ ਹਾਂ, ਤੈਨੂੰ ਪਤਾ ਲੱਗਿਆ ਸੀ ਕਿਸ ਮਾਹੌਲ 'ਚ ਰਹਿ ਰਿਹਾ, ਕਿਸ ਮਾਮਲੇ 'ਚ, ਤੇ ਤੁਸੀਂ ਕਰਦੇ ਕੀ ਹੋ ਸਾਡੇ ਨਾਲ, ਵਾਅਦੇ ਕੀ ਕਰਕੇ ਗਏ? ਮੁੜ ਕੇ ਕੋਈ ਆਇਆ ਮੁੜ ਕੇ ਸਾਡੇ ਨਾਲ ਸਾਡੀ ਸਾਰ ਪੁੱਛੀ 2 ਸਾਲਾਂ ਦੇ ਵਿੱਚ? ਇਹ ਇੱਕ ਗੱਲ ਤਾਂ ਪੋਜ਼ਿਟਿਵ ਹੈ ਡੈਮੋਕ੍ਰੇਸੀ ਦੇ ਰਾਹ ਦੇ ਵਿੱਚ, ਮਾਮਲੇ ਦੇ ਵਿੱਚ। ਜਿਵੇਂ ਇਕੱਲਾ ਅਸੀਂ ਕਹਿੰਦੇ ਨਾ ਬੀਜੇਪੀ ਨੂੰ ਸਵਾਲ ਪੁੱਛ ਰਹੇ ਨੇ ਜੀ ਕਿਸਾਨ, ਜਾਂ ਸੱਤਾਧਾਰੀ ਪੰਜਾਬ ਵਾਲੇ ਨੂੰ ਵੀ ਪੁੱਛ ਰਹੇ, ਤਾਂ ਸਾਰਿਆਂ ਨੂੰ ਹੀ ਪੁੱਛਣ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਉਹਨਾਂ ਦੇ ਸੰਕਟ ਸਮੇਂ ਜਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਨੇ ਉਦੋਂ ਬਾਅਦ ਉਹਨਾਂ ਦੀ ਸਾਰ ਲੈਂਦੇ ਹੋ ਜਾਂ ਨਹੀਂ ਲੈਂਦੇ? ਜੇ ਲੋਕ ਇਹ ਪੁੱਛਣ ਲੱਗ ਜਾਣਗੇ ਤਾਂ ਘੱਟੋ ਘੱਟ ਅੱਗੇ ਨੂੰ ਸਾਰ ਲੈਣੀ ਤਾਂ ਸ਼ੁਰੂ ਹੋ ਜਾਏਗੀ ਨਾ, ਵੀ ਉਦੋਂ ਘੇਰ ਲੈਂਦੇ ਨੇ ਲੋਕ ਜਦੋਂ ਅਸੀਂ ਜਾਂਦੇ ਹਾਂ। ਮੈਨੂੰ ਲੱਗਦਾ ਇਹਨੂੰ ਪੋਜ਼ਿਟਿਵ ਗਿਣਨਾ ਚਾਹੀਦਾ। ਔਰ ਦੂਜੀ ਗੱਲ, ਚੀਫ ਮਿਨਿਸਟਰ ਜਿਹੜੇ ਇਹ ਕਹਿੰਦੇ ਨੇ ਕਿ ਜੀ ਪਹਿਲਾਂ ਲੋਕਾਂ ਦੇ ਖਿਲਾਫ ਹੁੰਦੇ ਨੇ, ਵੀ ਇੰਨੀਆਂ ਇੰਨੀਆਂ ਗੱਡੀਆਂ 'ਚ ਜਾਂਦੇ ਨੇ, ਇੰਨੇ ਇੰਨੇ ਲਾਮ ਲਸ਼ਕਰ ਜਾਂਦੇ ਨੇ, ਜਦੋਂ ਆਪ ਹੀ ਹੁਣ ਜਾਂਦੇ ਨੇ, ਹੁਣ ਤਾਂ ਲੋਕਾਂ ਦਾ ਉਹਨਾਂ ਨੂੰ ਡਾਇਰੈਕਟ ਐਕਸਪੀਰੀਅੰਸ ਵੀ ਹੋ ਗਿਆ, ਇਦੋਂ ਪਹਿਲਾਂ ਤਾਂ ਇੱਧਰ ਉੱਧਰ ਦੀ ਖੁੱਲੀ ਸੜਕ ਤੇ ਲੰਘ ਜਾਂਦੇ ਨੇ, ਕਦੇ ਕਦੇ ਡਰਾਮੇ ਬਹੁਤ ਚੀਫ ਮਿਨਿਸਟਰਾਂ ਤੇ ਮੰਤਰੀ ਕਰਦੇ ਨੇ, ਕਦੇ ਕਹਿੰਦੇ ਨਾ ਜਾਓ ਜੀ ਇੱਕ ਬੰਦਾ ਖੜਾ ਦਿਓ 3 ਕਿਲੋਮੀਟਰ ਤੇ, ਉੱਥੇ ਆਪਾਂ ਸਟਾਪ ਕਰਾਂਗੇ, ਉੱਥੇ ਤੁਰੰਤ ਚੀਫ ਮਿਨਿਸਟਰ ਸਾਹਿਬ ਨਿਕਲਣ ਲੱਗੇ ਬਾਹਰ, ਉਹਨੂੰ ਜੱਫੀ ਪਾਉਣਗੇ, ਤੂੰ ਦੱਸ ਤੇਰਾ ਕੀ ਹੈ ਜੀ, ਉਹਨੇ ਮੈਨੂੰ ਹੱਥ ਦਿੱਤਾ, ਉਹਨੇ ਸਾਰੇ ਮੈਨੇਜਮੈਂਟਾਂ ਦੇ ਜਿਹੜੇ ਸਿਸਟਮ ਨੇ ਨਾ ਇਹ ਬਹੁਤੀ ਦੇਰ ਨਹੀਂ ਚੱਲਦੇ ਹੁੰਦੇ, ਜਿਹੜਾ ਇੱਕ ਜੈਨੂਅਲ ਸੈਟਅਪ ਹੁੰਦਾ ਉਹਦੇ 'ਚ ਆਉਣਾ ਚਾਹੀਦਾ। ਔਰ ਲੋਕਾਂ ਦੇ ਗੱਲ, ਮੈਨੂੰ ਲੱਗਦਾ ਕਿ ਲੋਕਾਂ ਦੇ ਇਹਦੇ 'ਚ ਕੋਈ ਕਸੂਰ ਨਹੀਂ ਹੈ, ਹਰ ਬੰਦਾ ਆਪਣੀ ਰੋਜ਼ੀ ਰੋਟੀ ਆਪ ਕਮਾ ਕੇ ਖਾਣਾ ਚਾਹੁੰਦਾ, ਸਗੋਂ ਤੁਹਾਡੇ ਤੋਂ ਇਹ ਚਾਹੁੰਦਾ ਤੁਸੀਂ ਫੈਸਿਲੀਟੇਟ ਕਰੋ, ਉਹਨੂੰ ਸੌਖਾ ਕਰੋ ਉਸ ਮਾਮਲੇ ਦੇ ਵਿੱਚ। ਔਰ ਜੇ ਤੁਸੀਂ ਗੰਦੇ ਪਾਣੀ ਦੇ ਨਿਕਾਸ ਦਾ ਕਹਿ ਕੇ ਗਏ ਹੋ, ਜੇ 2 ਸਾਲ 'ਚ ਨਹੀਂ ਕੱਢਿਆ ਉਹਨਾਂ ਦਾ ਵਾਜਬ ਸਵਾਲ ਹੈ, ਫਿਰ ਬਾਕੀ ਤਾਂ ਭਾਈ 2-3 ਸਾਲ ਰਹਿ ਗਏ, ਅਗਲਾ ਸਾਲ ਫਿਰ ਇਲੈਕਸ਼ਨ ਦਾ ਆ ਜਾਣਾ। ਇਹ ਚੀਜ਼ਾਂ ਦਾ ਜਵਾਬ ਤਲਬੀ ਹੋਣੀ ਹੀ ਇੱਕ ਹੋਪ ਹੈ ਪੰਜਾਬ ਦੇ ਵਿੱਚ, ਕਿ ਪੰਜਾਬ ਦੇ ਲੋਕ ਹੁਣ ਟੇਕਨ ਫਾਰ ਗਰੰਟਡ ਨਹੀਂ ਲੈਂਦੇ, ਤੁਹਾਨੂੰ ਵੀ ਨਹੀਂ ਲੈਣਾ ਚਾਹੀਦਾ ਟੇਕਨ ਫਾਰ ਗਰੰਟਡ ਉਹਨਾਂ ਨੂੰ ਕਿ ਵੋਟ ਪੈ ਹੀ ਜਾਣੀ ਹੈ, ਹੁਣ ਇਹ ਸੌਖਾ ਕੰਮ ਨਹੀਂ ਹੈ। ਬਠਿੰਡਾ ਬੇਹੱਦ ਫਸੀ ਹੋਈ ਸੀਟ ਹੈ, ਸੰਗਰੂਰ ਬੇਹੱਦ ਫਸੀ ਹੋਈ ਸੀਟ ਹੈ, ਤੇ ਇਹਨਾਂ ਸੀਟਾਂ ਤੇ ਜੇ ਲੋਕ ਤੁਹਾਨੂੰ ਸਵਾਲ ਕਰਦੇ ਨੇ ਤਾਂ ਦਿਆਨਤਦਾਰੀ ਨਾਲ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਨਹੀਂ ਤਾਂ ਵੋਟਰ ਦਾ ਪਤਾ ਨਹੀਂ ਕਿੱਧਰ ਨੂੰ ਚੱਲ ਜੇ ਅੰਦਰ ਕਰਦੇ। ਬਿਲਕੁਲ, ਆਖਰੀ ਇੱਕ ਸਿਰਫ 1 ਮਿੰਟ ਦੇ ਵਿੱਚ ਇੱਕ ਟਿੱਪਣੀ ਦਿੰਦੇ ਜਾਓ ਕਿ ਅੱਜ ਪ੍ਰਧਾਨ ਮੰਤਰੀ ਪਟਿਆਲੇ 'ਚ ਹੋਣਗੇ ਪਹਿਲਾਂ,
ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਦਰਸ਼ਨ ਤਾਂ ਨਹੀਂ ਉਹ ਕਰ ਪਾਉਣਗੇ ਕਿਉਂਕਿ ਉਹਨਾਂ ਨੇ ਅਸਮਰਥਾ ਜ਼ਾਹਰ ਕਰਤੀ ਪਹਿਲਾਂ ਹੀ ਕਿ ਮੇਰੀ ਸਿਹਤ ਠੀਕ ਨਹੀਂ ਤੇ ਮੈਂ ਤੁਹਾਨੂੰ ਆ ਕੇ ਖੁਸ਼ਾਮਦੀਦ ਕਹਾਂ, ਸੰਭਵ ਨਹੀਂ ਹੈ, ਪੋਸਟ ਤਾਂ ਨਹੀਂ ਬਣਨਗੇ। ਕੈਪਟਨ ਸਾਹਿਬ ਤਾਂ ਵੈਸੇ ਕੜਛਾ ਕੁੜਛਾ ਫੇਰਨ ਲਈ ਵੀ ਜਾਣੇ ਜਾਂਦੇ ਆ, ਵੀ ਉਹ ਖਾਣੇ ਖੁਣੇ ਵੀ ਬਣਾਉਂਦੇ ਹੁੰਦੇ ਆ। ਪ੍ਰਧਾਨ ਮੰਤਰੀ ਦੇ ਪਤਾ ਨਹੀਂ ਕਿਉਂ ਨਹੀਂ ਹੋਸਟ ਬਣ ਰਹੇ, ਇਹਨਾਂ ਦੀ ਮਿੱਤਰਤਾ ਵੀ ਚੰਗੀ ਦੱਸੀ ਜਾਂਦੀ ਸੀ, ਉਹ ਵੀ ਇਹਨਾਂ ਨੂੰ ਫੌਜੀ ਸਾਹਿਬ ਦੱਸਦੇ ਹੁੰਦੇ ਸੀਗੇ। ਖੈਰ ਅੱਜ ਕਿਸਾਨੀ ਨੇ ਵੀ ਵਿਰੋਧ ਕਰਨਾ, ਸਾਹਮੀਰ ਸਿੰਘ ਜੀ ਕਿਹੋ ਜਿਹੇ ਹਾਲਾਤ ਬਣ ਰਹੇ? ਬਿਲਕੁਲ ਬੰਦੋਬਸਤ ਬਹੁਤ ਕੀਤੇ ਨੇ, ਵੈਸੇ ਤਾਂ ਉਹ ਕਹਿੰਦੇ ਨੇ ਪੋਲੋ ਗਰਾਊਂਡ ਦੇ ਵਿੱਚ ਹੀ ਹੋਏਗਾ ਤੇ ਬਿਲਕੁਲ ਪਟਿਆਲੇ ਦੇ ਅੰਦਰ ਹੈ ਜਿਹੜਾ ਸ਼ਹਿਰ, ਕਿਉਂਕਿ ਕਿਸਾਨਾਂ ਨੂੰ ਸ਼ਾਇਦ ਸ਼ਹਿਰ ਦੇ ਅੰਦਰ ਐਂਟਰ ਹੋਣ ਦਿੰਦੇ ਨੇ ਜਾਂ ਨਹੀਂ। ਬਾਹਰ 7,500 ਪੁਲਿਸ ਮੁਲਾਜ਼ਮ ਲਾਇਆ ਹੋਇਆ, ਥੋੜਾ ਨਹੀਂ ਮਤਲਬ ਪ੍ਰਾਈਮ ਮਿਨਿਸਟਰ ਆ ਰਹੇ ਨੇ, ਕਿਉਂਕਿ ਪ੍ਰਾਈਮ ਮਿਨਿਸਟਰ ਪਹਿਲਾਂ ਵੀ ਕਹਿ ਕੇ ਚਲੇ ਗਏ ਸੀ, ਥੋੜਾ ਸਟੇਟ ਗੌਰਮੈਂਟ ਨਾਲ ਨਾਰਾਜ਼ ਹੋ ਕੇ ਅਫਸਰਾਂ ਤੇ ਤਾਂ ਪੂਰਾ ਹੀ ਵਿਚਾਰੇ ਭੁਗਤ ਹੀ ਰਹੇ ਨੇ, ਅਫਸਰ ਤਾਂ ਕਈ ਜਿਹੜਾ ਇਹੋ ਜਿਹਾ ਮਾਮਲੇ ਦੇ ਵਿੱਚ। ਤੇ ਹੁਣ ਇੱਕ ਗੱਲ ਹੈ ਇੱਥੇ ਕਿ ਦੋਨੋਂ ਟਾਈਪ ਦੇ ਟੋਟਲ ਸਮੁੱਚੀ ਕਿਸਾਨੀ ਨੇ ਵਿਰੋਧ ਦਾ ਤੈਅ, ਜਿਹੜੇ ਕੱਲ੍ਹ ਇੱਥੇ ਵੱਡੇ ਇਕੱਠ ਹੋਏ ਨੇ ਬਾਰਡਰਾਂ ਤੇ, ਆ ਦੋ ਫੋਰਮ ਬੈਠੇ ਨੇ, ਇਹਨਾਂ ਨੇ ਵੀ ਕਿਹਾ ਹੋਇਆ ਅਸੀਂ ਜਾਵਾਂਗੇ, SKM ਨੇ ਵੀ ਕਿਹਾ ਹੋਇਆ ਅਸੀਂ ਜਾਵਾਂਗੇ। ਰੌਲਾ ਇਹ ਹੈ ਕਿ ਸ਼ਾਇਦ ਸ਼ਹਿਰ ਦੇ ਅੰਦਰ ਇੰਟਰ ਨਾ ਹੋਣ ਦਿੱਤਾ ਜਾਵੇ, ਚੌਪਰ ਆ ਕੇ ਉੱਥੇ ਉਤਰ ਜਾਊਗਾ ਤੇ ਉੱਥੇ ਉਹ ਗੱਲ ਕਰਕੇ ਚਲੇ ਜਾਣਗੇ। ਪਰ ਸ਼ਹਿਰ ਬਾਹਰੋਂ ਕਿੰਨਾ ਕਿਸਾਨੀ ਕਿੰਨੀ ਗਿਣਤੀ ਚ ਇਕੱਠੀ ਹੁੰਦੀ ਹੈ ਬਾਹਰ, ਇਸ ਵਿਰੋਧ ਦੇ ਬਾਵਜੂਦ ਉਹਦਾ ਅਸਰ ਜ਼ਰੂਰ ਪਏਗਾ, ਉਹਦਾ ਅਸਰ ਪਏਗਾ। ਹੋ ਸਕਦਾ ਚੀਫ ਮਿਨਿਸਟਰ ਦਾ ਇਕੱਠ ਕਿਵੇਂ ਹੁੰਦਾ, ਉਹ ਤਾਂ ਆਲੇ ਦੁਆਲੇ ਹੀ ਆਉਣਗੇ ਨਾ, ਲੋਕ ਤਾਂ ਇਕੱਠੇ ਆਲੇ ਦੁਆਲੇ ਹੀ ਕਰਨੇ ਪੈਣਗੇ, ਫਿਰ ਹੋਰਾਂ ਥਾਵਾਂ ਦੇ ਉੱਤੇ ਹਾਂ ਆਉਣਗੇ ਕਿੱਦਾਂ, ਇਹ ਸੰਕਟ ਨੂੰ ਕਿਵੇਂ ਠੀਕ ਕਰਦੇ ਨੇ, ਕਿਹੜੇ ਰਸਤੇ ਕਿਵੇਂ ਸਾਫ਼ ਹੁੰਦੇ ਨੇ। ਜਾਂ ਦੂਸਰੀ ਗੱਲ ਇਹ ਵੀ ਹੈ ਕਿ ਸ਼ਹਿਰ ਦੇ ਲੋਕ ਫਿਰ ਕਿੰਨਾ ਕੁ ਤੰਗ ਹੁੰਦੇ ਨੇ, ਜੇ ਆਲੇ ਦੁਆਲੇ ਕਿਸਾਨ ਬਹਿ ਗਏ ਤੇ ਅੰਦਰੋਂ ਉੱਧਰ ਨਾ ਜਾਣ ਦਿੱਤੇ, ਉਹਨਾਂ ਦੀ ਤੰਗੀ ਵੀ ਵਧੂਗੀ, ਉੱਥੇ ਲੋਕਾਂ ਨੇ ਵੀ ਜਾਣਾ ਹੀ ਹੁੰਦਾ ਆਲੇ ਦੁਆਲੇ ਕੰਮ ਧੰਦੇ, ਬਹੁਤ ਸਾਰੇ ਹਸਪਤਾਲਾਂ 'ਚ ਜਾਣਾ ਹੈ, ਬਹੁਤ ਸਾਰੇ ਬਾਕੀ। ਜੇ ਰੈਲੀ ਮੈਨੂੰ ਲੱਗਦਾ ਸ਼ਹਿਰ ਦੇ ਵਿਚਾਲੇ ਦੀ ਬਜਾਏ ਥੋੜ੍ਹੀ ਜਿਹੀ ਬਾਹਰ ਰੱਖ ਲੈਂਦੇ ਤਾਂ ਪਟਿਆਲੇ ਦੇ ਸ਼ਹਿਰੀਆਂ ਨੂੰ ਘੱਟੋ ਘੱਟ ਮਤਲਬ ਸੌਖਾ ਹੋ ਜਾਂਦਾ, ਵੀ ਓਵਰਆਲ 5-4 ਕਿਲੋਮੀਟਰ ਬਾਹਰ ਜਾਣਾ, ਅੱਜ ਕੱਲ੍ਹ ਗੱਡੀਆਂ ਹੈਗੀਆਂ, ਸਾਰਾ ਕੁਛ ਲਿਜਾਣਾ ਬੰਦਿਆਂ ਨੇ, ਜਿਹਨਾਂ ਨੇ ਜਾਣਾ ਰੈਲੀ 'ਚ ਉਹਨਾਂ ਨੂੰ ਤਾਂ ਲਿਜਾਇਆ ਹੀ ਜਾ ਸਕਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਇਹ ਕੋਈ ਐਡੀ ਗੱਲ ਨਹੀਂ ਸੀ। ਪਰ ਦੇਖੋ, ਔਰ ਕੋਈ ਟਕਰਾਅ ਹੋ ਗਿਆ ਬਾਈ ਚਾਂਸ ਕਿਤੇ ਵੱਡਾ ਬਾਈ, ਤਾਂ ਉਹਦੇ ਤੋਂ ਟਲਣਾ ਚਾਹੀਦਾ। ਬਾਕੀ ਕਿਸਾਨਾਂ ਨੂੰ ਡੈਮੋਕਰੇਟਿਕਲੀ ਆਪਣਾ ਰਾਈਟ ਹੈ ਤੇ ਪ੍ਰਧਾਨ ਮੰਤਰੀ ਨੂੰ ਆਪਣਾ ਰਾਈਟ ਹੈ ਰੈਲੀ ਕਰਨ ਦਾ, ਤੇ ਹੁਣ ਤੱਕ ਪਿੰਡਾਂ 'ਚੋਂ ਕਿੰਨੇ ਕੁ ਬੰਦੇ ਆਉਂਦੇ ਨੇ ਇਹ ਦੇਖਣ ਵਾਲਾ ਹੋਏਗਾ। ਸ਼ਹਿਰ 'ਚੋਂ ਤਾਂ ਬੰਦੇ ਆਉਣਗੇ ਇੰਟਰਨਲੀ, ਪਿੰਡਾਂ 'ਚੋਂ BJP ਦਾ ਪਰਨੀਤ ਕੌਰ ਦੇ ਆਪਣੇ ਪਰਸਨਲ ਪ੍ਰਭਾਵ ਦੇ ਨਾਲ ਪਟਿਆਲਾ ਲੋਕ ਸਭਾ ਹਲਕੇ ਤੋਂ ਜਾਂ ਇੱਧਰ ਉੱਧਰੋਂ ਕਿੰਨੇ ਕੁ ਆਉਂਦੇ ਨੇ, ਇਹ ਸ਼ਾਮ ਤੱਕ ਇੱਕ ਦਿਲਚਸਪੀ ਦਾ ਕਾਰਨ ਰਹੂਗੀ ਇਹ ਗੱਲ। ਤੁਸੀਂ ਕਹਿ ਤਾਂ ਰਹੇ ਹੋ ਕਿ ਸ਼ਹਿਰੋਂ ਬਾਹਰ ਕਰ ਲੈਂਦੇ, ਸ਼ਹਿਰੋਂ ਬਾਹਰ ਕਿਸਾਨੀ ਸਾਰੇ ਦੇ ਸਾਰੇ 4 ਚੁਫੇਰੇ ਘੇਰਾਬੰਦੀ ਕਰ ਦਿੰਦੀ, 10-10 ਕਿਲੋਮੀਟਰ ਪਾਸੇ ਵੀ ਰੋਡ ਬਲੌਕ ਹੋ ਜਾਂਦੇ। ਤੇ ਪ੍ਰਧਾਨ ਮੰਤਰੀ ਸਾਹਿਬ ਦੀ ਜਿੱਦਾਂ ਪਿਛਲੀ ਵਾਰੀ ਠੰਡ 'ਚ ਮੀਂਹ ਪੈਣ ਕਰਕੇ ਫਿਰੋਜ਼ਪੁਰ ਦੇ ਵਿੱਚ ਬੰਦੇ ਹੀ ਹੈ ਨਹੀਂ ਸੀ ਤੇ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ ਸੀ, ਤੇ ਐਤਕੀ ਫਿਰ ਉੱਥੇ ਬੰਦੇ ਕਿੱਥੋਂ ਲੱਭਣੇ ਸੀ? ਸ਼ਹਿਰ ਦੇ ਵਿੱਚ ਤੁਹਾਡੀ ਗੱਲ ਠੀਕ ਹੈ, ਕੁਝ ਜਾ ਸਕਦੇ ਨੇ, ਉਂਝ ਵੀ ਜ਼ਿਆਦਾ ਪੁਲਿਸ ਤਾਂ ਪੰਜਾਬ ਸਰਕਾਰ ਦੀ ਹੈ। ਜੇ ਮੁੱਖ ਮੰਤਰੀ ਕਿਤੇ ਮਨ ਬਣਾ ਲੈਣ ਕਿ ਚਲੋ BJP ਨੂੰ ਇੱਥੇ ਥੋੜ੍ਹਾ ਜਿਹਾ ਸਿੱਧਾ ਨਿਪਟਾ ਕੇ ਦੇਖ ਲਈਏ, ਵੀ ਮੈਸੇਜ ਹੀ ਚੱਲ ਜੇ ਕਿ ਪ੍ਰਧਾਨ ਮੰਤਰੀ ਦੇ ਸਾਹਮਣੇ ਤਾਂ 5,000 ਹੀ 2,000 ਬੰਦਾ ਬੈਠਾ ਸੀ, ਉਹਨਾਂ ਨੇ UP, ਬਿਹਾਰ, ਹੋਰ ਥਾਵਾਂ ਤੇ ਵੱਡੇ ਵੱਡੇ ਇਕੱਠ ਦੇਖੇ ਆ। ਸੋ ਪੰਜਾਬ ਦੇ ਵਿੱਚ ਅੱਜ ਕਾਫੀ, ਇਹ ਤਾਂ ਵੈਸੇ ਰਿਸਕ ਵੀ ਲਿਆ BJP ਨੇ, ਕਿੱਦਾਂ ਇਹਨੂੰ ਹੈਂਡਲ ਕੀਤਾ ਜਾਊਗਾ, ਕਿੰਨੇ ਕੁ ਲੋਕ ਆਉਣਗੇ, ਪਟਿਆਲੇ ਸ਼ਹਿਰ ਦੀ ਆਬਾਦੀ ਦੇ ਵਿੱਚੋਂ ਕਿੱਦਾਂ ਲੋਕ ਨਿਕਲਣਗੇ, ਕਿਵੇਂ ਰਿਐਕਟ ਹੋਊਗਾ, ਇਹ ਸਾਰਾ ਦੇਖਣ ਵਾਲਾ ਹੈ। ਪਰ ਸ਼ਹਿਰ ਦੇ ਵਿੱਚੋਂ ਬੰਦੇ ਆ ਜਾਂਦੇ ਹੁੰਦੇ 'ਚ ਕੋਈ ਦੋ ਰਾਵਾਂ ਨਹੀਂ। ਅਸੀਂ ਰਾਮ ਮੰਦਿਰ ਤੋਂ ਬਾਅਦ ਸ਼ਹਿਰੀਆਂ ਦੇ ਅੰਦਰ, ਖਾਸ ਤੌਰ ਤੇ ਹਿੰਦੂ ਭਾਈਚਾਰੇ ਦੇ ਅੰਦਰ ਜਿਹੜਾ ਉਤਸ਼ਾਹ ਦੇਖ ਰਹੇ ਹਾਂ ਕਿ ਉਹ ਪ੍ਰਤੀਬਿੰਬ ਹੋਊਗਾ ਇਸ ਇਕੱਠ ਦਾ, ਤੇ ਇਹ ਕਿਵੇਂ ਦਾ ਇਕੱਠ ਹੋਊਗਾ, ਇਹ ਵੀ ਪੰਜਾਬ ਦੇ ਸਮੁੱਚੇ ਦ੍ਰਿਸ਼ ਦੇ ਉੱਤੇ ਅਸਰ ਪਾਉਣ ਵਾਲੀ ਗੱਲ ਹੋਊਗੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।